रेडियो चन प्रदेशी के मान मत्थे श्रोते स्वागत करते हैं तुहाडा रेडियो चन प्रदेशी की पंजाबी सत विच। मैं हां तुहाडा दोस्त ते होस्ट सरवण सिंह टवाणा अमेरिका की ठंडी तत्ती सिटी शिकागो तो मेरा साथ आ रहे ने उगे ते सीनियर पत्रकार सरदार संतोख सिंह जी गिल। पता नहीं कि सिटी तो ने हुण तुहानूं दसणगे हस पे हसाउणा ही हुंदा मेरा काम हसाउणा है तो मेनू हासे चंगे लगते है। गिल साहब सत श्री अकाल जी गुड मॉर्निंग की हाल चाल ने तुहाडे। सत श्री अकाल तुहाडा जी गुड मॉर्निंग तुहाडे दा गुड इवनिंग आ साडे गुड मॉर्निंग आ। ते तुहाडा शहर तत्ता भी आ ते ठंडा भी आ पर साडा शहर हजे तत्ता ही आ क्योंकि साडे गुआंढ च भी काफी तलखी बधी हुई आ ओहदे करके ओहदा सेक साडे तक भी पहुंचदा। ते कल भी लोग सारा दिन टीवी जेड़े सेट ने उन्होंने सामने बैठे रहे और देखते रहे बी गुआढ़ी मुल्क अफगानिस्तान के हालात बने हुए ने। दिन भर यही सब कुछ चलता रहा। परसों वाली डरावनी तस्वीर ने बहुत सारे लोगों को मानसिक तौर पर परेशान किया। अजकल भी कुछ बहुत नहीं बन रहे पर तालिबान वालों कुछ नवी किस्म दिया खरे किन्ने कुत्तर बारे तो कहना मुश्किल है लेकिन उन्होंने वालों हम अपने आप नवे रूप च पेश कर बयानबाजी हो रही है उन्होंने देख के कई आए भी सोचते ने भी शायद हम अगे ना फर्क पै गया जी। हाँ बड़िया गल्लां ने जी। देखो कई टीवी चैनल रेडियो दे जड़ियां लेडी एंकर सी ਉਹ ਬਿਨਾਂ ਸਿਰ ਢੱਕੇ ਜਾਂ ਸਿਰ ਢੱਕ ਕੇ ਇਕੱਲੇ ਬਿਨਾਂ ਬੁਰਕੇ ਤੋਂ ਵੀ ਇਹਨਾਂ ਦੀਆਂ ਇੰਟਰਵਿਊ ਕਰਦੀਆਂ ਨੇ। ਹੋਰ ਵੀ ਇੱਦਾਂ ਦੀਆਂ ਆਈਆਂ ਨੇ ਗੱਲਾਂ ਨਾਲ ਇਹਨਾਂ ਦੇ ਵੱਲੋਂ ਤਾਨੀ ਵਾਲਾਂ ਵੱਲੋਂ ਇਹ ਬਿਆਨ ਕਿ ਅਸੀਂ ਲੇਡੀਜ਼ ਨੂੰ ਤਰਜੀਹ ਦੇਵਾਂਗੇ ਤੇ ਬੇਨਤੀ ਕਰਦੇ ਹਾਂ ਕਿ ਉਹ ਅੱਗੇ ਸਾਡੀ ਸਰਕਾਰ ਦਾ ਇੱਕ ਹਿੱਸਾ ਬਣਨ। ਇਹਨਾਂ ਗੱਲਾਂ ਤੋਂ ਲੱਗਦਾ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਨਵੀਂ ਸੋਚ ਆਈ ਹੈ ਤੇ ਉਹਨਾਂ ਦੇ ਪਿੱਛੇ ਕੋਈ ਨਵਾਂ ਦਿਮਾਗ ਕੰਮ ਕਰ ਰਿਹਾ ਸ਼ਾਇਦ ਉਹਦੇ ਨਾਲ ਕੋਈ ਉਸ ਦੇਸ਼ ਦੇ ਵਿੱਚ ਜਿਹੜੀ ਹੈ ਹਾਲਾਤ ਜਿਹੜੇ ਨੇ ਵਧੀਆ ਹੋ ਸਕਣਗੇ ਪਿਛਲੇ ਨਾਲੋਂ ਪਹਿਲੇ ਸਮੇਂ ਨਾਲ। ਤੁਹਾਡਾ ਜੀ ਕੱਲ ਜਿਹੜੀ ਆ ਦਿੱਲੀ ਯੂਨੀਵਰਸਿਟੀ ਤੇ ਹੋਰ ਵਿਦਿਅਕ ਸੰਸਥਾਵਾਂ ਦੇ ਵਿੱਚ ਭਾਰਤ ਦੇ ਵਿੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਖਾਸ ਤੌਰ ਤੇ ਜਿਹੜੀਆਂ ਲੜਕੀਆਂ ਨੇ ਅਫਗਾਨ ਉਹਨਾਂ ਨੇ ਇਹ ਗੱਲ ਕਹੀ ਆ ਬਈ ਇਹਨਾਂ ਤੇ ਵਿਸ਼ਵਾਸ ਕਰਨਾ ਔਖਾ ਵਾ। ਅੱਗੇ ਵੀ ਇਹ ਕਹਿੰਦੇ ਕੁਛ ਹੋਰ ਸੀ ਕਰਦੇ ਕੁਛ ਹੋਰ ਸੀ ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਹੁਣ ਵੀ ਜਿਹੜਾ ਦੋਹਾ ਦੇ ਵਿੱਚ ਜਿਹੜੀਆਂ ਵਾਰਤਾਵਾਂ ਹੋਈਆਂ ਸੀ ਉਹਨਾਂ ਦੇ ਵਿੱਚ ਜਿਹੜੇ ਵਾਅਦੇ ਕਰਕੇ ਉਹ ਅੱਗੇ ਵਧੇ ਸੀ ਉਹਨਾਂ ਨੇ ਉਹਨਾਂ ਤੋਂ ਕੋਈ ਵਾਅਦਾ ਪੂਰਾ ਤਾਂ ਕੀਤਾ ਨੀ ਗਾ ਤੇ ਉਹਨਾਂ ਨੇ ਤੇਜ਼ੀ ਨਾਲ ਉਹਨਾਂ ਨੂੰ ਤਾਂ ਮੰਨ ਕੇ ਇਹ ਵੀ ਕਿਹਾ ਸੀ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ ਜਿਹੜਾ ਸੱਤਾ ਦਾ ਪਰਿਵਰਤਨ ਆ ਜਾਂ ਭਾਈਵਾਲੀ ਆ ਸੱਤਾ ਦੇ ਵਿੱਚ ਉਹ ਹਾਸਲ ਕਰਾਂਗੇ ਪਰ ਉਹਨਾਂ ਨੇ ਭਾਵੇਂ ਇਸ ਗੱਲ ਨੂੰ ਬਹੁਤਾ ਨਹੀਂ ਪ੍ਰਚਾਰਿਆ ਗਿਆ ਪਰ ਜਿਹੜੇ ਅਫਗਾਨ ਲੋਕ ਇੱਧਰ ਨੇ ਆਪਣੇ ਬੱਚਿਆਂ ਨਾਲ ਜਿਹਨਾਂ ਨੇ ਵੀ ਸੰਪਰਕ ਕੀਤਾ ਉਹਨਾਂ ਦੇ ਮੁਤਾਬਕ ਉੱਥੇ ਹਾਲਾਤ ਬੇਹੱਦ ਡਰਾਉਣੇ ਨੇ ਤੇ ਕੱਲ ਆਸਟ੍ਰੇਲੀਆ ਦੇ ਵਿੱਚ ਵੀ ਮੈਂ ਦੇਖ ਰਿਹਾ ਸੀ ਬਈ ਬਹੁਤ ਸਾਰੇ ਬੱਚੇ ਜਾਂ ਅਫਗਾਨੀ ਵਿਦਿਆਰਥੀ ਜਾਂ ਹੋਰ ਲੋਕ ਉੱਥੇ ਸੜਕਾਂ ਤੇ ਨਿਕਲੇ ਔਰ ਉਹਨਾਂ ਨੇ ਆਸਟ੍ਰੇਲੀਆ ਦੀ ਸਰਕਾਰ ਤੋਂ ਮੰਗ ਕੀਤੀ ਆ ਵੀ ਤਰਸ ਦੇ ਆਧਾਰ ਤੇ ਅਫਗਾਨ ਲੋਕਾਂ ਨੂੰ ਵੀਜ਼ੇ ਦਿੱਤੇ ਜਾਣ ਖਾਸ ਤੌਰ ਤੇ ਜਿਹੜੇ ਉੱਥੇ ਇਸ ਵੇਲੇ ਭੈ ਦੇ ਮਾਹੌਲ ਚ ਰਹਿ ਰਹੇ ਨੇ ਤੇ ਚਲੋ ਇੱਕ ਗੱਲ ਥੋੜੀ ਚੰਗੀ ਵੀ ਹੋਈ ਹੈ ਭਾਰਤ ਦੇ ਵਿੱਚ ਬਈ ਪਹਿਲੀ ਵਾਰ ਆ ਕਿਉਂਕਿ ਹੁਣ ਤੱਕ ਜਿਹੜਾ ਨਵਾਂ ਨਾਗਰਿਕਤਾ ਸੋਧ ਕਾਨੂੰਨ ਸੀ ਜਵਾਣਾ ਜੀ ਉਹਦੇ ਮੁਤਾਬਕ ਜਿਹੜੀ ਦੂਜੇ ਦੇਸ਼ਾਂ ਦੇ ਸ਼ਰਨਾਰਥੀਆਂ ਨੂੰ ਜਾਂ ਉੱਥੋਂ ਦੇ ਸਤਾਏ ਹੋਏ ਲੋਕਾਂ ਨੂੰ ਵੀਜ਼ਾ ਦੇਣ ਦਾ ਜਿਹੜਾ ਪ੍ਰਕਿਰਿਆ ਸੀ ਜਿਹਦੇ ਚ ਇਹਨਾਂ ਨੇ ਕੇਵਲ ਜਿਹੜੇ ਘੱਟ ਗਿਣਤੀ ਜਿਵੇਂ ਹਿੰਦੂ ਈਸਾਈ ਸਿੱਖ ਤੇ ਹੋਰ ਧਰਮਾਂ ਨਾਲ ਸੰਬੰਧਿਤ ਲੋਕ ਜਿਹੜੇ ਸੀ ਉਹਨਾਂ ਨੂੰ ਵੀਜ਼ਾ ਦੇਣ ਦੀ ਹੀ ਗੱਲ ਕੀਤੀ ਸੀ ਪਰ ਕੱਲ ਇੱਕ ਚੰਗੀ ਸਟੇਟਮੈਂਟ ਵੀ ਦੇਖਣ ਨੂੰ ਮਿਲੀ ਆ। ਦੇਖੋ ਉਹਦੇ ਤੇ ਅਮਲ ਕਿੱਦਾਂ ਹੋਊਗਾ ਕੁਛ ਨੀ ਕਹਿ ਸਕਦੇ ਪਰ ਇਹ ਗੱਲ ਕਹੀ ਗਈ ਆ ਬਈ ਅਫਗਾਨਿਸਤਾਨ ਦੇ ਵਿੱਚ ਭਾਵੇਂ ਸਾਡਾ ਸਫਾਰਤਖਾਨਾ ਬੰਦ ਹੋ ਗਿਆ ਪਰ ਜਿਹੜਾ ਈ ਵੀਜ਼ਾ ਪ੍ਰਣਾਲੀ ਆ ਉਹ ਅਸੀਂ ਦਿੱਲੀ ਤੋਂ ਬੈਠ ਕੇ ਚਲਾਵਾਂਗੇ ਤੇ ਜਿਹੜੇ ਉੱਥੇ ਦੇ ਲੋਕ ਚਾਹੇ ਉਹ
ਮੁਸਲਿਮ ਧਰਮ ਨਾਲ ਵੀ ਸੰਬੰਧਿਤ ਕਿਉਂ ਨਾ ਹੋਣ, ਜੇ ਉਹ ਵੀਜ਼ਾ ਮੰਗਣਗੇ ਤਾਂ ਭਾਰਤ ਦੀ ਧਰਤੀ ਤੇ ਉਹਨਾਂ ਨੂੰ ਜੀ ਆਇਆ ਕਰਾਂਗੇ। ਇਹ ਚੰਗੀ ਗੱਲ ਸੀ ਜੀ। ਤੁਹਾਡਾ ਸੋਸ਼ਲ ਮੀਡੀਆ ਤੇ ਖਬਰ ਘੁੰਮਦੀ ਹੈ, ਆਪਾਂ ਉਹਦੇ ਜ਼ਿਆਦਾ ਯਕੀਨ ਨਹੀਂ ਕਰਦੇ, ਗੱਲ ਸਭ ਵਿਸ਼ਵਾਸ ਵੀ ਨਹੀਂ ਕਰਦੇ। ਬੜੀ ਤੁਲਨਾ ਕੀਤੀ ਹੈ ਵੀ ਇੱਕ ਤਾਲੀਬਾਨਾਂ ਦੇ ਜਿਹੜੇ ਲੀਡਰ ਨੇ ਉਹ ਬੈਠੇ ਨੇ, ਜੇ ਉੱਥੇ ਤਾਲੀਬਾਨਾਂ ਦੀ ਸਰਕਾਰ ਆਉਂਦੀ ਹੈ ਕਿਹੋ ਜਿਹਾ ਉਹ ਫਿਰ ਰਾਜ ਦਿੰਦੇ ਨੇ। ਦੂਜੇ ਪਾਸੇ ਸਾਡੇ ਭਾਰਤ ਦੇ ਵਿੱਚ ਸੰਤ ਲਾਣਾ ਬੈਠਾ ਭਗਵੇਂ ਕੱਪੜਿਆਂ ਦੇ ਵਿੱਚ, ਉਹ ਕੀ ਕਹੇ ਜੇ ਆਰਡਰ ਕਰਦੇ ਨੇ, ਕਹੇ ਜਾਂ ਕਾਨੂੰਨ ਘੜਦੇ ਨੇ। ਇੱਕ ਗੱਲ ਦੀ ਘਾਟ ਰਹਿ ਗਈ, ਤਾਲਿਬਾਨ ਹਿੰਦੁਸਤਾਨ ਖਾਲਿਸਤਾਨ ਦੀ ਘਾਟ ਰਹਿ ਗਈ। ਅਗਰ ਖਾਲਿਸਤਾਨ ਵੀ ਨਾਲ ਜੋੜ ਦਿੰਦਾ ਸੋਸ਼ਲ ਮੀਡੀਆ, ਅਗਰ ਖਾਲਿਸਤਾਨ ਦਾ ਰਾਜ ਆ ਜਾਂਦਾ ਉੱਥੇ ਦਾ ਵੀ, ਫਿਰ ਇਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਖਾਲਿਸਤਾਨ ਹਿੰਦੁਸਤਾਨ ਜਾਂ ਇਹ ਤਾਲਿਬਾਨ ਏਦਾਂ ਦੇ ਜਦੋਂ ਰਾਜ ਹੋਣਗੇ, ਇਹਦੀ ਤੁਲਨਾ ਤੁਸੀਂ ਕਿਹਦੇ ਨਾਲ ਕਿਵੇਂ ਕਰੋ? ਕਿਉਂਕਿ ਇਹ ਬਰਾਬਰ ਹੀ ਹੋਣਗੇ ਸਾਰੇ, ਜਾਂ ਇਹਨਾਂ ਚ ਕੋਈ ਫਰਕ ਹੋਊਗਾ? ਤੁਹਾਡਾ ਜੀ ਜਿਹੜੇ ਤਾਲਿਬਾਨ ਨੇ ਕਹਿੰਦੇ ਤਾਂ ਉਹ ਵੀ ਇਹੀ ਨੇ ਬਈ ਅਸੀਂ ਸ਼ਰੀਅਤ ਦੇ ਮੁਤਾਬਕ, ਧਰਮ ਦੇ ਮੁਤਾਬਕ, ਧਰਮ ਦਾ ਫੰਡਾ ਰਾਜਨੀਤੀ ਦੇ ਉੱਤੇ ਰੱਖਾਂਗੇ, ਤੇ ਮੁਸਲਿਮ ਧਰਮ ਜਿਹੜਾ ਉਹ ਨਾ ਝੂਠ ਬੋਲਣ ਦੀ ਆਗਿਆ ਦਿੰਦਾ ਤੇ ਨਾ ਪਾਪ ਕਰਨ ਦੀ ਆਗਿਆ ਦਿੰਦਾ, ਤੇ ਇਸ ਕਰਕੇ ਪਾਪ ਰਹਿਤ ਤੇ ਝੂਠ ਰਹਿਤ ਫਰੇਬ ਰਹਿਤ ਜਿਹੜਾ ਰਾਜ ਆ ਉਹ ਅਸੀਂ ਦਿਆਂਗੇ। ਪਰ ਪਿਛਲੇ ਸਮੇਂ ਚ ਜਿਹੜਾ ਰਾਜ ਉਹਨਾਂ ਨੇ ਦਿੱਤਾ ਉਹ ਆਪਾਂ ਦੇਖਿਆ ਹੀ ਆ, ਤੇ ਆ ਜਿਹੜਾ ਸਾਡੇ ਵਾਲਾ ਲੈਣਾ ਵੀ ਕਹਿੰਦਾ ਤਾਂ ਇਹ ਆ ਵੀ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ, ਪਰ ਜੋ ਸਰਬੱਤ ਦਾ ਭਲਾ ਪਿਛਲੇ 20-25 ਸਾਲ ਪੰਜਾਬ ਦੇ ਲੋਕਾਂ ਨੇ ਆਪਦੇ ਪਿੰਡੇ ਤੇ ਹੰਢਾਇਆ ਉਹ ਕਿਸੇ ਨੂੰ ਹਜੇ ਭੁੱਲਿਆ ਨੀ ਗਾ। ਜਦੋਂ ਬੱਸਾਂ ਚ ਲਾ ਕੇ ਖਾਸ ਧਰਮ ਦੇ ਲੋਕਾਂ ਦਾ ਕਤਲੇਆਮ ਤੇ ਹੋਰ ਇੱਥੋਂ ਤੱਕ ਵੀ ਮਤਲਬ ਚੁਣ ਚੁਣ ਕੇ ਲੋਕਾਂ ਦਾ ਜਿਹੜਾ ਕਤਲੇਆਮ ਕੀਤਾ ਗਿਆ ਸੀ ਉਹਨੂੰ ਲੋਕ ਕਿਵੇਂ ਭੁੱਲ ਜਾਣਗੇ? ਤੇ ਜੇ ਉਹਨਾਂ ਦਾ ਰਾਜ ਪ੍ਰਬੰਧ ਹੋਊਗਾ ਤੇ ਉਹਨਾਂ ਤੋਂ ਵੀ ਕਿਸੇ ਭਲੇ ਦੀ ਉਮੀਦ ਘੱਟ ਹੀ ਕੀਤੀ ਜਾ ਸਕਦੀ ਆ। ਤਾਂ ਹੁਣ ਵੀ ਤੁਸੀਂ ਦੇਖੋ ਵੀ ਜਿਵੇਂ ਨਿੱਕੀ ਨਿੱਕੀ ਗੱਲ ਦੇ ਉੱਤੇ ਵੀ ਅਸਲ ਚ ਜਿਹੜੀਆਂ ਗੁਰੂ ਸਾਹਿਬ ਸਾਹਿਬ ਦੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਦਰਕਨਾਰ ਕਰਕੇ ਜਿਹੜੀਆਂ ਮਤਲਬ ਇਹਨਾਂ ਵੱਲੋਂ ਆਪੇ ਘੜੀ ਹੋਈ ਮਰਿਆਦਾ ਤੇ ਹੋਰ ਉਸ ਨਾਂ ਦੇ ਉੱਤੇ ਜਿਹੜਾ ਕੁਛ ਇੱਥੇ ਹੁਣ ਵੀ ਪਰੋਸਿਆ ਜਾਂਦਾ ਆਏ ਦਿਨ ਕਦੇ ਜਿਹੜੇ ਸਰਕਾਰ ਕਮੇਟੀ ਦੇ ਨਾਂ ਤੇ ਜਾਂ ਹੋਰਾਂ ਨਾਂ ਦੇ ਉੱਤੇ ਉਹ ਗਰੀਬ ਵਿਚਾਰੇ ਜਿਹੜੇ ਗ੍ਰੰਥੀ ਤੇ ਜਾਂ ਹੋਰ ਨੇ ਉਹਨਾਂ ਦੀ ਕਿਵੇਂ ਕੁੱਟਮਾਰ ਤੇ ਕਿਵੇਂ ਉਹਨਾਂ ਦੇ ਨਾਲ ਕੀ ਕੁਛ ਕੀਤਾ ਜਾਂਦਾ, ਜਾਂ ਇਹ ਆਪਣੇ ਤੌਰ ਤੇ ਘੜੇ ਇਹਨਾਂ ਦੇ ਕਾਨੂੰਨ ਜਿਹੜੇ ਨੇ ਜਦੋਂ ਇਹ ਉਹ ਲਾਗੂ ਕਰਦੇ ਨੇ ਤਾਂ ਉਹ ਵੀ ਬੰਦਵਾ ਜਿਹਨੂੰ ਕਹਿੰਦੇ ਨੇ ਮਨੁੱਖੀ ਹੱਕਾਂ ਦਾ ਘਾਣ ਹੀ ਕਰਦੇ ਨੇ ਉਹ ਭਲੇ ਦੀ। ਕਹਿਣਾ ਜੀ ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਕੱਟੜਵਾਦ ਉਹ ਕਿਸੇ ਦਾ ਵੀ ਹੋਵੇ, ਚਾਹੇ ਉਹ ਮੁਸਲਿਮ ਧਰਮ ਦੇ ਵਿੱਚ ਹੋਵੇ, ਚਾਹੇ ਉਹ ਈਸਾਈਆਂ ਦੇ ਵਿੱਚ ਹੋਵੇ, ਚਾਹੇ ਉਹ ਹਿੰਦੂਆਂ ਚ ਹੋਵੇ, ਚਾਹੇ ਉਹ ਸਿੱਖਾਂ ਚ ਹੋਵੇ, ਮੈਂ ਕਹਿੰਦਾ ਚਾਹੇ ਉਹ ਕਾਮਰੇਡਾਂ ਚ ਵੀ ਕਹਿਣਾ ਹੋਵੇ, ਕੱਟੜਵਾਦ ਹਮੇਸ਼ਾ ਹੀ ਮਾੜਾ। ਬਸ ਇੱਕੋ ਗੱਲ ਦਾ ਮੈਂ ਗੱਲ ਰਿਹਾ। ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ, ਇਹ ਕੋਈ ਸ਼ੱਕ ਨਹੀਂ। ਗਿੱਲ ਸਾਹਿਬ ਬਹੁਤ ਟੌਪ ਦੀ ਗੱਲ ਕਹੀ ਹੈ, ਕੱਟੜਵਾਦ ਨਹੀਂ ਆਉਣਾ ਚਾਹੀਦਾ ਸਮੇਂ ਦੇ ਨਾਲ, ਜਿਉਂ ਜਿਉਂ ਸਮਾਂ ਬਦਲਦਾ। ਕਈ ਵਾਰੀ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਸੀ ਕਿਸੇ ਟਾਈਮ ਦੇ ਵਿੱਚ, ਸਾਡੇ ਪਿਛਲੇ ਪੁਰਖਿਆਂ ਨੇ ਉਹ ਚੀਜ਼ਾਂ ਨੂੰ ਕਿਉਂ ਘੜਿਆ ਸੀ, ਕਿਉਂ ਬਣਾਇਆ ਸੀ, ਸ਼ਾਇਦ ਉਦੋਂ ਸਮੇਂ ਦੀ ਜ਼ਰੂਰਤ ਸੀ। ਪਰ ਅੱਜ ਸਮਾਂ ਬਦਲਿਆ, ਕਈ ਸੌ ਸਾਲ ਹੋ ਗਏ ਨੇ, ਸਮੇਂ ਦੇ ਨਾਲ ਚੀਜ਼ਾਂ ਦਾ ਦੇ ਵਿੱਚ ਬਦਲਾਅ ਆਉਂਦਾ, ਆਉਣਾ ਵੀ ਚਾਹੀਦਾ। ਇਹ ਵੀ ਗੱਲ ਦੀ ਜ਼ਰੂਰਤ ਹੈ। ਸੋ ਲੋਕਾਂ ਨੂੰ ਬਦਲਣ ਦੀ ਲੋੜ ਹੈ, ਦਿਮਾਗ ਸਮਾਜ ਨੂੰ ਬਦਲਣਾ ਵੀ ਪੈਂਦਾ, ਇਹ ਵੀ ਜ਼ਰੂਰੀ ਹੈ। ਸਟੇਟਮੈਂਟ ਆਈ ਆ ਵੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਾਂ ਹੋਰ ਅਦਾਰਿਆਂ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਨੇ ਉੱਥੇ ਅਫਗਾਨਿਸਤਾਨ ਦੇ ਵਿੱਚ, ਉਹਨਾਂ ਨੂੰ ਆਮ ਮਾਫ਼ੀ ਦਾ ਐਲਾਨਨਾਮਾ ਵੀ ਆਇਆ ਵਾ ਵੀ ਉਹ ਕੱਲ੍ਹ ਤੋਂ ਆਪਦੇ ਡਿਊਟੀਆਂ ਤੇ ਆ ਜਾਣ, ਕੰਮਾਂ ਤੇ ਆ ਜਾਣ, ਕਿਸੇ ਨਾਲ ਕੋਈ ਬੁਰਾ ਵਿਵਹਾਰ ਨਹੀਂ ਕੀਤਾ ਜਾਊਗਾ, ਕਿਸੇ ਦੇ ਖਿਲਾਫ਼ ਕੋਈ ਬਦਲਾਂ ਨੂੰ ਭਾਵਨਾ ਨਾਲ ਕਾਰਵਾਈ ਨਹੀਂ ਕੀਤੀ ਜਾਊਗੀ। ਤੇ ਇੱਥੋਂ ਮੈਨੂੰ ਐਂ ਲੱਗਦਾ ਵੀ ਸ਼ਾਇਦ ਹੁਣ ਉਹ ਇਹ ਸੋਚਦੇ ਨੇ, ਉਹਨਾਂ ਨੂੰ ਵੀ ਇਸ ਗੱਲ ਦੀ ਤਾਂ ਸਮਝ ਆ ਹੀ ਗਈ ਹੋਊਗੀ ਵੀ ਜੇ ਕੱਲ੍ਹ ਨੂੰ ਬੈਂਕਾਂ, ਸਰਕਾਰੀ ਅਦਾਰੇ, ਹੋਰ ਜਿਹੜੇ ਵਪਾਰਕ ਅਦਾਰੇ ਨੇ ਉਹ ਬੰਦ ਹੋ ਜਾਂਦੇ ਨੇ ਤਾਂ ਪਹਿਲਾਂ ਹੀ ਆਰਥਿਕ ਤੌਰ ਤੇ ਟੁੱਟੇ ਤੇ ਐਨ ਰੁੜ ਗਏ ਅਫਗਾਨਿਸਤਾਨ ਦੇ। ਹਾਲਾਂਕਿ ਉੱਥੇ ਤੁਹਾਡਾ ਜੀ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਅੰਦੋਲਨ ਪਹਿਲਾਂ ਕੱਲ੍ਹ ਵੀ ਗੱਲ ਕੀਤੀ ਕਈ ਖਣਿਜ ਪਦਾਰਥਾਂ ਦਾ ਭੰਡਾਰ ਬੇਹੱਦ ਉਹ ਮਤਲਬ ਜਿਹਨੂੰ ਕਹਿੰਦੇ ਨੇ ਲਵਾ ਲਵ ਭਰਿਆ ਪਿਆ ਵਾ ਅਫਗਾਨਿਸਤਾਨ। ਇਸ ਤੋਂ ਇਲਾਵਾ ਮਹਿੰਗੇ ਮਸਾਲੇ, ਮਹਿੰਗੇ ਡਰਾਈ ਫਰੂਟ
ਉੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਪ੍ਰਾਪਤ ਹੁੰਦੇ ਨੇ, ਪਰ ਇਹਦੇ ਬਾਵਜੂਦ ਉੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਜਿਹੜਾ ਉਹ ਬਹੁਤ ਹੀ ਥੱਲੇ, ਜਾਂ ਆਪਾਂ ਇਹ ਕਹੀਏ ਵੀ ਉਹਨਾਂ ਦੀ ਵਿਚਾਰਿਆਂ ਦੀ ਜ਼ਿੰਦਗੀ ਬੜੀ ਨਰਕ ਵਰਗੀ ਬਣਾਈ ਪਈ ਆ। ਤੇ ਇਸ ਵੇਲੇ ਤਾਂ ਉੱਥੋਂ ਦੀ ਜਿਹੜੀ ਸਰਕਾਰਾਂ ਦੇ ਹਾਲਾਤ ਨੇ, ਹੁਣ ਤੁਸੀਂ ਹਿਸਾਬ ਲਾ ਲਓ ਵੀ ਜੇ ਭਾਰਤ ਵਰਗਾ ਮੁਲਕ ਉੱਥੇ ਅਰਬਾਂ ਖਰਬਾਂ ਰੁਪਈਏ ਇਨਵੈਸਟ ਕਰਦਾ ਭੈਟਾਂ ਦੇ ਰੂਪ ਚ, ਇੱਥੋਂ ਅੰਦਾਜ਼ਾ ਲਾ ਲਓ ਵੀ ਉਹ ਉਹਨਾਂ ਦੀ ਆਪਦੀ ਹਾਲਤ ਕੀ ਹੋਈ ਹੈ। ਜੀ ਇੱਕ ਗੱਲ ਤਾਂ ਹੈਗੀ ਹੈ ਗੱਲ ਸਾਹਿਬ, ਦੇਖੋ ਕਿੱਥੇ ਜੇ ਆਪਾਂ ਗੱਲ ਕਰੀਏ, ਜੇ ਬਹੁਤ ਪੁਰਾਣੀ ਗੱਲ ਹੈ, ਜਦੋਂ ਰਸ਼ੀਆ ਨੇ ਉੱਥੋਂ ਸ਼ੁਰੂ ਕੀਤਾ, ਮੈਂ ਆਖਿਆ 1989 ਦੀ ਗੱਲ ਹੋਣੀ ਹੈ, ਰਸ਼ੀਆ ਨੇ ਉੱਥੇ ਫੌਜਾਂ, ਅੱਛਾ ਜੀ, ਜਦੋਂ ਰਸ਼ੀਆ ਨੇ ਫੌਜਾਂ ਭੇਜੀਆਂ, ਹਾਂਜੀ ਉਹਨਾਂ ਨੇ ਜਦੋਂ ਫੌਜਾਂ ਭੇਜੀਆਂ ਸੀ, ਉਸ ਤੋਂ ਮਗਰੋਂ ਕੁਛ ਸਮਾਂ ਠੀਕ ਰਿਹਾ, ਫਿਰ ਅਮੈਰੀਕਾ ਨੇ ਫੌਜਾਂ ਭੇਜੀਆਂ, ਫਿਰ ਉਹ ਤੇ ਬਿਨ ਲਾਦਨ ਆਇਆ, ਬਿਨ ਲਾਦਨ ਦਾ ਹੋਰ ਦੌਰ ਚੱਲਿਆ, ਉਹਦੇ ਮਗਰੋਂ ਅਟੈਕ ਹੋਇਆ 9/11 ਜਿਹੜੀ ਹੁਣ ਆ ਰਹੀ ਆ ਅਗਲੇ ਮਹੀਨੇ 11 ਸਤੰਬਰ, ਜਿੱਥੇ ਅਮੈਰੀਕਾ ਨੇ ਇਹ ਕਿਹਾ ਸੀ ਵੀ 9/11 ਤੋਂ ਪਹਿਲਾਂ ਅਸੀਂ ਫੌਜਾਂ ਕੱਢਾਂਗੇ, ਇੱਥੋਂ ਤੱਕ ਜੋ ਬਾਈਡਨ ਨੇ ਇਹ ਕਹਿਤਾ ਸੀ ਕਿ 31 ਅਗਸਤ ਤੋਂ ਪਹਿਲਾਂ ਕੱਢ ਲਾਂਗੇ। ਤੇ ਚਲੋ ਇਹ ਤਾਂ ਸਿਆਸਤ ਆਪਣੇ ਆਪਣੇ ਤਰੀਕੇ ਨਾਲ ਚੱਲਦੀ ਹੈ, ਪਰ ਉਹਦੇ ਵਿੱਚ ਇੱਕ ਨਵਾਂ ਮੋੜ ਮੈਂ ਤਾਂ ਇੱਕ ਇਹੀ ਦੇਖ ਰਿਹਾ ਕਈ ਦਿਨਾਂ ਤੋਂ ਲਗਾਤਾਰ, ਵੀ ਜਿਹੜੀ ਤਾਲਿਬਾਨ ਹੈਗੀ ਆ, ਤਾਲਿਬਾਨ ਜਿਹੜੀ ਇਹਨੇ ਇਹਦੇ ਵਿੱਚ ਸੋਚਣ ਦੇ ਵਿੱਚ ਥੋੜਾ ਜਿਹਾ ਨਵਾਂ ਢੰਗ ਆਇਆ, ਹਜੇ ਇਹਦੇ ਪਿੱਛੇ ਅਲ ਕਾਇਦਾ ਬੈਠੀ ਹੈ, ਅਲ ਕਾਇਦਾ ਅਜੇ ਕੋਈ ਬਿਆਨ ਨਹੀਂ ਜਾਰੀ ਕਰ ਰਹੀ, ਅਲ ਕਾਇਦਾ ਅਜੇ ਵੀ ਚੁੱਪ ਸ਼ਾਂਤੀ ਨਾਲ ਬੈਠੀ ਹੈ, ਕੋਈ ਕੁਛ ਕਹਿ ਨਹੀਂ ਰਹੀ, ਪਰ ਤਾਲਿਬਾਨ ਦੇ ਰਾਹੀਂ ਸਾਰਾ ਕੁਛ ਕੁਹਾ ਰਹੀ ਹੈ। ਉਹ ਇਹ ਜੋ ਬਿਆਨ ਦੇ ਰਹੇ ਨੇ ਇਹ ਦੁਨੀਆਂ ਦੇ ਹਿਸਾਬ ਨਾਲ ਵੀ ਸਾਨੂੰ ਔਰਤ ਜਾਤ ਨੂੰ ਕਿੱਥੇ ਰੱਖਣਾ, ਬੱਚਿਆਂ ਨੂੰ ਕਿੱਥੇ ਰੱਖਣਾ, ਜਾਂ ਧਰਮ ਨੂੰ ਕਿੱਥੇ ਰੱਖਣਾ, ਸੋਚ ਸਮਝ ਕੇ ਕੁਛ ਬਿਆਨ ਦੇ ਰਹੇ ਨੇ, ਪਰ ਅਤਿਆਚਾਰ ਵੀ ਬਹੁਤ ਹੋ ਰਹੇ ਨੇ, ਇਹ ਵੀ ਗੱਲਾਂ ਨੇ, ਪਰ ਦੇਖਦੇ ਹਾਂ ਬੜਾ। ਜੀ ਮੈਨੂੰ ਲੱਗਦਾ ਕਿਉਂਕਿ ਨਾਲ ਜਿਹੜੇ ਤਾਲਿਬਾਨ ਨੇਤਾ ਪਿਛਲੇ ਸਮੇਂ ਦੇ ਵਿੱਚ ਚੀਨ ਦੇ ਜਿਹੜੀ ਉੱਥੋਂ ਦੀ ਕਮਿਊਨਿਸਟ ਪਾਰਟੀ ਦੇ ਆਗੂਆਂ ਨੂੰ ਵੀ ਮਿਲੇ ਨੇ, ਉਹ ਚੀਨ ਦੇ ਵਿਦੇਸ਼ ਮੰਤਰਾਲੇ ਨਾਲ ਵੀ ਉਹਨਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ, ਮੀਟਿੰਗਾਂ ਹੋਈਆਂ ਨੇ। ਤੇ ਹੁਣ ਚੀਨੀ ਵਿਦੇਸ਼ ਮੰਤਰੀ ਜਾਂ ਵਿਦੇਸ਼ ਮੰਤਰੀ ਤਾਂ ਨੀ ਕਰ ਪਿਆ ਦੇਖਿਆ ਬੋਲਦੇ, ਉਹਨਾਂ ਦਾ ਕੋਈ ਬਿਆਨ ਆਇਆ ਹੋਵੇ ਵੱਖਰਾ, ਤਾਂ ਚੀਨ ਦੇ ਜਿਹੜਾ ਵਿਦੇਸ਼ ਮੰਤਰਾਲਾ ਉਸ ਮੰਤਰਾਲੇ ਦੇ ਜਿਹੜੇ ਸਪੋਕਸ ਪਰਸਨ ਨੇ ਉਹ ਇੱਕ ਲੇਡੀ ਆ, ਉਹਨਾਂ ਦੇ ਨਾਂ ਤਾਂ ਬੜੇ ਔਖੇ ਨੇ, ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਆ ਬਈ ਚੀਨ ਜਿਹੜਾ ਉਹ ਸਹਿਯੋਗ ਦੇ ਨਾਲ ਚੱਲਣ ਲਈ ਤਿਆਰ ਆ, ਪਰ ਜੇ ਉਹ ਆਪਣੀਆਂ ਜਿਹੜੀਆਂ ਆਹ ਹਿਊਮੈਨਿਟੇਰੀਅਨ ਨੀਤੀਆਂ ਨੇ, ਖਾਸ ਤੌਰ ਤੇ ਔਰਤਾਂ ਪ੍ਰਤੀ, ਜੇ ਉਹ ਉਹਨਾਂ ਨੂੰ ਮਨੁੱਖਤਾਵਾਦੀ ਨੀਤੀਆਂ ਨਾਲ, ਬਿਲਕੁਲ ਮਨੁੱਖੀ ਕਦਰਾਂ ਕੀਮਤਾਂ ਦਾ ਜੇ ਉਹ ਘਾਣ ਨਹੀਂ ਕਰਦੇ, ਉਹਨਾਂ ਦੀ ਕਦਰ ਕਰਨਗੇ, ਤਾਂ ਅਸੀਂ ਵੀ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ। ਸੋ ਮੈਨੂੰ ਐਂ ਲੱਗਦਾ ਜਿਹੜੀ ਗੱਲ ਤੁਸੀਂ ਹੱਥ ਕਹੀ ਆ, ਇਹਦੇ ਪਿੱਛੇ ਉਹ ਦਬਾਅ ਵੀ ਕੰਮ ਕਰ ਰਿਹਾ, ਕਿਉਂਕਿ ਇਸ ਵੇਲੇ ਜੋ ਮਤਲਬ ਜਿਹੜੇ ਵਿਸ਼ਲੇਸ਼ਕ ਨੇ ਅੰਤਰਰਾਸ਼ਟਰੀ ਮੁੱਦਿਆਂ ਦੇ ਉੱਤੇ ਜਿਹਨਾਂ ਦੀ ਪਕੜ ਹੈ, ਮੈਂ ਤਾਂ ਇਹਦੇ ਬਾਰੇ ਨਹੀਂ ਬਹੁਤਾ ਕਨੈਕਟ ਵਾ ਤੇ ਬੈਠੇ ਇਹਦੇ ਬਾਰੇ ਬਾਹਰ ਆ, ਜਾਂ ਮੈਨੂੰ ਕੋਈ ਇਹਦੇ ਬਾਰੇ ਬਹੁਤ ਜ਼ਿਆਦਾ ਗਿਆਨ ਆ, ਮੈਂ ਸੱਚੀ ਮੁੱਚੀ ਇੱਕ ਬਿਲਕੁਲ ਜਿਹਨੂੰ ਕਹਿੰਦੇ ਨੇ ਵੀ ਅਨਪੜ੍ਹਾਂ ਵਰਗੀ ਹਾਲਤ ਹੀ ਮੈਂ ਕਹਿ ਸਕਦਾ ਆਪਦੀ, ਪਰ ਫਿਰ ਵੀ ਜੋ ਦੇਖ ਰਹੇ ਆ ਉਹਦੇ ਤੋਂ ਐਂ ਲੱਗਦਾ ਵੀ ਜਿਹੜਾ ਰੂਸ, ਚੀਨ ਤੇ ਹੋਰ ਕੁਛ ਮੁਲਕ ਜਿਹੜੇ ਨੇ ਉਹ ਉਹਨਾਂ ਦਾ ਵੀ ਇੱਕ ਦਬਾਅ ਹੈਗਾ ਉਹਨਾਂ ਦੇ ਨਾਲ, ਜਿਹੜੀ ਉਹਨਾਂ ਦੀ ਗੱਲਬਾਤ ਜਾਂ ਉਹ ਆਪਣਾ ਗਲਬਾ ਕਾਇਮ ਕਰਨ ਲਈ ਉਹਨਾਂ ਵੱਲੋਂ ਜਿਹੜੇ ਯਤਨ ਕੀਤੇ ਜਾ ਰਹੇ ਨੇ, ਉਹਦੇ ਕਰਕੇ ਜਿਵੇਂ ਹੁਣ ਜਿਹੜਾ ਇੱਕ ਚੀਨ ਦੇ ਵਿੱਚ ਜਿਹੜਾ ਇੱਕ ਮੁਸਲਿਮ ਗਰੁੱਪ ਹੈ ਜਿਹੜਾ ਉੱਥੇ ਜਿਹਦੇ ਬਾਰੇ ਆਮ ਚਰਚਾ ਹੁੰਦੀ ਹੈ ਵੀ ਚੀਨ ਵਾਲੇ ਉਹਨਾਂ ਮੁਸਲਮਾਨਾਂ ਦੇ ਉੱਤੇ ਅਤਿਆਚਾਰ ਕਰਦੇ ਨੇ, ਤੇ ਉਹ ਜਿਹੜਾ ਧੜਾ ਹੈ ਉਹ ਵੀ ਤਾਲਿਬਾਨ ਦਾ ਸਹਿਯੋਗੀ ਧੜਾ ਵਾ, ਪਰ ਚੀਨ ਵਾਲਿਆਂ ਨੇ ਇਹਨਾਂ ਤੋਂ ਇਹ ਮੰਗ ਕੀਤੀ ਹੈ ਵੀ ਜੇ ਤੁਸੀਂ ਉਹਨਾਂ ਦਾ ਸਾਥ ਛੱਡੋਗੇ ਤੇ ਉਹਨਾਂ ਨੂੰ ਤੁਸੀਂ ਅੱਤਵਾਦੀ ਡਿਕਲੇਅਰ ਕਰੋਗੇ, ਅਸੀਂ ਕਾਂ ਤੁਹਾਡੇ ਨਾਲ ਸਹਿਯੋਗ ਕਰਾਂਗੇ। ਇਵੇਂ ਰੂਸ ਵਾਲਿਆਂ ਨੇ ਵੀ ਕੁਛ ਸ਼ਰਤਾਂ ਜਿਹੜੀਆਂ ਉਹ ਲਾਈਆਂ ਨੇ, ਤੇ ਭਾਰਤ ਵਾਲੇ ਵੀ ਕਰਨਗੇ, ਤੇ ਐ ਲੱਗਦਾ ਵੀ ਜਿਵੇਂ ਪਿਛਲੀ ਵਾਰੀ ਜਿਹੜਾ ਤਾਲਿਬਾਨ ਦਾ ਰਾਜ ਸੀ ਉਹਦੇ ਚ ਮਤਲਬ ਕੋਈ 2-4 ਮੁਲਕ ਹੀ ਸੀਗੇ ਜਿਹਨਾਂ ਨੇ ਉਹਨੂੰ ਮਾਨਤਾ ਦਿੱਤੀ ਸੀ, ਪਰ ਬਾਕੀ ਦੁਨੀਆਂ ਦੇ ਨਾਲੋਂ ਉਹ ਕੱਟ ਕੇ ਰਹਿ ਗਏ ਸੀ। ਪਰ ਇਸ ਵਾਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਕਈ ਹੋਰ ਮੁਲਕਾਂ ਵੱਲੋਂ ਵੀ ਮਾਨਤਾ ਮਿਲਣ ਦੀਆਂ ਸੰਭਾਵਨਾਵਾਂ ਨੇ,
ਜਿਹਦੇ ਕਰਕੇ ਉਹਨਾਂ ਦੇ ਪੈਰ ਲੱਗ ਸਕਦੇ ਨੇ, ਤਾਂ ਫਿਰ ਉਹਨਾਂ ਨੂੰ ਆਪਣੇ ਰਾਜ ਪ੍ਰਬੰਧ ਦੇ ਵਿੱਚ ਲਾਜ਼ਮੀ ਤੌਰ ਤੇ ਤਬਦੀਲੀਆਂ ਕਰਨੀਆਂ ਪੈਣਗੀਆਂ। ਜੇ ਉਹ ਨਹੀਂ ਕਰਨਗੇ, ਜਿਹਦਾ ਹੁਣ ਉਹ ਦਿਖਾਵਾ ਕਰ ਵੀ ਰਹੇ ਨੇ, ਉਹ ਦਿਖਾਵਾ ਕਿੰਨਾ ਚਿਰ ਚੱਲੂਗਾ, ਕਿੰਨਾ ਉਹਦੇ ਤੇ ਅਮਲ ਹੋਊਗਾ, ਜਾਂ ਕੀ ਵਾਕਈ ਜਿਹੜੀ ਉਹਨਾਂ ਦੀ ਉਹ ਕੱਟੜਵਾਦੀ ਪਹੁੰਚ ਹੈ ਉਹਦੇ ਚ ਕੋਈ ਤਬਦੀਲੀ ਹੋਊਗੀ, ਇਹਦੀ ਉਮੀਦ ਹਾਲੇ ਜਿਹੜੇ ਅਫਗਾਨੀ ਲੋਕ ਨੇ, ਮੇਰੇ ਕਹਿਣ ਦੀ ਗੱਲ ਨਹੀਂ ਹੈ ਤੁਹਾਡਾ ਜੀ, ਜਿਹੜੇ ਅਫਗਾਨੀ ਲੋਕ ਦੂਜੇ ਮੁਲਕਾਂ ਚ ਵੱਸਦੇ ਨੇ, ਖਾਸ ਤੌਰ ਤੇ ਜਿਵੇਂ ਭਾਰਤ ਦੇ ਵਿੱਚ ਸਾਡੇ ਇੱਥੇ ਲੁਧਿਆਣੇ PhD ਦੇ ਵਿੱਚ ਵੀ ਕੁਛ ਵਿਦਿਆਰਥੀ ਅਫਗਾਨਿਸਤਾਨ ਦੇ ਪੜ੍ਹਦੇ ਨੇ, ਹੋਰਨਾਂ ਅਦਾਰਿਆਂ ਦੇ ਵਿੱਚ ਵੀ ਉਹਨਾਂ ਦੇ ਬੱਚੇ ਪੜ੍ਹਦੇ ਨੇ ਇੱਥੇ, ਪਰ ਉਹਨਾਂ ਦਾ ਕਹਿਣਾ ਇਹੀ ਆ ਵੀ ਅਸੀਂ ਬੜੇ ਫਿਕਰਮੰਦ ਆ, ਕਿਉਂਕਿ ਅਸੀਂ ਪਿਛਲਾ ਲੰਬਾ ਸਮਾਂ ਉਹਨਾਂ ਦਾ ਰਾਜ ਪ੍ਰਬੰਧ ਆਪਦੇ ਹੱਡਾਂ ਤੇ ਹੰਢਾਇਆ, ਭਾਵੇਂ ਅਸੀਂ ਉਦੋਂ ਛੋਟੇ ਸੀ, ਬੱਚੇ ਸੀ, ਪਰ ਕਈ ਉਹਨਾਂ ਤੋਂ ਮਤਲਬ ਅਜੇ ਉਦੋਂ ਜੰਮੇ ਮਤਲਬ ਜਦੋਂ ਆਹ ਘਟਨਾ ਵਾਪਰੀ ਆ, ਜਦੋਂ ਅਮਰੀਕੀ ਫੌਜਾਂ ਨੇ ਉੱਥੇ ਆ ਕੇ ਕਬਜ਼ਾ ਕਰ ਲਿਆ, ਤਾਂ ਉਦੋਂ ਬਾਅਦ ਉਹਨਾਂ ਦਾ ਕਈਆਂ ਦਾ ਤਾਂ ਜਨਮ ਹੈ, ਤੋ ਇਸ ਕਰਕੇ ਜਾਂ ਉਹਨਾਂ ਨੇ ਉਹ ਦਿਨ ਨਹੀਂ ਦੇਖੇ, ਪਰ ਫਿਰ ਵੀ ਉਹ ਇਹ ਗੱਲ ਕਹਿੰਦੇ ਨੇ ਵੀ ਜਿਹੜਾ ਕੱਟੜਵਾਦ ਦਾ ਰਾਜ ਅਸੀਂ ਉੱਥੇ ਦੇਖਿਆ, ਜਾਂ ਜਿਸ ਤਰੀਕੇ ਨਾਲ ਉਹ ਸ਼ਰੇਆਮ ਸੜਕਾਂ ਦੇ ਉੱਤੇ ਕੱਢ ਕੇ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੰਦੇ ਸੀ, ਤੇ ਹੋਰ ਨੂੰ ਕੁਛ ਕਰਦੇ ਸੀ, ਉਹਨਾਂ ਦੇ ਆਪਣੇ ਕਾਇਦੇ ਕਾਨੂੰਨ ਸੀ, ਉਹਨਾਂ ਦਾ ਉਹਨਾਂ ਕਰਕੇ ਦਹਿਸ਼ਤ ਤਾਂ ਲੋਕਾਂ ਚ ਹੈਗੀ ਹੈ। ਉਹ ਉਹਨੂੰ ਕਿੰਨਾ ਬਦਲਣਗੇ, ਕਿਵੇਂ ਬਦਲਣਗੇ, ਉਹ ਆਪਦਾ ਚਿਹਰਾ ਜਿਹੜਾ ਵਾ ਉਹਨੂੰ ਕਿਵੇਂ ਸੁਧਾਰਨਗੇ, ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੀ ਪਤਾ ਲੱਗੂ ਜੀ। ਤੁਹਾਨੂੰ ਮੈਂ ਸਭ ਤੋਂ ਵੱਡੀ ਦਾਤ ਇਸ ਕੰਮ ਦੇ ਵਿੱਚ ਉਸ TV ਚੈਨਲ ਦੀ ਐਂਕਰ ਨੂੰ ਦਊਂਗਾ, ਉਹ ਮਹਿਲਾ ਐਂਕਰ ਹੈ, ਜਿੰਨੀਆਂ ਇੰਨੀਆਂ ਬਹਿਸਾਂ ਤਾਲਿਬਾਨ ਦੀਆਂ ਤੇ ਹੋਰਾਂ ਦੇ ਜਾਣ ਦੇ ਬੁੱਝਦੇ ਹੋਏ ਵੀ ਹੁਣ ਰਾਜ ਉਹਨਾਂ ਦਾ ਆ ਗਿਆ, ਫਿਰ ਵੀ ਉਹਨਾਂ ਦੇ ਜਿਹੜੇ ਅਬਦੁਲ ਹੱਕ ਹਮਾਦ ਦੀ ਇੰਟਰਵਿਊ ਕੀਤੀ ਹੈ ਇੱਕ ਨੰਗੇ ਚਿਹਰੇ ਦੇ ਨਾਲ, ਕਿਉਂਕਿ ਉਹਨੂੰ ਇਹ ਵੀ ਪਤਾ ਕੱਲ ਨੂੰ ਉਹਦੇ ਤੇ ਵੀ ਅਟੈਕ ਹੋ ਸਕਦੇ ਨੇ। ਸੋ ਇਸ ਕਰਕੇ ਮੀਡੀਆ ਦੇ ਵਿੱਚ ਰਹਿੰਦੇ ਹੋਏ ਬਹੁਤ ਕਠਿਨਾਈਆਂ ਆਉਂਦੀਆਂ ਨੇ, ਬਹੁਤ ਪ੍ਰੋਬਲਮਾਂ ਆਉਂਦੀਆਂ ਨੇ, ਸਿੱਧੀਆਂ ਅਸਿੱਧੀਆਂ, ਸਿੱਧੀਆਂ ਤੇ ਅਸਿੱਧੀਆਂ। ਸੋ ਇਸ ਕਰਕੇ ਸਾਨੂੰ ਇਸ ਟਾਈਮ ਉਹਨਾਂ ਲੋਕਾਂ ਦਾ ਵੀ ਮੈਂ ਕਹਿੰਦਾ ਸਭ ਤੋਂ ਵੱਡੇ ਉਸ ਦੇਸ਼ ਦੇ ਜਿੱਥੇ ਜਿੱਥੇ ਉਹ ਕਰ ਰਹੇ ਨੇ, ਜਿੱਥੇ ਰਹਿ ਰਹੇ ਨੇ, ਉਹ ਦੇਸ਼ ਦੇ ਜਿਹੜੇ ਕੁਰਬਾਨੀਆਂ ਕਰਨ ਵਾਲਿਆਂ ਦੇ ਵਿੱਚ ਉਹਨਾਂ ਦਾ ਵੀ ਇੱਕ ਨਾਂ ਹੈਗਾ, ਇੱਕ ਲੇਡੀ ਹੋਣ ਦੇ ਨਾਂ ਤੇ ਹੋਰ ਵੀ ਵੱਡਾ ਹੋ ਜਾਂਦਾ ਹੈ। ਖੈਰ ਇਹ ਆਪਣੀ ਜਗ੍ਹਾ। ਗਿੱਲ ਸਾਹਿਬ, ਆਪਾਂ ਨੇ ਪਹਿਲੇ ਦਿਨ ਤੋਂ ਸ਼ੁਰੂ ਕੀਤੀ ਹੈ, ਜਦੋਂ ਤੋਂ ਇਹ ਝਗੜਾ ਸ਼ੁਰੂ ਹੋਇਆ ਲੱਗੀ ਹੈ, ਤਾਲਿਬਾਨਾਂ ਦੇ ਰੁੱਖ ਦੇ ਵਿੱਚ ਕਿਹਾ ਜਾ ਵਰਤਾ ਆਇਆ, ਕਹੀ ਜੀ ਸੋਚ ਆਈ ਹੈ ਨਵੀਂ, ਤੇ ਦੁਨੀਆਂ ਕੀ ਸੋਚ ਰਹੀ ਹੈ ਅੱਜ, ਸਾਰੀ ਦੁਨੀਆਂ ਜਿਹੜੀ ਜਿਵੇਂ ਕਿ ਤੁਸੀਂ ਕਿਹਾ ਜਿਹੜੀ ਕਿ ਪਹਿਲਾਂ ਇਹਨਾਂ ਨੂੰ ਸਮਰਥਨ ਨਹੀਂ ਸੀ ਦਿੰਦੀ, ਸਾਰੀ ਦੁਨੀਆਂ ਇਹਨਾਂ ਦੇ ਹੱਕ ਚ ਆਈ ਹੈ, ਇਹ ਆਪ ਉਹਨਾਂ ਦਾ ਰਵੱਈਆ ਵਰਤਿਆ ਡਿਫਰੈਂਟ ਹੋਇਆ, ਕਾਫੀ ਹਿੱਸਾ ਆਇਆ, ਕਿਉਂਕਿ ਜਹੀ ਜੀ ਹਿੱਸੇਦਾਰੀ ਅਮਰੀਕਾ ਦੀ ਰਹੀ ਹੈ, ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਜਾਂ ਅਮਰੀਕਾ ਦੇ ਵੱਲੋਂ ਜਹੀ ਕਾਰਗੁਜ਼ਾਰੀ ਸਾਹਮਣੇ ਆਈ ਹੈ, ਉਹ ਚ ਇਹੀ ਪਤਾ ਲੱਗਿਆ ਕਿ ਹੱਥ ਖੜੇ ਕਰਕੇ ਅਮਰੀਕਾ ਦੀਆਂ ਫੌਜਾਂ ਅਮਰੀਕਾ ਵਾਲੇ ਦੁਨੀਆਂ ਇੱਥੇ ਤਾਲਿਬਾਨਾਂ ਨੂੰ ਨਾ ਤਾਲਿਬਾਨਾਂ ਨੂੰ ਅਫਗਾਨਿਸਤਾਨੀਆਂ ਨੂੰ ਐਨ ਲੜਾਈ ਦੇ ਦਿਨਾਂ ਚ ਛੱਡ ਕੇ ਬਾਹਰ ਭੱਜੇ ਨੇ, ਉਥੇ ਫਿਰ ਜਿਹੜੀ ਹੈ ਹਮਦਰਦੀ ਵੀ ਹੈ ਜਿਹੜੀ ਉਹ ਵੀ ਸਾਹਮਣੇ ਅਫਗਾਨਿਸਤਾਨੀਆਂ ਦੇ ਲਈ ਪਲੱਸ ਤਾਲਿਬਾਨਾਂ ਦੇ ਰੁੱਖ ਦਾ ਵੀ ਹਿਸਾਬ ਕਿਤਾਬ ਇਹ ਵੀ ਦੁਨੀਆਂ ਨੇ ਦੇਖਣਾ, ਇਹ ਵੀ ਗੱਲਾਂ ਕੱਲੋਂ ਜੱਗ ਜਾਰ ਹੋਣਗੀਆਂ, ਲੋਕ ਚਰਚਾ ਕਰਨਗੇ, ਮੀਡੀਆ ਵਿਚ ਵੀ ਖ਼ਬਰਾਂ ਆਉਣਗੀਆਂ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਚੱਲਣਗੀਆਂ। ਜੇ ਹੁਣ ਆਪਾਂ ਇਸ ਤੋਂ ਮਗਰੋਂ ਥੋੜਾ ਜਿਹਾ ਆਪਾਂ ਭਾਰਤ ਵਾਲੇ ਪਾਸੇ ਚੱਲਾਂਗੇ, ਕਿਉਂਕਿ ਗੱਲ ਜੇ ਆਪਾਂ ਕਰੀਏ ਮੈਨੂੰ ਲੱਗਦਾ ਇਹ ਮੁੱਦਾ ਬੜਾ ਤਕੜਾ ਸੀ, ਆਪਾਂ ਇਹਦੇ ਤੇ ਗੱਲ ਕਰ ਲੈਂਦੇ ਤਾਂ ਜ਼ਿਆਦਾ ਵਧੀਆ ਸੀ, ਪਰ ਹੁਣ ਸਾਡੇ ਕੋਲ ਹੋਰ ਮੁੱਦੇ ਨੇ, ਆਪਾਂ ਉਹਨਾਂ ਤੇ ਚੱਲਾਂਗੇ ਇੱਕ ਛੋਟੀ ਜਿਹੀ ਬ੍ਰੇਕ, 1 ਮਿੰਟ ਦੀ ਬ੍ਰੇਕ ਤੋਂ ਮਗਰੋਂ ਜੀ। ਗਿੱਲ ਸਾਹਿਬ ਜੀ ਆ ਆਓ ਜੀ ਆਓ। ਓ ਬਿੰਦਰ, ਦੇਖਤਾ ਤੇਰਾ ਕੌਣ ਹੈ? ਹੈਲੋ ਮਾਮਾ ਜੀ। ਓ ਵਾਹ ਸੋਨੂ, ਤੂੰ ਵੀਰ ਜੀ ਸਤਿ ਸ੍ਰੀ ਅਕਾਲ। ਓ ਭੈਣੇ, ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ, ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ, ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ, ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ, ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ, ਇਹ ਕਮਾਲ ਕਿੱਦਾਂ ਹੋਇਆ? ਵੀਰ ਜੀ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ। ਜੀ ਹਾਂ, ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ, ਨੈਜ਼ਲ ਐਲਰਜੀ, ਸਕਿਨ ਐਲਰਜੀ, ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ, ਨਾਲ ਡਾਕਟਰ ਪੂਜਾ ਗੁਪਤਾ ਜੋ ਕਿ
specialized in the treatments of cosmetic problems with latest American lasers. Vadhee jankari le tusi ona de clinic visit kar sakde ho. Rich Health Clinic, Railway Road, Malher Kotla, Punjab. Ya tusi ona nu call bhi kar sakde ho. 9876053563. Gal sahab ji apan agli gal kariye. ਇਹ ਤੁਹਾਡੇ ਲਈ ਬਹੁਤ ਫਿੱਟ ਆ ਗੱਲ ਉਹ ਕਹਿੰਦੇ ਲੋਕਾਂ ਨੂੰ ਮੁਰਗੇ ਬੱਕਰੇ ਮੱਛੀ ਨਹੀਂ ਖਾਣੀ ਚਾਹੀਦੀ ਹੈ ਇਹ ਤਾਂ ਬਹੁਤ ਮਹਿੰਗੀ ਹੋ ਗਈ ਬਾਹਲੀ ਮਹਿੰਗੀ ਹੋ ਗਈ ਹੁਣ ਐਂ ਕਰੋ ਗਾਂ ਵੱਢ ਲਓ ਇਹ ਗੱਲ ਕਿਸੇ ਹੋਰ ਨਹੀਂ ਬੀਜੇਪੀ ਦੇ ਇੱਕ ਮੰਤਰੀ ਨੇ ਕਹੀ ਹੈ ਆਪਣੇ ਅੰਬ ਵਿੱਚ ਬਹੁਤ ਬੜੀ ਗੱਲ ਹੈ ਕੌਣ ਆ ਉਹ ਬਿਲਕੁਲ ਕਣਾ ਜੀ ਜਦੋਂ ਮੈਂ ਖਬਰ ਪੜ੍ਹੀ ਇਹ ਤਾਂ ਸੱਚੀ ਮੁੱਚੀ ਪਹਿਲਾਂ ਮੈਨੂੰ ਐਂ ਲੱਗਿਆ ਬਈ ਮੈਂ ਇਹਨੂੰ ਇਹਦੇ ਤੇ ਗੱਲ ਤਾਂ ਕਰਨ ਲੱਗਿਆ ਵਾ ਕਿਤੇ ਤੰਬਿਆਂ ਨੂੰ ਥਾਂ ਨਾ ਹੋ ਜਾਵੇ ਜੇ ਹੋਰ ਐਵੇਂ ਮੁਰਗੇ ਸਵੇਰ ਨੂੰ ਮੈਂ ਤੁਹਾਡੇ ਵੱਲੋਂ ਭੇਜੀ ਖਬਰ ਦੇ ਉੱਤੇ ਫਿਕਰ ਮੈਨੂੰ ਵੀ ਪੈ ਗਿਆ ਸੀ ਮੈਨੂੰ ਲੱਗਦਾ ਸੀ ਵੀ ਕੋਈ ਰੌਲਾ ਪਾਊ ਪਰ ਜਦ ਤੁਸੀਂ ਖਬਰ ਭੇਜੀ ਤੁਸੀਂ ਉਹ ਸਮਝ ਕੇ ਭੇਜੀ ਹੁਣ ਬਿਲਕੁਲ ਪਰ ਇਹ ਹੈ ਸੱਚ ਹੈ ਇਹ ਸੱਚ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਗਊ ਧਨ ਦੀ ਗਊ ਦੀ ਰੱਖਿਆ ਤੇ ਗਊ ਤੇ ਹੋਰ ਗੋਬਰ ਨੂੰ ਵੀ ਕੋਹੇ ਨੂੰ ਹੀਰੇ ਦੇ ਬਰਾਬਰ ਦੱਸਦੀ ਆ ਉਸੇ ਬੀਜੇਪੀ ਦਾ ਮੰਤਰੀ ਜਿਹਨੇ ਹੁਣੇ ਅਜੇ ਪਿਛਲੇ ਹਫ਼ਤੇ ਮੇਘਾਲਿਆ ਦੇ ਵਿੱਚ ਪਸ਼ੂ ਪਾਲਣ ਮੰਤਰੀ ਵਜੋਂ ਸਹੁੰ ਚੁੱਕੀ ਆ ਸੰਗੋਰ ਸੁਲਈ ਸੁਲਈ ਹਾਂ ਉਹਦਾ ਨਾਂ ਸੰਗੋਰ ਸੁਲਈ ਬੀਜੇਪੀ ਦਾ ਰਾਜ ਹੈ ਟਵਾੜਾ ਦੀ ਜਿਵੇਂ ਤੁਹਾਨੂੰ ਪਤਾ ਚੱਲਦਾ ਹਾਂ ਉੱਤਰ ਪੂਰਬ ਦਾ ਮੇਘਾਲਿਆ ਸੂਬਾ ਹੈ ਜਿੱਥੇ ਸਭ ਤੋਂ ਵੱਧ ਮੀਂਹ ਪੈਂਦਾ ਚਿਰਾਪੂੰਜੀ ਵੀ ਉੱਥੇ ਹੀ ਆ ਤੇ ਹੁਣ ਚਿਰਾਪੂੰਜੀ ਦੇ ਲਾਗੇ ਹੋਰ ਜਗ੍ਹਾ ਉੱਥੇ ਜ਼ਿਆਦਾ ਮੀਂਹ ਪੈਂਦਾ ਉਹਦਾ ਨਾਂ ਹੀ ਮੇਘਾਲਿਆ ਇਸ ਕਰਕੇ ਆ ਵੀ ਉੱਥੇ ਮੇਘ ਭਾਵ ਬੱਦਲ ਹਰ ਵੇਲੇ ਰਹਿੰਦੇ ਨੇ ਤੇ ਉਸ ਸੂਬੇ ਦਾ ਨਾਂ ਹੀ ਮੇਘਾਲਿਆ ਉੱਥੇ ਬਾਰਿਸ਼ ਬਹੁਤ ਹੁੰਦੀ ਆ ਬਹੁਤ ਹਰਿਆ ਭਰਿਆ ਤੇ ਬਹੁਤ ਹੀ ਖੂਬਸੂਰਤ ਸਟੇਟ ਆ ਟਵਾੜਾ ਦੀ ਮੈਂ ਉੱਥੇ ਕੁਝ ਜਾ ਕੇ ਆਇਆ ਉੱਥੇ ਰਹਿਣ ਦਾ ਮੌਕਾ ਵੀ ਮਿਲਿਆ ਤੇ ਮੈਨੂੰ ਵੀ ਲੈ ਜਾਓ ਜੀ ਟਾਈਮ ਹੋਇਆ ਜ਼ਰੂਰ ਜ਼ਰੂਰ ਸੱਚੀ ਮੁੱਚੀ ਮੈਂ ਕਹਿੰਦਾ ਜੇ ਤੁਸੀਂ ਆਓ ਤਾਂ ਤੁਸੀਂ ਹੈਰਾਨ ਹੋਵੋਗੇ ਉਹ ਬਹੁਤ ਹੀ ਖੂਬਸੂਰਤ ਸਟੇਟ ਆ ਚੱਲਾਂਗੇ ਉੱਥੇ ਔਰਤਾਂ ਦੀ ਸਰਦਾਰੀ ਆ ਜਿਹੜੀ ਤੁਹਾਨੂੰ ਹੋਰ ਗੱਲ ਦੱਸਦੇ ਆ ਇੱਕ ਵੱਡੀ ਗੱਲ ਉੱਥੇ ਔਰਤਾਂ ਦੀ ਸਰਦਾਰੀ ਆ ਉੱਥੇ ਤੁਸੀਂ ਜਾਓਗੇ ਬੰਦੇ ਤੁਹਾਨੂੰ ਕੰਮ ਕਰਦੇ ਬਹੁਤ ਘੱਟ ਮਿਲਣਗੇ ਉੱਥੇ ਔਰਤਾਂ ਹੀ ਦੁਕਾਨਾਂ ਚਲਾਉਂਦੀਆਂ ਨੇ ਔਰਤਾਂ ਹੀ ਵਪਾਰ ਚਲਾਉਂਦੀਆਂ ਨੇ ਅਮਰੀਕਾ ਦੇ ਵਿੱਚ ਵੀ ਖੇਤੀ ਕਰਦੀਆਂ ਨੇ ਅਮਰੀਕਾ ਦੇ ਵਿੱਚ ਵੀ ਹੈ ਅਮਰੀਕਾ ਕੈਨੇਡਾ ਸਾਰੇ ਕਿਤੇ ਇਹੀ ਕੁਛ ਹੈ ਹਾਂ ਬਿਲਕੁਲ ਤੇ ਉੱਥੋਂ ਦੇ ਮੰਤਰੀ ਦੇ ਵਜੋਂ ਸਹੁੰ ਚੱਕਣ ਵਾਲੇ ਸੰਗੋਰ ਸੁਲਈ ਜਿਹੜੇ ਨੇ ਉਹਨਾਂ ਨੇ ਮੰਤਰੀ ਬਣਦੇ ਸਾਰ ਜਿਹੜੀ ਪਹਿਲੀ ਸਟੇਟਮੈਂਟ ਦਿੱਤੀ ਆ ਉਹ ਇਹੀ ਦਿੱਤੀ ਆ ਉਹ ਕਹਿੰਦੇ ਵੀ ਹੁਣ ਲੋਕਾਂ ਨੂੰ ਮੁਰਗੇ ਬੱਕਰੇ ਮੱਛੀ ਦੀ ਥਾਂ ਤੇ ਗਾਂ ਦਾ ਬੀੜ ਜ਼ਿਆਦਾ ਖਾਣਾ ਚਾਹੀਦਾ ਇਹ ਹੈ ਤਾਂ ਹੈਰਾਨੀ ਵਾਲੀ ਗੱਲ ਪਰ ਉਹਨਾਂ ਨੇ ਉਹਨਾਂ ਨੇ ਹਾਂ ਬਿਲਕੁਲ ਹਿੰਦੂ ਧਰਮ ਆ ਉਹਨਾਂ ਦਾ ਤੇ ਉਹਨਾਂ ਨੇ ਇਹ ਗੱਲ ਕਹੀ ਆ ਬਈ ਪਰ ਉੱਥੇ ਜ਼ਿਆਦਾਤਰ ਲੋਕ ਜਿਹੜੇ ਨੇ ਤੁਹਾਡਾ ਜੀ ਉਹ ਚਾਈਨੀਜ਼ ਟਾਈਪ ਦੇ ਜਾਂ ਕਹਿ ਲਓ ਉਹਨਾਂ ਦਾ ਰਹਿਣ ਸਹਿਣ ਜਾਂ ਉਹ ਜੇ ਉਹ ਰਹਿੰਦੇ ਨੇ ਤੇ ਉਹ ਨਾਨ ਵੈਜ ਬਹੁਤ ਜ਼ਿਆਦਾ ਖਾਂਦੇ ਨੇ ਮਤਲਬ ਵੈਜੀਟੇਰੀਅਨ ਤਾਂ ਉੱਥੇ ਕੋਈ ਤਾਵਾ ਹੀ ਲੱਭਦਾ ਵਾ ਤੇ ਅਸੀਂ ਉੱਥੇ ਗਏ ਸੀ ਉੱਥੇ ਰਹੇ ਅਸੀਂ ਪਰ ਹੈ ਬੜੀ ਪੁਰਾਣੀ ਗੱਲ ਆ ਜਦੋਂ ਅਸੀਂ ਉੱਥੇ ਗਏ ਸੀ ਉਹ 97 ਦੇ ਵਿੱਚ ਗਏ ਸੀ ਅਸੀਂ ਸਾਡਾ ਇੱਕ ਮਹੀਨੇ ਤੋਂ ਲੰਬਾ ਜ਼ਿਆਦਾ ਟੂਰ ਸੀ ਜਿਹਦੇ ਕਿ ਅਸੀਂ ਕੁਛ ਦਿਨ ਮੇਘਾਲਿਆ ਦੇ ਵਿੱਚ ਵੀ ਗੁਜ਼ਾਰੇ ਸੀ ਤੁਹਾਡਾ ਜੀ ਉਹਨਾਂ ਨੇ ਕਿਹਾ ਸੰਬੋਰ ਸੁਲਈ ਨੇ ਜਿਹੜੇ ਪਸ਼ੂ ਪਾਲਣ ਮੰਤਰੀ ਨੇ ਉਹਨਾਂ ਨੇ ਕਿਹਾ ਵੀ ਸਾਡਾ ਦੇਸ਼ ਲੋਕਤੰਤਰ ਹੈ ਇੱਥੇ ਹਰ ਕੋਈ ਬੰਦੇ ਨੂੰ ਆਪਣੇ ਪਸੰਦ ਦਾ ਖਾਣ ਪੀਣ ਲਈ ਉਹ ਆਜ਼ਾਦ ਹੈ ਤੇ ਜਦੋਂ ਉਹਨਾਂ ਨੂੰ ਹਾਂ ਜਦੋਂ ਉਹਨੇ ਪੁੱਛਿਆ ਵੀ ਤੁਹਾਡੀ ਪਾਰਟੀ ਤੇ ਇਹਦੇ ਉਲਟ ਹੈ ਉਹ ਕਹਿੰਦਾ ਨਾ ਜੀ ਸਾਡੀ ਪਾਰਟੀ ਜਮਾ ਨੀ ਉਲਟ ਹੈ ਜੀ ਸਾਡੀ ਪਾਰਟੀ ਆਜ਼ਾਦੀ ਦੀ ਗੱਲ ਕਰ ਉਹਨਾਂ ਨੇ ਕਿਹਾ ਹਾਂ ਉਹਨੇ ਕਿਹਾ ਵੀ ਨਹੀਂ ਸਾਡੀ ਪਾਰਟੀ ਉਲਟ ਨੀ ਆ ਰਿਹਾ ਕਹਿੰਦਾ ਉਲਟ ਨੀ ਹੈਗੀ ਇਹਦੇ ਉਹਨੇ ਸਗੋਂ ਇਹ ਕਿਹਾ ਵੀ ਜਿਹੜੇ ਲੋਕ ਇਹ ਕਹਿ ਰਹੇ ਨੇ
ਵੀ ਭਾਜਪਾ ਸਰਕਾਰ ਜਿਹੜੀ ਆ ਮੇਘਾਲਿਆ ਦੇ ਵਿੱਚ ਗੋਬਰ ਦੇ ਉੱਤੇ ਰੋਕ ਲਾਊਗੀ। ਉੱਥੇ ਚਰਚਾ ਆਮ ਚੱਲ ਰਹੀ ਆ ਵੀ ਗੋਬਰ ਦੇ ਉੱਤੇ ਰੋਕ ਲਾਉਣ ਦੀ। ਹਾਲਾਂਕਿ ਸੰਬਤ ਪਾਤਰਾ ਗੋਬਰ ਨੂੰ ਕੋਹਿਨੂਰ ਹੀਰੇ ਤੋਂ ਮਹਿੰਗਾ ਦੱਸਦਾ, ਪਰ ਉੱਥੇ ਗੋਬਰ ਦੇ ਉੱਤੇ ਰੋਕ ਲਾਉਣ ਦੀ ਵੀ ਚਰਚਾ ਹੋ ਰਹੀ ਆ। ਤੇ ਉਹ ਮੰਤਰੀ ਜੀ ਕਹਿੰਦੇ ਵੀ ਠੀਕ ਆ, ਫਿਰ ਉਹ ਕਹਿੰਦੇ ਜੀ ਠੀਕ ਆ ਵੀ ਆਪਾਂ ਫਿਰ ਬੱਕਰੇ ਮੁਰਗੇ ਮੱਛੀ ਖਾਣ ਦੀ ਥਾਂ ਤੇ ਗਾਂ ਖਾਓਗੇ ਤੇ ਨਾਲੇ ਗੋਬਰ ਦੀ ਸਮੱਸਿਆ ਹੱਲ ਹੋ ਜੂ। ਜਦੋਂ ਗਾਂ ਹੀ ਨਹੀਂ ਤਾਂ ਗੋਬਰ ਕਿੱਥੋਂ ਆਊਗਾ? ਕਹਿੰਦੇ ਵਧੀਆ ਗੱਲ ਆ। ਕਿਆ ਬਾਤ, ਕਿਆ ਬਾਤ। ਹਾਂ ਤੇ ਹਾਂ, ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਵੀ ਗੁਆਂਢੀ ਸੂਬੇ ਆਸਾਮ ਦੇ ਵਿੱਚ ਤੁਹਾਡੀ ਹੀ ਸਰਕਾਰ ਆ ਤੇ ਉੱਥੇ ਕਾਨੂੰਨ ਬਣ ਗਿਆ ਗਊ ਦੀ ਰੱਖਿਆ ਦਾ, ਤੇ ਜਿਹੜੇ ਪਸ਼ੂ ਧਨ ਹੈ ਇਹਨੂੰ ਇੱਕ ਤੋਂ ਦੂਜੀ ਥਾਂ ਲੈ ਕੇ ਜਾਣ ਵਾਲੇ, ਜਿਵੇਂ ਪੜਾ ਜੀ ਹੁਣ ਆਪਣੇ ਇੱਥੇ ਵੀ ਦੇਖਦੇ ਨਾ, ਪੰਜਾਬ ਚ ਵੀ ਉਹ ਤਾਂ ਹੋ ਰਿਹਾ ਵਾ, ਪਰ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਜਿਹੜੇ ਇਸ ਸਾਡੇ ਖਾਸ ਤੌਰ ਤੇ ਰਾਜਸਥਾਨ ਵਗੈਰਾ ਜਿੱਥੇ ਬੀਜੇਪੀ ਦਾ ਰਾਜ ਕਾਫੀ ਸਮਾਂ ਰਿਹਾ, ਉੱਥੇ ਜਦੋਂ ਕਿਤੇ ਕੋਈ ਪਸ਼ੂ ਖਾਸ ਤੌਰ ਤੇ ਗਊ ਉਹਨੂੰ ਇੱਕ ਤੋਂ ਦੂਜੀ ਥਾਂ ਲੈ ਕੇ ਜਾਇਆ ਜਾਂਦਾ ਕਿਸੇ ਗੱਡੀ ਮੋਟਰ ਦੇ ਵਿੱਚ ਲੱਦ ਕੇ, ਤਾਂ ਅਕਸਰ ਉਹ ਲੈ ਕੇ ਜਾਣ ਵਾਲੇ ਲੋਕਾਂ ਦੇ ਉੱਤੇ ਭਾਵੇਂ ਉਹ ਆਪਦੇ ਘਰ ਵਾਸਤੇ ਦੁੱਧ ਵਾਸਤੇ ਲੈ ਕੇ ਚੱਲੇ ਹੋ, ਉਹਨੂੰ ਪਾਲਣ ਵਾਸਤੇ ਲੈ ਕੇ ਚੱਲੇ ਹੋ, ਪਰ ਬਹੁਤੀ ਵਾਰੀ ਕਿ ਜਿਹੜੇ ਭਗਵਾਂ ਧਾਰੀ ਨੇ ਕਿ ਕਈ ਵਾਰੀ ਰਾਹ ਚ ਰੋਕ ਕੇ ਉਹਨਾਂ ਨੂੰ ਇਹ ਕਹਿ ਕੇ ਵੀ ਇਹ ਮੁਸਲਮਾਨ ਆ ਇਹ ਗਊ ਹੱਤਿਆ ਕਰਨਗੇ, ਇਹ ਗਊ ਦਾ ਤਸਕਰੀ ਕਰ ਰਹੇ ਨੇ, ਕਈ ਵਾਰੀ ਉਹਨਾਂ ਨੂੰ ਰਾਹਾਂ ਦੇ ਵਿੱਚ ਉਹਨਾਂ ਦੀ ਮੌਬ ਲਿੰਚਿੰਗ ਤੱਕ ਦਾ ਵੀ ਆਪਾਂ ਨੌਬਤ ਦੇਖੀ ਆ ਪਿਛਲੇ ਸਮੇਂ ਚ। ਹਾਂ ਤੇ ਜਦੋਂ ਇਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਵੀ ਗੁਆਂਢੀ ਸੂਬੇ ਆਸਾਮ ਦੇ ਨਾਲ ਤੁਹਾਡੀ ਹੱਦ ਲੱਗਦੀ ਆ, ਤਾਂ ਉਹਦੇ ਬਾਰੇ ਫਿਰ ਤੁਸੀਂ ਕੀ ਕਰੋਗੇ? ਤਾਂ ਮੰਤਰੀ ਜੀ ਨੇ ਕਿਹਾ ਬਈ ਅਸੀਂ ਆਪਣੇ ਉਹਨੇ ਕਿਹਾ ਮੈਂ ਆਪਣੇ ਮੁੱਖ ਮੰਤਰੀ ਜੀ ਨਾਲ ਇਸ ਮਾਮਲੇ ਦੇ ਉੱਤੇ ਗੱਲ ਕਰੂੰਗਾ, ਤਾਂ ਕਿ ਗੁਆਂਢੀ ਸੂਬੇ ਦੇ ਨਾਲ ਜਿਹੜਾ ਗੁਆਂਢੀ ਸੂਬੇ ਦੇ ਵਿੱਚ ਬਣਿਆ ਨਵਾਂ ਕਾਨੂੰਨ ਆ ਉਹ ਸਾਡੇ ਸੂਬੇ ਦੇ ਵਿੱਚ ਪਸ਼ੂਆਂ ਦੀ ਆਵਾਜਾਈ ਦੇ ਉੱਤੇ ਅਸਰ ਨਾ ਪਾਵੇ। ਇਸ ਗੱਲ ਲਈ ਅਸੀਂ ਗੱਲਬਾਤ ਉਹਨਾਂ ਨਾਲ ਕਰਾਂਗੇ। ਤੇ ਜਦੋਂ ਉਹਨਾਂ ਨੂੰ ਸਰਹੱਦੀ ਵਿਵਾਦ ਬਾਰੇ ਗੱਲ ਪੁੱਛੀ ਵੀ ਆ ਜਿਹੜਾ ਮੇਘਾਲਿਆ ਤੇ ਆਸਾਮ ਦਾ ਪਿੱਛੇ ਗੋਲੀ ਵੀ ਚੱਲੀ, ਬੰਦੇ ਵੀ ਇੱਕ ਦੋ ਮਰ ਗਏ, ਕੁਛ ਬੰਦੇ ਮਰੇ ਨੇ, ਤੇ ਇੱਕ ਦੂਜੇ ਦੇ ਵਿਰੁੱਧ ਮੁਕੱਦਮੇਬਾਜ਼ੀ ਵੀ ਦਰਜ ਹੋਈ ਆ, ਇੱਕ ਦੂਜੇ ਦੇ ਮੁੱਖ ਮੰਤਰੀਆਂ ਦਾ ਤੇ MPਾਂ ਦੇ ਨਾਂ FIR ਦੇ ਵਿੱਚ ਪਾ ਦਿੱਤੇ ਗਏ ਸੀ, ਉਹਦੇ ਬਾਰੇ ਕੀ ਆ? ਤਾਂ ਉਹਨੇ ਕਿਹਾ ਵੀ ਮੈਨੂੰ ਦੁੱਖ ਹੈ ਇਸ ਗੱਲ ਦਾ ਵੀ ਜਿਹੜੀ ਮੇਘਾਲਿਆ ਦੀ ਪੁਲਿਸ ਹੈ ਉਹ ਆਪ ਪਿੱਛੇ ਹਟ ਜਾਂਦੀ ਆ ਤੇ ਸਾਡੇ ਜਿਹੜੇ ਲੋਕ ਨੇ ਉਹ ਮੁਕਾਬਲਾ ਕਰਦੇ ਨੇ। ਉਹਨਾਂ ਨੇ ਕਿਹਾ ਵੀ ਸਾਡੀ ਪੁਲਿਸ ਨੂੰ ਇਸ ਗੱਲ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਆਪਣੀ ਸਰਹੱਦ ਦੀ ਆਪਣੇ ਸੂਬੇ ਦੀ ਆਪਣੇ ਲੋਕਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ, ਉਹਨਾਂ ਨੂੰ ਅੱਗੇ ਹੋ ਕੇ ਉਹਦੀ ਰਾਖੀ ਕਰਨੀ ਚਾਹੀਦੀ ਆ। ਪਰ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਬਈ ਮੇਘਾਲਿਆ ਦੀ ਪੁਲਿਸ ਨੂੰ ਆਸਾਮ ਦੀ ਪੁਲਿਸ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕਰਨ ਦੀ ਲੋੜ ਆ, ਤੇ ਇਹਦੇ ਜੋ ਕਹਿੰਦਾ ਵੀ ਜੇ ਦੋਨੋਂ ਮੁੱਖ ਮੰਤਰੀ ਜੀ ਜਿਹੜੇ ਨੇ ਉਹ ਇਹਦਾ ਹੱਲ ਕਰ ਰਹੇ ਤਾਂ ਜ਼ਿਆਦਾ ਬਿਹਤਰ ਆ। ਜੀ ਤੁਹਾਡਾ ਇੱਕ ਗੱਲ ਦੱਸਿਓ ਵੀ ਆਸਾਮ ਤੇ ਮੇਘਾਲਿਆ ਦੇ ਲੋਕਾਂ ਦੇ ਵਿੱਚ ਐਜੂਕੇਸ਼ਨ ਦੇ ਤੌਰ ਤੇ ਕਿੰਨਾ ਕੁ ਫਰਕ ਹੈ? ਮੇਘਾਲਿਆ ਦੇ ਵਿੱਚ ਤਾਂ ਐਜੂਕੇਸ਼ਨ ਦਾ ਖਾਸ ਤੌਰ ਤੇ ਔਰਤਾਂ ਦੇ ਵਿੱਚ ਐਜੂਕੇਸ਼ਨ ਦਾ ਕਾਫੀ ਚੱਲਣ ਹੈਗਾ, ਤੇ ਆਸਾਮ ਦੇ ਵਿੱਚ ਅਜੇ ਕਿਤੇ ਬਹੁਤ ਪਛੜਿਆ ਪਾਣਾ। ਤੇ ਦੂਜੀ ਗੱਲ ਤੁਹਾਡਾ ਜੀ, ਜਿਹੜਾ ਬ੍ਰਹਮਪੁੱਤਰ ਦਰਿਆ ਹੈ ਉਹ ਹਰ ਸਾਲ ਇੰਨੀ ਤਬਾਹੀ ਕਰਦਾ, ਸਾਰੀਆਂ ਸਰਕਾਰਾਂ ਪਿਛਲੇ 70 ਸਾਲਾਂ ਲਗਾਤਾਰ ਇਹ ਕਹਿੰਦੀਆਂ ਆਉਂਦੀਆਂ ਨੇ ਵੀ ਅਸੀਂ ਇਹਦਾ ਹੱਲ ਕਰਾਂਗੇ, ਇਹਦਾ ਹੱਲ ਕਰਾਂਗੇ, ਪਰ ਉਹਦਾ ਹੱਲ ਕੋਈ ਨੀ। ਜਿਵੇਂ ਪਿੱਛੇ ਆਪਾਂ ਗੱਲ ਕਰਦੇ ਸੀ ਨਾ ਉਹ CA ਜਿਹੜਾ ਨਾਗਰਿਕਤਾ ਸੋਧ ਕਾਨੂੰਨ ਬਾਰੇ ਵੀ ਲੋਕੀ ਕਿਵੇਂ ਆਪਦਾ ਸਾਬਤ ਕਰਨਗੇ ਆਪਣਾ ਜਨਮ ਤੇ ਹੋਰ, ਉਹ ਉਸ ਤਾਂ ਹਰ ਸਾਲ ਹੜ ਆਉਂਦੇ ਨੇ, ਉਹ ਝੁੱਗੀ ਝੱਗੀ ਜੋ ਵੀ ਘਰ ਬਾਰ ਹੈਗਾ ਉਹ ਸਾਰਾ ਕੁਛ ਹੀ ਰੋੜ ਕੇ ਲੈ ਜਾਂਦੇ ਨੇ, ਤੇ ਉਹਦੇ ਚ ਤੁਹਾਡੇ ਸਰਟੀਫਿਕੇਟ ਜਾਂ ਤੁਹਾਡਾ ਕੋਈ ਕਾਗਜ਼ ਪੱਤਰ ਉਹ ਕਿਤੋਂ ਲੱਭਦਾ ਹੀ ਨੀ ਹੈ, ਤੇ ਉਹ ਲੋਕ ਵਿਚਾਰੇ ਕੀ ਕਰਨਗੇ? ਉੱਥੇ ਤੁਹਾਡਾ ਜੀ ਪਛੜਾਪਣ ਤੇ ਇਹ ਜਿਹੜਾ ਹੜਾਂ ਦੀ ਮਾਰ ਤੇ ਗਰੀਬੀ ਉਹ ਕਾਫੀ ਜ਼ਿਆਦਾ ਵਾ, ਜਿਹਦੇ ਕਰਕੇ ਇਸ ਗੱਲ ਦੇ ਉੱਤੇ ਵੀ ਉਹਨਾਂ ਦਾ ਮਤਲਬ ਜਿਹੜਾ ਪੜ੍ਹਾਈ ਦੇ ਮਾਮਲੇ ਚ ਉਹ ਪਛੜੇ ਹੋਏ ਹੈਗੇ ਨੇ। ਜੀ ਆਸਾਮ ਥੋੜਾ ਜਿਹਾ ਪਛੜਾ ਹੈ, ਮੇਘਾਲਿਆ ਦੀ ਹਾਲਤ ਵੱਖਰੀ ਹੈ। ਹਾਂਜੀ ਮੇਘਾਲਿਆ ਦੇ ਨਾਲੋਂ ਨਹੀਂ, ਮੇਘਾਲਿਆ ਦੀ ਹਾਲਤ ਉਹਦੇ ਨਾਲੋਂ ਬਿਹਤਰ ਆ। ਮੈਂ ਕਿਹਾ ਵੀ ਮੇਘਾਲਿਆ ਠੀਕ ਹੈ, ਆਸਾਮ ਥੋੜਾ ਪਛੜਿਆ, ਪਰ ਗੱਲ ਜਿੱਥੋਂ ਤੱਕ ਆ ਦੇਖੀ ਜਾਵੇ ਵੀ ਜੋ ਉਹਨਾਂ ਨੇ ਗੱਲ ਕਹੀ ਹੈ, ਹਾਂ ਉਹਦੇ ਬਿਆਨ ਤੋਂ ਹੀ ਪਤਾ ਲੱਗਦਾ ਵੀ ਉਹਨਾਂ ਦਾ ਬਿਆਨ ਜੀ। ਹਾਂ ਉਂਝ ਜਿਵੇਂ ਆਪਣੇ ਇੱਥੇ ਆਮ ਹੀ ਰਿਵਾਜ ਆ ਵੀ ਤੁਸੀਂ ਕਹੋਗੇ ਵੀ ਕਿਸੇ ਲੋਕੀ ਭਾਰਤ ਦੇ ਵਿੱਚ ਵੀ ਹੁਣ ਤਾਂ ਚਲੋ ਪਾਬੰਦੀਆਂ ਲਾ ਪਈਆਂ
ਬਈ ਖੁੱਲੇਆਮ ਤੁਸੀਂ ਜਿਹੜਾ ਉਹ ਟੱਟੀ ਪਿਸ਼ਾਬ ਕਰਨ ਨਹੀਂ ਜਾ ਸਕਦੇ। ਤੇ ਅੱਗੇ ਆਮ ਹੀ ਲੋਕੀ ਖੇਤਾਂ ਜਾ ਵੜਦੇ ਸੀ, ਖੁੱਲੇ ਚ ਸਭ ਕੁਛ ਚੱਲਦਾ ਸੀ। ਤੇ ਪਰ ਜਿਵੇਂ ਗੰਦਗੀ ਦੇ ਮਾਮਲੇ ਚ ਭਾਰਤ ਦਾ ਵੀ ਜਿਹਨੂੰ ਕਹਿੰਦੇ ਨੇ ਨੰਬਰ ਕਾਫੀ ਉੱਚਾ ਹੀ ਆ, ਵੀ ਇੱਥੇ ਗੰਦਗੀ ਬਹੁਤ ਜ਼ਿਆਦਾ ਥਾਂ ਪਾ ਦਿੱਤੇ। ਪਰ ਮੇਘਾਲਿਆ ਦੇ ਵਿੱਚ ਕੁਛ ਪਿੰਡ ਐਸੇ ਨੇ ਜਿਹੜੇ ਏਸ਼ੀਆ ਦੇ ਵਿੱਚ ਸਭ ਤੋਂ ਸਾਫ਼ ਸੁਥਰੇ ਪਿੰਡ ਦਾ ਦਰਜਾ ਵੀ ਰੱਖਦੇ ਹੈਗੇ ਨੇ ਐਸੇ ਪਿੰਡ ਉੱਤੇ। ਇੱਕ ਦਰਿਆ ਉੱਤੇ ਮੈਂ ਉਹਦੀਆਂ ਤਸਵੀਰਾਂ ਕੋਸ਼ਿਸ਼ ਕਰੂੰਗਾ, ਜੇ ਦਿਨੇ ਮੈਨੂੰ ਮਿਲਣ ਤਾਂ ਮੈਂ ਤੁਹਾਨੂੰ ਭੇਜਾਂ। ਤੇ ਉਹਦਾ ਪਾਣੀ ਇੰਨਾ ਕੁ ਸਾਫ਼ ਹਟਵਾਣਾ ਜੀ, ਸ਼ੀਸ਼ੇ ਨਾਲੋਂ ਵੀ ਸਾਫ਼। ਉਹਦੇ ਚ ਉਹ ਦਰਿਆ ਦੇ ਵਿੱਚ ਜਿਹੜਾ ਥੱਲੇ ਵਾਲੇ ਤਲ ਦੇ ਉੱਤੇ ਪਏ ਛੋਟੀਆਂ ਛੋਟੀਆਂ ਬੱਟੀਆਂ ਨੇ ਜਾਂ ਕੋਈ ਚੀਜ਼ ਘਾਹ ਫੂਸ ਹੈ, ਉਹ ਵੀ ਤੁਹਾਨੂੰ ਸਾਫ਼ ਦਿਖਾਈ ਦਿੰਦਾ। ਤੇ ਜਿਹੜੀ ਉਹ ਕਿਸ਼ਤੀ ਉਹਦੇ ਉੱਤੇ ਤਰਦੀ ਆ, ਉਹ ਤੁਹਾਨੂੰ ਐਂ ਲੱਗੂ ਜਿਵੇਂ ਹਵਾ ਚ ਤੁਰੀ ਕਰਦੀ ਆ, ਜਾਂਦੀ ਪਾਣੀ ਇੰਨਾ ਸਾਫ਼ ਹੈ ਵੀ ਉਹ ਪਾਣੀ ਤੁਹਾਨੂੰ ਦਿਖਾਈ ਨੀ ਦਿੰਦਾ, ਟ੍ਰਾਂਸਪੇਰੈਂਟ ਪੂਰਾ ਦੇਖਣ ਦੇਖਣ ਵਾਲ ਦੀ ਨਜ਼ਰ ਹੈ। ਕਈਆਂ ਨੂੰ ਜਿਹੜੀ ਹੈ ਲੈਲਾ ਵੀ ਗੋਰੀ ਲੱਗਦੀ ਹੈ, ਦੇਖਣ ਵਾਲੇ ਨੂੰ ਕਾਲੀ ਲੱਗਦੀ ਹੈ। ਹਰ ਇੱਕ ਦਾ ਆਪਣਾ ਆਪਣਾ ਫਰਜ਼ ਹੈ। ਗਿੱਲ ਸਾਹਿਬ ਇੱਕ ਗੱਲ ਜ਼ਰੂਰ ਕਰਾਂਗੇ ਆਪਾਂ, ਹੁਣ ਗੱਲਾਂ ਤੁਸੀਂ ਅੱਜ ਇੰਨੀਆਂ ਭੇਜੀਆਂ ਹੋਈਆਂ ਨੇ, ਮੇਰੇ ਕੋਲ ਸਮਾਂ ਆਪਣੇ ਕੋਲ 15 ਮਿੰਟ ਦਾ ਹੀ ਹੈ, ਬਸ ਗੱਲਾਂ ਤੁਸੀਂ ਇੰਨੀਆਂ ਭੇਜੀਆਂ ਨੇ ਜ਼ਰੂਰੀ ਨੇ, ਬਹੁਤ ਜ਼ਿਆਦਾ ਵਧੀਆ ਨੇ। ਮੈਂ ਇੱਕੋ ਗੱਲ ਕਰਦਾ ਵੀ ਮੈਂ ਥੋੜ੍ਹੀ ਜਿਹੀ ਬ੍ਰੇਕ ਲੈਣਾ, ਇੱਕ ਅੱਧੇ ਕੁ ਮਿੰਟ ਦੀ ਬ੍ਰੇਕ ਦੇ ਮਗਰੋਂ ਫਿਰ ਤੁਸੀਂ ਜਿਹੜੀ ਅਹਿਮ ਜਿਹੜੀਆਂ ਗੱਲਾਂ ਨੇ ਮੈਂ ਉਹ ਗੱਲ ਤੁਹਾਡੇ ਕੋਲ ਲੈਣੀ ਚਾਹੂੰ, ਕਰਨਾਟਕਾ ਸਕੂਲ ਵਾਲੀ ਇੱਕ ਗੱਲ, ਉਹ ਜ਼ਰੂਰ ਤੁਸੀਂ ਕਰਕੇ ਜਾਇਓ। ਕੁਛ ਗੱਲਾਂ ਨੇ ਜਿਹੜੀਆਂ ਇੰਪੋਰਟੈਂਟ ਨੇ, ਬਹੁਤ ਮੈਂ ਚਾਹੂੰਗਾ ਤੁਸੀਂ ਜ਼ਰੂਰ ਕਰਿਓ ਪਲੀਜ਼, ਇੱਕ ਛੋਟੀ ਬ੍ਰੇਕ ਤੁਹਾਨੂੰ। ਸਹੀ ਜਵਾਬ ਦਿਓ ਤੇ ਫੇਮਸ ਹੋ ਜਾਓ। ਸਾਡਾ ਅੱਜ ਦਾ ਪਹਿਲਾ ਸਵਾਲ, ਤਾਜ ਮਹਿਲ ਕਿਸ ਨੇ ਬਣਵਾਇਆ ਸੀ? ਸ਼ਾਹਜਹਾਨ ਨੇ। ਚੰਦ ਤੇ ਜਾਣ ਵਾਲਾ ਪਹਿਲਾ ਆਦਮੀ ਕੌਣ ਸੀ? ਯਾਰ ਨੀਲ ਆਰਮਸਟਰੋਂਗ। ਇੰਸ਼ੋਰੈਂਸ ਕਿਸ ਨੂੰ ਕਹਿੰਦੇ ਨੇ? ਯਾਰ ਇਹ ਵੀ ਨੀ ਪਤਾ, ਜਿਸ ਨਾਲ ਅਸੀਂ ਅਤੇ ਸਾਡੀਆਂ ਲੋੜ ਵਾਲੀਆਂ ਚੀਜ਼ਾਂ ਜਿਵੇਂ ਕਿ ਟਰੱਕ, ਕਾਰ, ਘਰ ਸਿਕਿਓਰ ਰਹਿੰਦੇ ਨੇ ਅਤੇ ਹਸਪੀਟਲਸ ਦੇ ਬਿਲਸ ਤੇ ਵੀ ਬਚਾ ਹੁੰਦਾ ਹੈ। ਜਦ ਤੁਸੀਂ ਸਭ ਜਾਣਦੇ ਹੋ ਤਾਂ ਇੰਸ਼ੋਰੈਂਸ ਕਰਾਉਣ ਚ ਇੰਨੀ ਲਾਪਰਵਾਹੀ ਕਿਉਂ? ਜੇਕਰ ਤੁਸੀਂ ਆਪਣੀ ਲਾਈਫ ਚ ਟੈਂਸ਼ਨ ਫ੍ਰੀ ਹੋਣਾ ਚਾਹੁੰਦੇ ਹੋ ਤਾਂ ਇੱਕ ਨਾਮ ਹਮੇਸ਼ਾ ਯਾਦ ਰੱਖੋ, ਫਾਇਰਬਰਡ ਇੰਸ਼ੋਰੈਂਸ। ਬ੍ਰੋਕਰ ਡੀਲਿੰਗ ਇਨ ਕਮਰਸ਼ੀਅਲ ਟਰੱਕ, ਗੈਸ ਸਟੇਸ਼ਨ, ਲੀਕਰ ਸਟੋਰ ਅਤੇ ਹੋਮ, ਕਾਰ ਤੇ ਲਾਈਫ ਇੰਸ਼ੋਰੈਂਸ ਦੇ ਐਕਸਪਰਟ ਨੇ। ਫਾਇਰਬਰਡ ਵਾਲੇ ਵਰਕ ਕੰਪਨਸੇਸ਼ਨ ਇੰਸ਼ੋਰੈਂਸ ਵੀ ਡੀਲ ਕਰਦੇ ਨੇ। ਅੱਜ ਹੀ ਕਾਲ ਕਰੋ 707-430-5533, 707-430-5333 ਜਾਂ ਫਿਰ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ firebirdinsurance.com। ਸਾਨੂੰ ਤੁਹਾਡੀ ਫਿਕਰ ਹੈ। ਗਿੱਲ ਸਾਹਿਬ ਤੁਸੀਂ ਪਹਿਲੀ ਗੱਲ ਕਰਨਾਟਕਾ ਸਕੂਲ ਮਾਮਲੇ ਦੀ ਜਿਹੜੀ ਗੱਲ ਭੇਜੀ ਸੀ, ਜਿਹੜੀ ਪੁਲਿਸ ਹੈ ਉਹ ਵਿਦਿਆਰਥੀਆਂ ਤੋਂ ਜੇ ਲਾਇਸੈਂਸ ਉਹ ਜੇ ਹਥਿਆਰ ਲੈ ਕੇ ਆਉਂਦੇ ਪੁੱਛਗਿੱਛ ਕਰ ਸਕਦੀ ਹੈ? ਕੀ ਵਿਦਿਆਰਥੀ ਅਲਾਊਡ ਨੇ ਹਥਿਆਰ ਲੈ ਕੇ ਆਉਣ ਦੇ? ਨਹੀਂ ਨਹੀਂ ਤੁਸੀਂ ਗਲਤ ਸਮਝੇ। ਅੱਛਾ ਜੀ, ਤੁਹਾਡਾ ਜੀ ਪੁਲਿਸ ਵਾਲਿਆਂ ਕੋਲ ਹਥਿਆਰ ਸੀ ਜਦੋਂ ਉਹਨਾਂ ਨੇ ਬੱਚਿਆਂ ਨੂੰ ਅੱਛਾ ਪੁਲਿਸ ਕੋਲ ਹਥਿਆਰ ਸੀ ਜੀ ਜੀ ਉਹ ਤਾਂ ਹੋਣਾ ਹੀ ਨੇਚਰਲੀ ਹੈ। ਇਸ ਗੱਲ ਦਾ ਅਦਾਲਤ ਨੇ ਬੁਰਾ ਬਣਾਇਆ ਜੀ ਜੀ ਵੀ ਸਕੂਲ ਨਹੀਂ ਲੈ ਕੇ ਜਾਣਾ ਬੱਚਿਆਂ ਨੂੰ। ਨਹੀਂ ਇਹ ਜਿਹੜਾ ਨਵਾਂ ਹੁਣ ਕਾਨੂੰਨ ਬਣਿਆ 2015 ਦੇ ਵਿੱਚ ਜਿਹੜਾ ਬੱਚਿਆਂ ਲਈ ਨਿਆਂ ਦੇਖਭਾਲ ਤੇ ਸੁਰੱਖਿਆ ਦਾ ਕਾਨੂੰਨ 2015 ਜੀ, ਇਹ ਜਿਹੜਾ ਕਾਨੂੰਨ ਆ ਇਹਦੇ ਤਹਿਤ ਜੇ ਮਤਲਬ ਹੈ ਪੁਲਿਸ ਨੇ ਕਿਸੇ ਜੁਬੇਨਾਇਲ ਕਿਸੇ ਬੱਚੇ ਤੋਂ ਜਿਹੜਾ ਬਾਲਗ ਨਹੀਂ ਹੈਗਾ 14-15 ਸਾਲ ਤੋਂ ਘੱਟ ਜੁਬੇਨਾਇਲ ਜਿਹਨੂੰ ਆਪਾਂ ਕਹਿੰਦੇ ਹਾਂ ਜਿਹੜੇ ਉਹ ਬੱਚੇ ਨੇ ਉਹਨਾਂ ਤੋਂ ਜੇ ਪੁੱਛਗਿੱਛ ਕਰਨੀ ਹੈ ਪੁਲਿਸ ਨੇ ਤਾਂ ਪੁਲਿਸ ਵਾਲਾ ਇੱਕ ਤਾਂ ਵਰਦੀ ਚ ਨਹੀਂ ਹੋਣਾ ਚਾਹੀਦਾ, ਇੱਕ ਉਹਦੇ ਕੋਲ ਕੋਈ ਹਥਿਆਰ ਨਹੀਂ ਚਾਹੀਦਾ ਤਾਂ ਕਿ ਉਹ ਜਿਹੜਾ ਬੱਚਾ ਵਾ ਉਹ ਭੈ ਡਰੇ ਨਾ, ਭੈ ਨਾ ਮੰਨੇ, ਉਹ ਤੋਂ ਡਰੇ ਨਾ। ਹਾਂ ਤੇ ਉਹਦੇ ਉਹਨੂੰ ਮਾਨਸਿਕ ਤੌਰ ਤੇ ਉਹ ਪਰੇਸ਼ਾਨ ਨਾ ਹੋਵੇ, ਇਹ ਕਾਨੂੰਨ ਬਣਿਆ ਹੋਇਆ ਬਹੁਤ ਵਧੀਆ ਭਾਰਤ ਦੇ ਵਿੱਚ ਵੀ ਕਾਨੂੰਨ ਬਣਿਆ ਹੋਇਆ। ਹਾਂ ਪਰ ਤੁਹਾਡਾ ਜੀ ਜੇ ਤੁਹਾਨੂੰ ਯਾਦ ਹੋਵੇ ਬਿਦਰ ਦੀ ਗੱਲ ਕਰਦਾ ਮੈਂ, ਬਿਦਰ ਬਾਬਾ ਨਾਨਕ ਵੀ ਜਾ ਕੇ ਆਇਆ ਉੱਥੇ। ਹਾਂਜੀ ਉੱਥੇ ਗੁਰੂ ਘਰ ਵੀ ਹੈ ਇੱਕ ਬਹੁਤ ਵਧੀਆ ਜਿੱਥੇ ਲੋਕ ਪੰਜਾਬੀ ਜਾਂਦੇ ਨੇ ਜਦੋਂ ਬਿਹਾਰ ਦੇ। ਨਹੀਂ ਨਹੀਂ ਬਿਦਰ ਕਰਨਾਟਕਾ ਦੇ ਵਿੱਚ। ਨਹੀਂ 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 ਬਿਦਰ ਪਟਨਾ ਚ ਨਹੀਂ ਹੈ ਜੀ, ਮੈਂ ਤਾਂ ਗੱਲ ਸਾਹਿਬ ਨੂੰ ਬਿਹਾਰ ਚ ਸੁਣਦਾ ਸੀ, ਬਿਦਰ ਨੂੰ ਬਿਹਾਰ ਚ ਜਾਣਦਾ ਸੀ। ਨਹੀਂ 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 ਠੀਕ ਨਹੀਂ
थैंक यू थोड़ा विदर कर्नाटका थैंक यू हाँ विदर कर्नाटका दे बच्चा विदर कर्नाटका दे बच्चा साढ़े बहुत सारे बच्चे उत्थे पढ़ने भी जाते ने उत्थे विद्यक संस्थावां बड़ियां वधिया ने बहुत ज्यादा फ्री च मिल जाते ने दर्शन करने भी लोग जाते ने गुरु घर की विदर स्कूल जरा उकूल है जदों तुम्हारा जी पिछले साल नागरिकता सोध कानून के खिलाफ शाहीन बाग तो लैके देश के दे सारे हिस्सों के एक संघर्ष चल रहा थी 21 जनवरी 2020 विदर के एक स्कूल के छोटे बच्चों ने नागरिकता सोध कानून के खिलाफ एक नाटक पेश किया उस नाटक दे विच भाग लैण वाले बच्चे उस स्कूल दी प्रिंसीपल ते उन्हां बच्चों के मापिया के विरुद्ध भी ते उन्हां अध्यापकों के विरुद्ध जिन्होंने वह नाटक करन लई उन्होंने तैयार किया सी बच्चों उन्हां सारयां के विरुद्ध देश धरो का मुकदमा दर्ज किया गया सी एबीवीपी के एक कारकुन की दरखास्त दे उत्ते हां जी उन्हां बच्चों के विरुद्ध मुकदमा दाखिल किया गया सी देश धरो का ते जदों उन्हां बच्चों को पुछगिछ की देश धरो का मुकदमा दर्ज होया तो एक 9 साल के छोटे बच्चे की मां नूं भी गिरफ्तार किया गया उस केस दे विच उस स्कूल की प्रिंसीपल नूं भी गिरफ्तार किया गया उन्हां दी जमानतां बाद दे विच हाई कोर्ट ने कीतियां सी कर्नाटक की हाई कोर्ट ने ते बाद दे विच इह गल सामने आई जिहड़ा उत्थे होणा जी जिहड़ा बच्चों इंसाफ का कानून जी मैं तुम्हें गल दस के टाइम तो 2015 के आया थी और लागू 2016 आया थी उसकी धारा 86(5) जी कहती है बी जिसे साफ साफ लिखा हुआ बी जे बच्चों को पुछगिछ करनी है तो पुलिस साढ़े कपड़े होनी चाहिए उन्होंने कोई हथियार या कोई ड्रॉन वाली चीज नहीं होनी चाहिए तो जे किसी कुड़ी को पुछगिछ करनी है तो किसी भी पुलिस अधिकारी के नाल किसी औरत का होना बहुत जरूरी है इन यकीनी बना लाजमी है तो यह हम थोड़ा जी कर्नाटका के चीफ जस्टिस अभय ओका जस्टिस एन एस संजय गौड़ा ने 16 मार्च आ जी हमने लंघ के गई है पिछे 16 मार्च में डीएसपी बसावेश्वर वालों दर्ज किए बयान के उत्ते उन्होंने अपना वो किया एक तस्वीर थोड़ा जी अखबारों छपी थी जदों कुछ पुलिस वाले 3 बच्चों को पुछगिछ कर रहे थे तो उन्होंने को हथियार भी ने उन्हें बच्चों के दो लड़के ने ते एक लड़की है तो वह पुछगिछ की तस्वीर जदों अखबारों छपी तो इस गल का जिहड़ा बहुत वड्डी पद्धर के उत्ते नोटिस लिया वो उत्थों की हाई कोर्ट ने भी लिया तो उत्थे जिहड़ा इस सिलसिले में बनया होया एक कमीशन कह लो या एक कमेटी कह लो उस दे भी इहदा काफी जिहड़ा उहदा नाम है जिहड़ी उहनां दी वकील सी जिहने पटीशन हाई कोर्ट दे विच पाई सी उहदा नाम है नैना ज्योति ते साउथ इंडिया सेल फॉर ह्यूमन राइट एजुकेशन एंड मॉनिटरिंग इहनां वल्लों दायर कीती गई सी पटीशन जिहदे उत्ते सुनवाई जिहड़ी आ उह हुण होणी आ अगले कुछ दिनां च दुआरा ते जिहदे च पुलिस नूं इह गल कही गई आ बई थोड़ा कोई वड्डा अफसर वह अपने वालों हल्फिया बयान देवे बई जिन्हां पुलिस मुलाजमान ने हथियार लैके वर्दियां पा के इन्हां बच्चों को पुछगिछ की थी उन्होंने खिलाफ की कार्रवाई की है उन्होंने खिलाफ उन्हों का की किया उन्होंने कोई मुकदमा दर्ज किया उन्होंने नौकरी तो कढ़िया या कुछ भी जिहड़ा भी कोई एक्शन उन्होंने खिलाफ होया इहदा हल्फिया बयान दाखिल करे सरकार यह गल उन्होंने कही है हुण तुहाडा जी बिदर शहर का शाहीन स्कूल से उदा का जिमें शाहीन बाग के एक मोर्चा लग्या उस स्कूल का नाम भी शाहीन स्कूल से जिथे ये नाटक खेडा गया 85 बच्चे जेडे इस मामले के उन्होंने जेडे कर ले पुलिस मुलाजिम यदी पुछगिछ करने वास्ते आए थे जिन्हों के 3 कोले हथियार से ते 3 बच्चे जिहड़े ने जिन्हां 'चों 2 लड़के ते 1 लड़की उन्हां दी पुछगिछ हुई सी ते
ਵਰਦੀ ਸਾਰਿਆਂ ਦੇ ਪਾਈ ਹੋਈ ਸੀ, ਦੋ ਕੁੜੇ ਹਥਿਆਰ ਵੀ ਸੀਗੇ। ਤਾਂ ਹੁਣ ਅਦਾਲਤ ਨੇ ਇਹ ਗੱਲ ਕਹੀ ਆ ਵੀ ਇਸ ਕਾਨੂੰਨ ਦੀ ਧਾਰਾ 86(5) ਜਿਹੜੀ ਆ ਇਹ ਉਹਦੀ ਉਲੰਘਣਾ ਦਾ ਸਾਫ਼ ਸਾਫ਼ ਮਾਮਲਾ ਵਾ, ਤੇ ਇਹਦੇ ਬਾਰੇ ਜਿਹੜਾ ਸਰਕਾਰ ਜਵਾਬ ਦਾਇਰ ਕਰੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹੜੀ ਪ੍ਰਿੰਸੀਪਲ ਸੀ ਉਸ ਸਕੂਲ ਦੀ, ਉਹਦੇ ਸਮੇਤ 9 ਸਾਲ ਦੇ ਇੱਕ ਬੱਚੇ ਦੀ ਮਾਂ ਨੂੰ ਵੀ ਫੜ ਕੇ ਪੁਲਿਸ ਨੇ ਅੰਦਰ ਦਿੱਤਾ ਸੀ ਤੇ ਦੇਸ਼ ਨੂੰ ਰੱਬ ਖਤਮਾ ਉਹਨਾਂ ਦੇ ਖਿਲਾਫ਼ ਬਣਾ ਦਿੱਤਾ ਸੀਗਾ। ਤੇ ਹੁਣ ਹਾਈ ਕੋਰਟ ਨੇ ਇਹਦਾ ਬਹੁਤ ਗੰਭੀਰ ਨੋਟਿਸ ਲਿਆ ਵੀ ਇਹ ਸਾਰਾ ਕੁਛ ਕਿਉਂ ਹੋਇਆ। ਜੀ ਗੱਲ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਜੇ ਪ੍ਰਿੰਸੀਪਲ ਜਿਹੜੀ ਆ ਸਟੈਂਡ ਲੈ ਲੈਂਦੀ ਕੋਈ ਬੰਦਾ ਐਂਟਰ ਨਹੀਂ ਸੀ ਹੋ ਸਕਦਾ ਹਥਿਆਰਾਂ ਨਾਲ ਸਕੂਲ ਦੇ ਵਿੱਚ। ਨਹੀਂ ਉਹਨੇ ਤਾਂ ਲਿਆ ਸੀ ਸਟੈਂਡ ਤੁਹਾਡਾ ਜੀ, ਜਦੋਂ ਉਹਦੇ ਤੇ ਦੇਸ਼ ਨੂੰ ਰੱਬ ਕਦਮਾ ਹੀ ਦਰਜ ਕਰਤਾ ਤਾਂ ਫਿਰ ਉਹ ਕਰ ਦੇਣਾ ਇੰਟਰਵਿਊ ਨਾ ਦੇਣ ਬੱਚੇ, ਕੋਈ ਬੱਚਾ ਇੰਟਰਵਿਊ ਨਹੀਂ ਦਊਗਾ। ਉਹ ਤਾਂ ਅਜੇ ਵੀ ਲੱਗੀ ਹੋਈ ਆ, ਉਹ ਪ੍ਰਿੰਸੀਪਲ ਅਜੇ ਵੀ ਲੱਗੀ ਹੋਈ। ਚਲੋ ਦੇਖੋ ਆਪਾਂ ਨੀ ਇਹ ਗੱਲ ਤੇ ਜਾਂਦੇ, ਪਰ ਇੱਕ ਗੱਲ ਜ਼ਰੂਰ ਹੈਗੀ ਹੈ ਜਿਹੜੇ ਦੇਸ਼ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਸਕੂਲਾਂ ਦੇ ਵਿੱਚ ਖਾਸ ਕਰਕੇ, ਮੈਂ ਕਾਲਜਾਂ ਦੀ ਗੱਲ ਨਹੀਂ ਕਰਦਾ, ਕਾਲਜਾਂ ਦੇ ਵਿੱਚ ਤਾਂ ਆਨਸਰ ਕਰਨ ਵਾਲੇ ਕੁਐਸਚਨ ਕਰਨ ਵਾਲੇ ਬੰਦੇ ਬਹੁਤ ਆਉਂਦੇ ਨੇ, ਪਰ ਸਕੂਲਾਂ ਦੇ ਵਿੱਚ ਇਹ ਇੱਕ ਕਿਸਮ ਦੀ ਵੱਖਰੀ ਹੀ। ਹੁਣ ਮੈਨੂੰ ਇਹ ਲੱਗ ਰਿਹਾ ਇਹ ਨਵਾਂ ਇੱਕ ਯੁੱਧ ਜਿਹੜਾ ਛੁੜੂਗਾ ਜੇ ਸਕੂਲੀ ਬੱਚੇ ਵੀ ਉਹਦੇ ਵਿੱਚ ਸ਼ਾਮਲ ਹੋਣਗੇ, ਕਿਉਂਕਿ ਸਰਕਾਰਾਂ ਨੂੰ ਇਹ ਪਤਾ ਨਹੀਂ ਅਸੀਂ ਕੀ ਕਰ ਰਹੇ ਹਾਂ। ਕਈ ਗੱਲਾਂ ਦੇ ਵਿੱਚ ਜਨਮ ਉਹ ਆਪ ਦਿੰਦੀਆਂ ਨੇ। ਜਿਹੜੇ ਬੱਚਿਆਂ ਨੇ ਘਟਨਾਵਾਂ ਵਾਪਰਦੀਆਂ ਦੇਖੀਆਂ ਨੇ ਉਹ ਬੱਚੇ ਉਹ ਚੀਜ਼ ਦੇ ਗਵਾਹ ਨੇ। ਕੱਲ ਨੂੰ ਬੱਚਿਆਂ ਦੇ ਸਾਹਮਣੇ ਜੋ ਅੱਜ ਤਾਲਿਬਾਨ ਦੇ ਵਿੱਚ ਹੋ ਰਿਹਾ ਹੈ ਜਾਂ ਕਿਤੇ ਹੋ ਰਿਹਾ ਅਫਗਾਨਿਸਤਾਨ ਦੇ ਵਿੱਚ ਹੋ ਰਿਹਾ ਕਿਤੇ ਹੋ ਰਿਹਾ, ਜਿਹੜੇ ਲੋਕ ਗਵਾਹ ਹੁੰਦੇ ਨੇ ਗਵਾਹ ਗਵਾਹੀ ਦਿੰਦੇ ਨੇ ਇਸ ਟਾਈਮ ਇਹ ਹੋਇਆ ਸੀ। ਜੋ ਘਟਨਾਵਾਂ ਅੱਜ ਸਾਡੀ ਸਰਕਾਰ ਕਿਸੇ ਵੀ ਸੂਬੇ ਦੇ ਵਿੱਚ ਕਿਤੇ ਕਿਸੇ ਵੀ ਤਰੀਕੇ ਨਾਲ ਕਰ ਰਹੀ ਹੈ, ਇਹ ਘਟਨਾਵਾਂ ਵਾਪਰ ਰਹੀਆਂ ਨੇ ਤੇ ਉੱਥੇ ਗਵਾਹ ਵੀ ਪੈਦਾ ਹੋ ਰਹੇ ਨੇ। ਜਦੋਂ ਗਵਾਹ ਨੇ ਫਿਰ ਇੱਕ ਨਵੇਂ ਇਤਿਹਾਸ ਨੂੰ ਜਨਮ ਦੇਣਗੇ, ਗਿੱਲ ਸਾਹਿਬ ਮੇਰੀ ਗਰੰਟੀ ਹੈ। ਬੀਜੇਪੀ ਦੀ ਸਰਕਾਰ ਆ, ਜੇਦੂਰੱਪਾ ਦੀ ਸਰਕਾਰ ਸੀ ਜਦੋਂ ਇਹ ਘਟਨਾਵਾਂ ਸੀ, ਜਿਹਦੀ ਵੀ ਹੋਵੇ ਮਰਜ਼ੀ ਪਰ ਉਹਦੇ ਵਿੱਚੋਂ ਹੀ। ਚਲੋ ਕੋਈ ਆਪਾਂ ਹਾਂਜੀ ਬਿਲਕੁਲ ਹਾਂ ਅਗਲੀ ਗੱਲ ਜਿਹੜੀ ਹੈ ਤੁਸੀਂ ਮਰਜ਼ੀ ਨਾਲ ਛੇੜ ਲਓ, 5 ਮਿੰਟ ਦਾ ਸਮਾਂ ਆਪਣੇ ਕੋਲ। ਮੈਂ ਸਰਬਣਾ ਜੀ ਪ੍ਰਜਾਪਤ ਬਾਰੇ ਗੱਲ ਕਰਦਾ ਕਿਉਂਕਿ ਕੱਲ ਸੁਪਰੀਮ ਕੋਰਟ ਨੇ ਪ੍ਰਜਾਪਤ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਤੋਂ ਜਵਾਬ ਮੰਗ ਲਿਆ, ਪਰ ਨਾਲ ਇਹ ਵੀ ਗੱਲ ਕਹੀ ਆ ਵੀ ਸੁਰੱਖਿਆ ਨਾਲ ਸੰਬੰਧਿਤ ਜਾਣਕਾਰੀ ਭਾਵੇਂ ਨਾ ਦਿੱਤੀ ਜਾਵੇ ਪਰ ਇਹ ਜ਼ਰੂਰ ਦੱਸਿਆ ਜਾਵੇ ਵੀ ਕੀ ਸਰਕਾਰ ਨੇ ਇਸ ਸੋਫਟਵੇਅਰ ਦੀ ਵਰਤੋਂ ਕੀਤੀ ਜਾਂ ਨਹੀਂ ਕੀਤੀ। ਅੱਛਾ, ਦੇਸ਼ ਦੀ ਸਿਖਰਲੀ ਅਦਾਲਤ ਦੇ ਸਭ ਤੋਂ ਵੱਡੇ ਜੱਜ ਐਨ ਵੀ ਰਮੰਨਾ ਦੀ ਅਗਵਾਈ ਵਾਲੀ ਬੈਂਚ ਨੇ ਇਹ ਇਸ ਬਾਰੇ ਫੈਸਲਾ ਜਿਹੜਾ ਉਹਨਾਂ ਨੇ ਕਿਹਾ ਵੀ ਹੁਣ ਲਊਗੀ ਜਿਹੜੀ ਆ ਅਦਾਲਤ ਤੇ ਅਗਲੇ 10 ਦਿਨਾਂ ਬਾਅਦ ਇਹਦੀ ਸੁਣਵਾਈ ਤੈਅ ਕਰ ਦਿੱਤੀ ਹੈ। ਤੇ ਉਧਰ ਨਾਲ ਉਹਨਾਂ ਨੇ ਇਹ ਵੀ ਕਿਹਾ ਜੱਜ ਸਾਹਿਬ ਨੇ ਵੀ ਜਿਹੜਾ ਸਰਕਾਰ ਕਹਿੰਦੀ ਹੈ ਵੀ ਅਸੀਂ ਵਿਸ਼ੇਸ਼ ਮਾਹਰਾਂ ਦੀ ਕਮੇਟੀ ਬਣਾਵਾਂਗੇ ਇਹਦੀ ਜਾਂਚ ਕਰਨ ਵਾਸਤੇ, ਇਸ ਗੱਲ ਨੂੰ ਵੀ ਧਿਆਨ ਚ ਰੱਖਿਆ ਜਾਊ। ਅੱਛਾ ਜੀ, ਕੁਛ ਸਮਾਂ ਪਹਿਲਾਂ ਮੀਡੀਆ ਚ ਆਈਆਂ ਰਿਪੋਰਟਾਂ, ਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ ਕੇਂਦਰ ਸਰਕਾਰ ਨੇ ਕਥਿਤ ਤੌਰ ਤੇ ਇਸਰਾਇਲੀ ਸਾਫਟਵੇਅਰ ਨਾਲ ਰਾਜਨੀਤਿਕ ਲੀਡਰਾਂ ਐਕਟੀਵਿਸਟਾਂ ਤੇ ਪੱਤਰਕਾਰਾਂ ਦੀ ਜਸੂਸੀ ਕਰਵਾਈ ਆ, ਜੋ ਮਾਮਲਾ ਬਹੁਤ ਗੰਭੀਰ ਆ। ਪਤਾ ਸਰ ਸੁਣਵਾਈ ਦੌਰਾਨ ਕੇਂਦਰ ਦੀ ਸਰਕਾਰ ਨੇ ਜਿਹੜੀ ਦਲੀਲ ਦਿੱਤੀ ਆ ਉਹਦੇ ਚ ਉਹਨਾਂ ਨੇ ਕਿਹਾ, ਕਿਉਂਕਿ ਹੁਣ ਤਾਂ ਉਹ ਇਹ ਗੱਲ ਕਹਿੰਦੇ ਸੀ ਵੀ ਨਹੀਂ ਅਸੀਂ ਤਾਂ ਜੀ ਵਰਤੋਂ ਹੀ ਨੀ ਕੀਤੀ, ਅਸੀਂ ਤਾਂ ਜੀ ਇਹ ਖਰੀਦਿਆ ਹੀ ਨੀ ਹੈ, ਅਸੀਂ ਤਾਂ ਇਹਦੇ ਵੀ ਕੋਈ ਪੇਮੈਂਟ ਹੀ ਨੀ ਕੀਤੀ। ਪਰ ਕੱਲ ਕੁਛ ਨਾ ਕੁਛ ਹੀਲ ਪਿਆਜ ਨੰਗਾ ਜ਼ਰੂਰ ਹੋਇਆ ਸਰਕਾਰ ਦਾ, ਕਿਉਂਕਿ ਕੱਲ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜੀ ਦਲੀਲ ਅਦਾਲਤ ਦੇ ਸਾਹਮਣੇ ਦਿੱਤੀ ਗਈ ਉਹਦੇ ਚ ਇਹ ਗੱਲ ਕਹੀ ਗਈ ਆ, ਮੈਂ ਉਸ ਵਕੀਲ ਦੇ ਸ਼ਬਦਾਂ ਚ ਤੁਹਾਨੂੰ ਦੱਸਣ ਲੱਗਿਆ। ਉਹਨਾਂ ਨੇ ਕਿਹਾ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ, ਨਿਗਰਾਨੀ ਲਈ ਵਰਤੇ ਕਿਸੇ ਸੋਫਟਵੇਅਰ ਬਾਰੇ ਖੁੱਲ੍ਹੇਆਮ ਚਰਚਾ ਨਹੀਂ ਹੋ ਸਕਦੀ। ਵੀ ਕੇਂਦਰ ਬਾਹਰ
ਇਹ ਵੀ ਕਿਹਾ ਵੀ ਕੇਂਦਰ ਮਾਹਰਾਂ ਦੀ ਕਮੇਟੀ ਨੂੰ ਇਸ ਦੀ ਨਿਗਰਾਨੀ ਦਾ ਵੇਰਵਾ ਦੇਣ ਲਈ ਤਿਆਰ ਹੈ ਤੇ ਉਹ ਰਿਪੋਰਟ ਅਦਾਲਤ ਨੂੰ ਵੀ ਦਿੱਤੀ ਜਾ ਸਕਦੀ ਹੈ। ਤੁਹਾਡਾ ਜੀ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਹੋ ਕੇ ਕਿਹਾ ਵੀ ਸਰਕਾਰ ਤੇ ਸੈਨਾ ਭਾਰਤੀ ਸੈਨਾ ਰਾਸ਼ਟਰ ਵਿਰੋਧੀ ਤੇ ਅੱਤਵਾਦੀ ਗਤੀਵਿਧੀਆਂ ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੇ ਸਾਫਟਵੇਅਰ ਵਰਤਦੀ ਹੈ। ਬਿਲਕੁਲ ਪਹਿਲਾਂ ਕਹਿੰਦੇ ਸੀ ਨਹੀਂ, ਇਸ ਗੱਲ ਤੋਂ ਇਨਕਾਰ ਕਰਦੇ ਸੀ, ਇਹਦਾ ਕੋਈ ਸਾਫਟਵੇਅਰ ਖਰੀਦਿਆ ਹੀ ਨਹੀਂ, ਇਸਰਾਇਲ ਨਾਲ ਸਾਡੀ ਕੋਈ ਗੱਲ ਹੀ ਨਹੀਂ, ਐਨਐਸਓ ਨਾਲ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ। ਪਰ ਹੁਣ ਕਹਿੰਦੇ ਸਾਫਟਵੇਅਰ ਸਰਕਾਰ ਤੇ ਸੈਨਾ ਰਾਸ਼ਟਰ ਵਿਰੋਧੀ ਗਤੀਵਿਧੀਆਂ ਦੇ ਉੱਤੇ ਕਾਬੂ ਪਾਉਣ ਲਈ, ਅੱਤਵਾਦੀ ਗਤੀਵਿਧੀਆਂ ਤੇ ਕਾਬੂ ਪਾਉਣ ਲਈ ਇਹਦੀ ਵਰਤੋਂ ਕਰਦੀ ਹੈ। ਤੇ ਉਹਨਾਂ ਕਿਹਾ ਵੀ ਸਰਕਾਰ ਤੇ ਸੈਨਾ ਇਸ ਬਾਰੇ ਖੁੱਲ੍ਹੇਆਮ ਜਾਣਕਾਰੀ ਸਾਂਝੀ ਨਹੀਂ ਕਰ ਸਕਦੀ ਕਿ ਕਿਹੜਾ ਸਾਫਟਵੇਅਰ ਵਰਤਿਆ ਜਾਣ। ਹੁਣ ਇੱਥੇ ਆ ਗਏ ਕਹਿੰਦੇ ਹੁਣ ਇਹ ਨੀ ਦੱਸ ਸਕਦੇ ਵੀ ਸਾਫਟਵੇਅਰ ਕਿਹੜਾ ਵਰਤਿਆ ਜਾ ਰਿਹਾ, ਵਰਤਿਆ ਤਾਂ ਜਾ ਰਿਹਾ। ਤਾਂ ਪਟੀਸ਼ਨ ਕਰਤਾ ਦੇ ਵਕੀਲ ਜਿਹੜੇ ਨੇ, ਕਿਉਂਕਿ 11 ਵੱਖ ਵੱਖ ਪਟੀਸ਼ਨਾਂ ਦੁਆਰਾ ਜੀ ਦਾਖਲ ਹੋਈਆਂ ਨੇ, ਜਿਹਨਾਂ ਦੇ ਵਿੱਚ ਐਨ ਰਾਮ ਵਰਗੇ ਵੱਡੇ ਪੱਤਰਕਾਰਾਂ ਵੱਲੋਂ, ਕਪਿਲ ਸਿੱਬਲ ਜਿਹੜੇ ਕਾਂਗਰਸ ਦੇ ਵੱਡੇ ਆਗੂ ਵੀ ਨੇ, ਕਾਨੂੰਨ ਮੰਤਰੀ ਵੀ ਰਹਿ ਚੁੱਕੇ ਨੇ, ਸੁਪਰੀਮ ਕੋਰਟ ਤੇ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਨਾਂ ਹੈ, ਬਹੁਤ ਵੱਡੇ ਵਕੀਲ ਨੇ। ਪਰ ਇੱਕ ਗੱਲ ਹੈ, ਉਹਨਾਂ ਨੇ ਤੁਹਾਡੀ ਗੱਲ ਸਹੀ ਹੈ, ਗੱਲ ਸਪਸ਼ਟ ਕਰਤੀ, ਨਾਂ ਉਹਨਾਂ ਦਾ ਬਹੁਤ ਹੈ, ਕਾਂਗਰਸ ਨੇ ਬਿਲਕੁਲ ਬੈਕਫੁੱਟ ਤੇ ਪਾਤਾ। ਹੁਣ ਚਲੋ ਜੀ, ਹੁਣ ਆਪਾਂ ਉਧਰ ਨੂੰ ਚੱਲਾਂਗੇ ਤਾਂ ਮੇਰਾ ਸਮਾਂ ਖਰਾਬ ਹੋ ਜਾਣਾ, ਬਿਲਕੁਲ ਮੈਨੂੰ ਗੱਲ ਪੂਰੀ ਕਰ ਲੈਣਾ। ਕਰੋ ਕਰੋ। ਕਪਿਲ ਸਿੱਬਲ ਨੇ ਇਹ ਗੱਲ ਕਹੀ ਆ ਵੀ ਸਾਡਾ ਇਰਾਦਾ ਸੁਰੱਖਿਆ ਬਾਰੇ ਜਾਣਕਾਰੀ ਹਾਸਲ ਕਰਨਾ ਹੈ ਹੀ ਨੀ। ਉਹ ਕਹਿੰਦੇ ਅਸੀਂ ਤਾਂ ਇਹ ਜਾਣਨਾ ਚਾਹੁੰਦੇ ਹਾਂ ਵੀ ਸਰਕਾਰ ਇਹ ਦੱਸੇ ਘੱਟੋ ਘੱਟ ਵੀ ਉਹ ਪੈਰਾਸਸ ਦੀ ਵਰਤੋਂ ਕੀਤੀ ਆ ਜਾਂ ਨਹੀਂ ਕੀਤੀ। ਤੇ ਸਿਖਰ ਲਈ ਅਦਾਲਤ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਉਜਾਗਰ ਕਰਨ ਦੀ ਕੋਈ ਲੋੜ ਨਹੀਂ, ਪਰ ਕੀ ਆਮ ਲੋਕਾਂ ਦੀ ਨਿਗਰਾਨੀ ਲਈ ਇਸ ਸਾਫਟਵੇਅਰ ਦੀ ਵਰਤੋਂ ਦੇ ਆਦੇਸ਼ ਕਿਹਨੇ ਦਿੱਤੇ, ਕਿਉਂ ਦਿੱਤੇ, ਇਹ ਤਾਂ ਪੁੱਛਣਾ ਅਦਾਲਤ ਦਾ ਹੱਕ ਹੈ, ਘੱਟੋ ਘੱਟ ਇਹ ਜਵਾਬ ਤਾਂ ਤੁਹਾਨੂੰ ਦੇਣਾ ਪਏਗਾ। ਸੋ ਇਸ ਕਰਕੇ ਇੱਕ ਵੱਡਾ ਸਵਾਲ, ਜਿਹੜਾ ਸਵਾਲੀਆ ਨਿਸ਼ਾਨ ਸਰਕਾਰ ਦੀ ਭੂਮਿਕਾ ਦੇ ਉੱਤੇ, ਉਹਨਾਂ ਦੇ ਕਿਰਦਾਰ ਦੇ ਉੱਤੇ, ਉਹਨਾਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਦੇ ਉੱਤੇ ਲੱਗ ਗਿਆ ਵਾ, ਜਿਹਦੇ ਕਰਕੇ ਕੇਂਦਰੀ ਗ੍ਰਹਿ ਮੰਤਰੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਹੁਣ ਫਿਕਰਮੰਦ ਹੋ ਗਏ ਨੇ। ਕਿਉਂਕਿ ਅਦਾਲਤਾਂ ਵੱਲੋਂ ਪਿਛਲੇ ਸਮੇਂ ਤੋਂ, ਖਾਸ ਤੌਰ ਤੇ ਜਿਹੜੇ ਚੀਫ ਜਸਟਿਸ ਐਨ ਸੀ ਰਮੰਨਾ ਨੇ, ਉਹਨਾਂ ਵੱਲੋਂ ਤੁਹਾਡਾ ਜਿਸ ਢੰਗ ਦੀ ਜਿਵੇਂ ਉਹਨਾਂ ਨੇ, ਹਾਂਜੀ ਹਾਂਜੀ, ਮੈਂ ਇੱਕ ਇੱਕ ਤੁਹਾਡੇ ਕੋਲ ਸਵਾਲ ਕਰਨਾ ਚਾਹੁੰਦਾ, ਹੁਣ ਜਾਂਦੇ ਜਾਂਦੇ ਸਮਾਂ ਥੋੜਾ ਹੈ, ਹੁਣ ਹੁਣੇ ਜੇ ਕੋਈ ਗੱਲ ਹੈ ਉਹ ਜੱਜ ਦਾ ਰਮੰਨਾ ਜੀ ਦਾ, ਤੁਹਾਨੂੰ ਕੀ ਲੱਗਦਾ ਹੈ ਇਸ ਟਾਈਮ ਉਹਦਾ ਕਿਹੋ ਜਿਹਾ ਫਿਊਚਰ ਹੈ, ਕਿਹੋ ਜਿਹਾ ਭਵਿੱਖ ਹੈ? ਉਹਨਾਂ ਦਾ ਕਾਰਜਕਾਲ ਥੋੜਾ ਹੀ ਆ, ਜ਼ਿਆਦਾ ਲੰਬਾ ਨਹੀਂ ਹੈ ਕਾਰਜਕਾਲ, ਕਿਉਂਕਿ ਆਮ ਤੌਰ ਤੇ ਜਿਹੜੇ ਸਾਡੇ ਚੀਫ ਜਸਟਿਸ ਹੁੰਦੇ ਨੇ ਉਹਨਾਂ ਦਾ ਕਾਰਜਕਾਲ ਸਾਲ ਜਾਂ 2 ਸਾਲ ਹੀ ਹੁੰਦਾ, ਕਿਉਂਕਿ ਬਹੁਤ ਸੀਨੀਅਰ ਅਵਸਥਾ ਚ ਜਾ ਕੇ ਉਹਨਾਂ ਨੂੰ ਇਹ ਪੋਜੀਸ਼ਨ ਮਿਲਦੀ ਆ। ਤੇ ਪਰ ਤੁਹਾਡਾ ਜੀ ਜਿਵੇਂ ਪਿਛਲੇ ਸਮੇਂ ਚ ਰੰਜਨ ਗੋਗੋਈ ਸਾਹਿਬ ਦੇ ਉੱਤੇ ਬਹੁਤ ਸਾਰੇ ਉੱਜਾਂ ਉੱਠੀਆਂ, ਉਂਗਲਾਂ ਉੱਠੀਆਂ, ਲਾਂਛਣ ਲੱਗੇ, ਬੜਾ ਕੁਛ ਸਾਹਮਣੇ ਆਇਆ। ਤੇ ਮੈਂ ਹੋਰ ਵੀ ਤੁਹਾਨੂੰ ਦੱਸਾਂ, ਇਹੀ ਜੱਜ ਹੈ ਐਨ ਵੀ ਰਮੰਨਾ ਜਿਨ੍ਹਾਂ ਨੇ ਉਹ ਜਿਹੜਾ ਇੱਕ ਆਪਣੇ ਝਾਰਖੰਡ ਦੇ ਵਿੱਚ ਇੱਕ ਜੱਜ ਨੀ ਉੱਤਮ ਕਰਕੇ, ਉਹਨਾਂ ਦਾ ਨਾਂ ਸੀ, ਮੈਂ ਪੂਰਾ ਨਾਂ ਭੁੱਲ ਗਿਆ, ਤਾਂ ਜਿਹਨਾਂ ਨੂੰ ਆਟੋ ਰਿਕਸ਼ਾ ਨੇ ਟੱਕਰ ਮਾਰ ਕੇ ਮਾਰ ਦਿੱਤਾ ਸੀ, ਤੇ ਉਸ ਸਿਲਸਿਲੇ ਦੇ ਵਿੱਚ ਵੀ ਇਹ ਜੱਜ ਸਾਹਿਬ ਦੇ ਬਹੁਤ ਸਖ਼ਤ ਸਰਕਾਰ ਨੂੰ ਖਿੱਚਿਆ, ਸੈਰ ਕਰਨ ਜਾ ਰਹੇ ਸੀ, ਉਹਨਾਂ ਦੇ ਵਿੱਚ ਆਟੋ ਵੱਜਿਆ ਸੀ, ਤੇ ਉਹਨੂੰ ਉਹਨਾਂ ਨੇ ਕਿਹਾ ਵੀ ਇਹ ਸੁਧਾਰਨ ਗੱਲ ਨੀ ਲੱਗਦੀ, ਇੱਕ ਜੱਜ ਦੇ ਵਿੱਚ ਆਏ ਆਟੋ ਮਾਰਕ ਨੂੰ ਮਾਰ ਦੇਣਾ, ਤੇ ਮੈਨੂੰ ਐ ਲੱਗਦਾ ਵੀ ਹੋ ਸਕਦਾ ਤੁਹਾਡਾ ਜੀ ਸਰਕਾਰ ਨੂੰ ਇਸ ਗੱਲ ਦਾ ਫਿਕਰ ਲੱਗ ਸਕਦਾ ਵਾ, ਕਿਉਂਕਿ ਜਿਸ ਢੰਗ ਦਾ ਅੱਜ ਕੱਲ ਇਹ ਜੱਜ ਸਾਹਿਬ ਨੇ ਸਟੈਂਡ ਲਿਆ, ਜਿਵੇਂ ਆ ਜਿਹੜੇ ਧੜਾ ਧੜ ਕਾਨੂੰਨ ਆਪਾਂ ਕੱਲ ਵੀ ਗੱਲ ਕਰਕੇ ਹਟੇ ਆ ਵੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਠਾ ਕਾਨੂੰਨ ਬਿਨਾਂ ਕੋਈ ਬਹਿਸ ਕੀਤੇ ਪਾਸ ਕਰੀ ਜਾਂਦੇ ਨੇ, ਇਹਦੇ ਉੱਤੇ ਵੀ ਰਮੰਨਾ ਸਾਹਿਬ ਨੇ ਬਹੁਤ ਸਖ਼ਤ ਟਿੱਪਣੀਆਂ ਕੀਤੀਆਂ ਨੇ, ਤੇ ਮੈਨੂੰ ਐ ਲੱਗਦਾ ਤੁਹਾਡੇ ਵਾਲੀ ਗੱਲ, ਹਾਂ ਉਹਨਾਂ ਦੇ ਭਵਿੱਖ ਬਾਰੇ ਕੁਛ ਕਹਿ ਸਕਦੇ ਆ ਵੀ ਉਹਨਾਂ ਦਾ ਭਵਿੱਖ ਕਿਹੋ ਜਾਊਗਾ, ਮੈਂ ਬਹੁਤਾ ਉਹਦੇ ਬਾਰੇ ਟਿੱਪਣੀ ਨਹੀਂ ਕਰ ਸਕਦਾ। ਪਰ ਜਿਵੇਂ ਜਸਟਿਸ ਲੋਹੀਆ ਦੇ ਮੌਤ ਨੂੰ, ਰਹੱਸਮਈ ਮੌਤ ਨੂੰ ਜਿਵੇਂ ਉਹਦੇ ਉੱਤੇ ਪਰਦਾਪੋਸ਼ੀ ਕੀਤੀ ਗਈ, ਜਿਵੇਂ ਉਹਨੂੰ ਢੱਕ ਦਿੱਤਾ ਗਿਆ, ਤੇ ਜੋ ਸਿਖਰਲੀ ਅਦਾਲਤ ਦਾ ਰਵੱਈਆ ਰਿਹਾ ਉਸ ਮਾਮਲੇ ਦੇ ਵਿੱਚ,
ਉਹਨੇ ਸਾਡੇ ਦੇਸ਼ ਦੀ ਜੁਡੀਸ਼ਰੀ ਦੇ ਕੰਮਾਂ ਉੱਤੇ ਉਹਦੇ ਕੰਮ ਢੰਗ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਸੀ। ਪਰ ਜਸਟਿਸ ਰਮੰਨਾ ਮੈਨੂੰ ਲੱਗਦਾ ਵੀ ਸ਼ਾਇਦ ਉਹ ਜਿਹੜੇ ਦਾਗ ਪਿਛਲੇ ਸਮੇਂ ਚ ਲੱਗੇ ਨੇ ਸ਼ਾਇਦ ਉਹਨਾਂ ਨੂੰ ਧੋਣ ਦੇ ਵਿੱਚ ਲੱਗੇ ਹੋਏ ਨੇ। ਆਉਣ ਵਾਲੇ ਦਿਨਾਂ ਚ ਕਿਹੋ ਜਿਹੇ ਨਤੀਜੇ ਨਿਕਲਣਗੇ ਇਹਦਾ ਇੰਤਜ਼ਾਰ ਕਰਨਾ ਪਏਗਾ। ਜੀ ਗਿੱਲ ਸਾਹਿਬ, ਇੱਕ ਗੱਲ ਜ਼ਰੂਰ ਹੈ, ਚਾਹੇ ਜਸ ਰਮਾਨਾ ਹੋਵੇ, ਕੋਈ ਹੋਰ ਹੋਵੇ, ਕੋਈ ਰੇਡੀਓ ਦਾ, ਟੀਵੀ ਦਾ ਕੋਈ ਐਂਕਰ ਹੋਵੇ ਜਾਂ ਕੋਈ ਟੀਵੀ ਹੋਵੇ ਐਂਕਰ ਦਾ ਮਾਲਕ ਹੋਵੇ, ਸੱਚ ਕਹਿਣਾ ਬਹੁਤ ਔਖਾ। ਸੱਚ ਕਹਿਣ ਦੇ ਲਈ ਹੌਸਲਾ ਤਾਂ ਹਰੇਕ ਕਰ ਲੈਂਦਾ, ਉਹਨੂੰ ਭੁਗਤਣਾ ਬਹੁਤ ਔਖਾ ਹੁੰਦਾ। ਇਹ ਸਾਡੇ ਸਰੋਤਿਆਂ ਨੂੰ ਦੱਸ ਦਿੰਦੇ ਅੱਜ ਅਸੀਂ, ਕਿਉਂਕਿ ਇੰਨਾ ਸਖਾਲਾ ਨਹੀਂ ਹੈਗਾ ਜਿਹੜੀਆਂ ਗੱਲਾਂ ਆਪਾਂ ਰੋਜ਼ ਕਰਦੇ ਹਾਂ। ਗਿੱਲ ਸਾਹਿਬ, ਇੰਨੀਆਂ ਸਖਾਲੀਆਂ ਨਹੀਂ ਹੈਗੀਆਂ। ਹਾਂ, ਝੂਠ ਤੂਫਾਨ ਜਦੋਂ ਮਰਜ਼ੀ ਬੋਲੋ, ਜਿਹੜਾ ਮਰਜ਼ੀ ਬੋਲੋ, ਜੇ ਜਿਸ ਮਰਜ਼ੀ ਤਰੀਕੇ ਨਾਲ ਗੱਲਾਂ ਦਾ ਹੇਰ ਫੇਰ ਅਸੀਂ ਜੋ ਮਰਜ਼ੀ ਕਰ ਸਕਦੇ। ਧੰਨਵਾਦ ਕਰਦੇ ਹਾਂ ਗਿੱਲ ਸਾਹਿਬ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਹਮੇਸ਼ਾ ਤੁਸੀਂ ਬਾਖੂਬੀ ਦੇ ਨਾਲ ਗੱਲ ਕਰਦੇ ਹੋ, ਸ਼ੁਕਰੀਆ। ਚੱਲਦੇ ਹਾਂ ਜੀ, ਕੱਲ ਮਿਲਣ ਦੇ ਬਾਅਦ ਨਾਲ। ਥੈਂਕ ਯੂ, ਧੰਨਵਾਦ, ਬਹੁਤ ਮਿਹਰਬਾਨੀ ਤੁਹਾਡਾ ਜੀ। ਚੰਦ ਪ੍ਰਦੇਸ਼ੀ ਦੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸੋ ਦੋਸਤੋ, ਇਹ ਸੀ ਗਿੱਲ ਸਾਹਿਬ, ਮੈਂ ਲੈ ਕੇ ਆਪਣੇ ਟੈਣਾ ਸਾਹਿਬ ਨੂੰ, ਜੁੜੇ ਹੋ ਰੇਡੀਓ ਚੰਦ ਪ੍ਰਦੇਸ਼ੀ ਦੀ ਪੰਜਾਬੀ ਸੱਤ ਦੇ। ਬਾਈ ਬਹੁਤ ਭੁੱਖ ਲੱਗੀ ਆ, ਆਪਾਂ ਹਾਈਵੇ 70 ਤੇ ਜਾ ਰਹੇ ਹਾਂ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ। ਬਾਈ ਉੱਥੇ ਕੀ ਖਾਸ ਹੈ ਜਾ? ਉੱਥੇ ਮਿੱਤਰਾਂ ਦਾ ਢਾਬਾ, ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ। ਬਾਈ ਪਹਿਲਾਂ ਵਾਲੀ ਨਾ ਕਰਿਓ, 2 ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ। ਨਾ ਨਾ ਨਾ, ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ, ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ, ਮਰਜ਼ੀ ਆਪਣੀ ਹੈ। ਚਲੋ ਬਾਈ ਚੱਲੀਏ ਫਿਰ ਆਪਾਂ। ਮਿੱਤਰਾਂ ਦਾ ਢਾਬਾ, ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ। ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ, ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ। 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਸਟਰ ਫਿਊਲ ਦੇ ਸਾਹਮਣੇ, ਚਾਹੇ ਤੁਸੀਂ ਹਾਈਵੇ 70, 69, 65 ਜਾਂ 74 ਤੇ ਆ ਰਹੇ ਹੋ, ਤੁਸੀਂ ਆਣਾ ਹੈ 465 ਐਗਜ਼ਿਟ 4 ਮਿੱਤਰਾਂ ਦਾ ਢਾਬਾ, ਇੰਡੀਅਨ ਐਪਲਸ ਇੰਡੀਆਨਾ, ਹਾਈਵੇ 70। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ 317-786-1022, 317-786-1022। ਬਈ ਟਰੱਕ ਵੀ ਨਵਾਂ ਲੈ ਲਿਆ, ਕੰਮ ਵੀ ਬਹੁਤ ਹੈ, ਸਾਰਾ ਦਿਨ ਬਿਜ਼ੀ ਵੀ ਰਹੀਦਾ, ਪਰ ਫੇਰ ਵੀ ਬਚਦਾ ਕੁਛ ਨੀ, ਉੱਤੋਂ ਕੰਪਨੀ ਚੰਗੀ ਨੀ ਮਿਲਦੀ। ਬਾਈ ਦੁਖੀ ਹੋਣ ਵਾਲੀ ਕੋਈ ਗੱਲ ਨੀ, ਲੱਗਦਾ ਤੂੰ ਹੰਟਰ ਐਕਸਪ੍ਰੈਸ ਵਾਲਿਆਂ ਬਾਰੇ ਨੀ ਸੁਣਿਆ। ਹੰਟਰ ਐਕਸਪ੍ਰੈਸ ਵਾਲਿਆਂ ਨੂੰ ਲੋੜ ਹੈ ਡਰਾਈਵਰਸ ਦੀ, ਓਨਰ ਆਪਰੇਟਰ ਲੋਕਲ ਤੇ ਡੈਡੀਕੇਟਿਡ ਰਨਸ ਲਈ, ਮਿਸ਼ੀਗਨ ਤੋਂ ਲਾਰਾਈਡੋ ਟੈਕਸਸ ਲਈ, ਚੰਗੀ ਤਨਖਾਹ, ਵੀਕਲੀ ਹੋਮ ਟਾਈਮ, ਹੈਲਥ ਬੈਨੀਫਿਟਸ, ਵੀਕਲੀ ਪੇ, ਨਵੇਂ ਟਰੱਕ 2019 ਤੇ 21 ਮਾਡਲ। ਅੱਜ ਹੀ ਹੈਲਰੀ ਹੁਣਾਂ ਨੂੰ ਕਾਲ ਕਰੋ 313-307-4185 ਜਾਂ ਫਿਰ ਅਸਦ ਭੱਟ ਜੀ ਨੂੰ 313-694-0831। ਸੋ ਯਾਦ ਰੱਖੋ, ਹੰਟਰ ਐਕਸਪ੍ਰੈਸ। ਟਾਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਗੁਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ, ਸਤਿ ਸ੍ਰੀ ਅਕਾਲ ਜੀ। ਟਾਣਾ ਸਾਹਿਬ ਜੀ, ਆਪਾਂ ਅੱਜ ਦੀ ਸ਼ੁਰੂਆਤ ਕਰੀਏ, ਪਹਿਲਾਂ ਤਾਂ ਮੈਂ ਇਸ ਗੱਲ ਤੇ ਆਉਂਗਾ ਮੌਸਮ ਬਹਾਰ ਤੇ, ਕਿੱਦਾਂ ਮੌਸਮ ਬਹਾਰ ਆਪਣੇ ਪੰਜਾਬ ਦਾ? ਗਰਮੀ ਇੰਨੀ ਜੂਨ ਜੁਲਾਈ ਦੇ ਵਿੱਚ ਹੁੰਦੀ ਹੈ, ਲੱਗਦਾ ਨਹੀਂ ਕਿ ਗਰਮੀ ਦੇ ਮਹੀਨੇ ਟੱਪ ਗਏ ਆ। ਕੱਲ ਵੀ ਪੰਜਾਬ ਦੇ ਵਿੱਚ ਕਾਫੀ ਗਰਮੀ ਸੀ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ 20 ਤਰੀਕ ਤੱਕ ਪੰਜਾਬ ਦੇ ਵਿੱਚ ਗਰਮੀ ਦੀ ਇੰਨੀ ਵੱਟ ਕੱਢਣੀ ਆ, ਮੀਂਹ ਪੈਣ ਦੀ ਕੋਈ ਸੰਭਾਵਨਾ ਹੈ। ਅੱਛਾ ਜੀ, ਬਹੁਤ ਗਰਮੀ ਹੈ ਪੂਰੀ ਜੀ ਪੂਰੀ। ਅੱਛਾ ਅੱਛਾ, ਚਲੋ ਗਰਮੀ ਸਹਿਣ ਦੇ ਆਦੀ ਨੀ, ਗਰਮੀ ਤਾਂ ਪਹਿਲਾਂ ਵੀ ਪੈਂਦੀ ਹੁੰਦੀ ਸੀ, ਗਰਮੀਆਂ ਦੇ ਟਾਈਮ ਤਾਂ ਪਹਿਲਾਂ ਵੀ ਚੱਲਦਾ ਹੁੰਦਾ ਸੀ, ਇੰਨੀ ਕੋਈ ਗੱਲ ਨੀ। ਟਾਣ ਸਾਹਿਬ ਜੇ ਆਪਾਂ ਗੱਲ ਨਾ ਥੋੜੀ ਜਿਹੀ ਦੂਜੇ ਪਾਸੇ ਕਰੇ, ਜੋ ਕੁਛ ਅਫਗਾਨਿਸਤਾਨ ਦੇ ਵਿੱਚ ਹੋ ਰਿਹਾ, ਚਾਰੇ ਪਾਸੇ ਸਾਰਾ ਕੁਛ ਚੱਲ ਰਿਹਾ ਹੈ, ਕਈ ਲੋਕ ਪਿਛਲੀ ਜਿਹੜੀ ਤਾਲਿਬਾਨ ਨੂੰ ਕਹਿੰਦੇ ਆ ਵੀ ਉਹ ਮਾੜੀ ਹੈ, ਬਾਕੀ ਉਹਨਾਂ ਨੇ ਜ਼ੁਲਮ ਕੀਤੇ ਨੇ ਅਫਗਾਨਿਸਤਾਨ ਦੇ ਲੋਕਾਂ ਦੇ ਉੱਤੇ,
ਖਾਸ ਕਰਕੇ ਲੇਡੀ ਤੇ ਬੱਚਿਆਂ ਦੇ ਉੱਤੇ ਉਹਨਾਂ ਗੱਲਾਂ ਤੇ ਆਉਂਦੇ ਨੇ। ਪਰ ਜਿਹੜੀ ਗੱਲ ਹੈ ਨਵੀਂ ਜਿਹੜੀ ਗੱਲ ਆਈ ਹੈ ਪੰਜਾਬ ਤੇ ਗੁਜਰਾਤ ਦੇ ਤਾਲਿਬਾਨ ਇਹ ਕਹੇ ਜੇ ਨੇ ਤੁਹਾਡੀ ਆਵਾਜ਼ ਨਾ ਤੁਹਾਨੂੰ ਤਾਂ ਬ੍ਰੇਕ ਹੋ ਕੇ ਆਈ ਜੀ ਮੈਨੂੰ ਸਵਾਲ ਦੁਬਾਰਾ ਪੁੱਛੋ ਪਲੀਜ਼। ਮੈਂ ਗੱਲ ਕਰ ਰਿਹਾ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਦੁਨੀਆਂ ਦੇ ਬਦਲੇ ਹੋਏ ਨੇ, ਅਫਗਾਨਿਸਤਾਨ ਦੇ ਵਿੱਚ ਤਾਲਿਬਾਨਾਂ ਨੇ ਕਬਜ਼ਾ ਸਾਰੇ ਕਰ ਲਿਆ ਹੈਗਾ, ਲੋਕਾਂ ਦੇ ਇਤਰਾਜ਼ ਨੇ ਵੀ ਤਾਲਿਬਾਨਾਂ ਦੇ ਜਿਹੜੇ ਨੇ ਹੁਕਮ ਨੇ ਬੜੇ ਗਲਤ ਨੇ, ਔਰਤਾਂ ਦੇ ਖਿਲਾਫ਼ ਨੇ, ਧਰਮ ਦੇ ਕੱਟੜ ਨੇ ਜ਼ਿਆਦੇ। ਪਰ ਜੋ ਕੁਛ ਪੰਜਾਬ ਤੇ ਗੁਜਰਾਤ ਦੇ ਵਿੱਚ ਹੋ ਰਿਹਾ ਹੈ, ਇੱਕ ਪਿੰਡ ਹੈਗਾ ਮਿਰਜੇਆਣਾ ਪੰਜਾਬ ਦੇ ਵਿੱਚ, ਇੱਕ ਥੋੜਾ ਜਿਹਾ ਟੂਣੇ ਟਾਮਣੇ ਦੇ ਕਰਕੇ ਰੌਲਾ ਪਿਆ ਉਹਦੇ ਪਿੰਡ ਦੇ ਵਿੱਚ, ਉੱਥੇ ਕੋਈ ਨੁਕਸਾਨ ਵੀ ਹੋਇਆ। ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਇੱਕ ਘਟਨਾ ਵਾਪਰੀ ਹੈ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਗੱਲ ਇਹ ਵੀ ਕਿ ਜੋ ਕੁਝ ਤਾਲਿਬਾਨ ਦੇ ਰੂਪ ਚ ਹੋ ਰਿਹਾ ਉਹਦੇ ਬਾਰੇ ਤਾਂ ਪੂਰੀ ਦੁਨੀਆ ਦੇ ਮੀਡੀਆ ਦੇ ਵਿੱਚ ਖ਼ਬਰਾਂ ਆ ਰਹੀਆਂ, ਪਰ ਜੋ ਕੁਝ ਪੰਜਾਬ ਦੇ ਕੁਝ ਪਿੰਡਾਂ ਦੇ ਵਿੱਚ ਹੋ ਰਿਹਾ ਉਹਦੀਆਂ ਖ਼ਬਰਾਂ ਬਹੁਤ ਘੱਟ ਆਉਂਦੀਆਂ, ਕਿਉਂਕਿ ਸੂਬਾ ਪੱਧਰੀ ਪਿੰਡ ਪੱਧਰੀ ਖ਼ਬਰ ਆ, ਜਿਹਦੇ ਕਰਕੇ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਨਹੀਂ, ਇਹ ਤਲਵੰਡੀ ਸਾਹਿਬ ਦੇ ਕੋਲ ਇੱਕ ਮਿਰਜ਼ਾਪੁਰ ਨਾਂ ਦਾ ਪਿੰਡ ਆ। ਅੱਛਾ, ਇਸ ਪਿੰਡ ਦੀ ਵੱਡੀ ਹਵਾ ਹੈਗੀ ਆ, ਪੜ੍ਹੇ ਲਿਖੇ ਲੋਕ ਵੀ ਕਾਫ਼ੀ ਹੈਗੇ ਉਹਦੇ ਕੋਲ, ਪਰ ਇਸ ਪਿੰਡ ਦੇ ਵਿੱਚ ਟੂਣੇ ਟਾਮਣੇ ਦੀ ਇੱਕ ਇਹੋ ਜਿਹੀ ਖ਼ਬਰ ਸਾਹਮਣੇ ਆਈ ਹੈ ਜਿਹਦੇ ਕਰਕੇ ਪੰਚਾਇਤ ਦੇ ਵੱਲੋਂ ਪੂਰੇ ਪਿੰਡ ਦੇ ਵੱਲੋਂ ਇੱਕ ਗੁਰਸਿੱਖ ਪਰਿਵਾਰ ਦਾ ਬਾਈਕਾਟ ਕਰ ਦਿੱਤਾ ਗਿਆ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਮਾਲਵਾ ਕਿੱਤੇ ਦੇ ਵਿੱਚ ਪਿਛਲੇ ਕੁਛ ਹਫ਼ਤਿਆਂ ਤੋਂ ਮੂੰਹ ਖੁਰ ਦੀ ਬਿਮਾਰੀ ਹੈ ਜਿਹੜੀ ਪਸ਼ੂਆਂ ਨੂੰ, ਉਹਨੇ ਬੜੀ ਚਿੰਤਾ ਵਧਾਈ ਹੋਈ ਹੈ। ਬਹੁਤ ਸਾਰੇ ਪਿੰਡ ਇਹੋ ਜਿਹੇ ਆ ਜਿੱਥੇ ਹੁਣ ਤੱਕ ਸੈਂਕੜੇ ਦੀ ਗਿਣਤੀ ਦੇ ਵਿੱਚ ਪਸ਼ੂ ਮਰ ਗਏ ਆ। ਹੁਣ ਇੱਕ ਗਰੀਬ ਬੰਦੇ ਦੀ ਮੱਝ ਹੈ ਜਿਹੜੀ ਉਹ ਮਰ ਜਾਵੇ ਤੇ ਘੱਟੋ ਘੱਟ ਉਹ ਲੱਖ ਰੁਪਈਏ ਦੀ ਹੁੰਦੀ ਹੈ, ਤੇ ਜਿਹਦਾ ਲੱਖ ਰੁਪਈਏ ਦਾ ਨੁਕਸਾਨ ਹੋ ਜਾਵੇ ਤੇ ਉਹ ਬੰਦਾ ਪੈਰਾਂ ਕਰਕੇ ਨਹੀਂ ਹੋਊਗਾ। ਕਈਆਂ ਦੀ ਚਾਰ ਚਾਰ ਪੰਜ ਪਿੰਡ ਮੱਝਾਂ ਮਰ ਜਾਂਦਾ ਦੋ ਤਿੰਨ ਹਫ਼ਤਿਆਂ ਦੇ ਵਿੱਚ। ਸਿਹਤ ਮਹਿਕਮਾ ਜਿਹੜਾ ਇਸ ਮਾਮਲੇ ਦੇ ਉੱਤੇ ਕਾਫ਼ੀ ਬੰਪਰ ਹੈ ਕਿ ਦਵਾਈ ਹੈ ਜਿਹੜੀ ਉਹ ਲੱਗ ਰਹੀ ਹੈ, ਟੀਕੇ ਲੱਗ ਰਹੇ ਪਸ਼ੂਆਂ ਦੇ, ਪਰ ਗੱਲ ਇਹ ਵੀ ਕਈ ਵਾਰ ਪਸ਼ੂ ਨੂੰ ਬਚਾਉਣਾ ਔਖਾ ਹੋ ਜਾਂਦਾ। ਮੈਨੂੰ ਮੇਰਾ ਇੱਕ ਦੋਸਤ ਆ ਜੀਨਾ ਕਾਂਗੜ ਪਿੰਡ ਤੋਂ ਮੋਗੇ ਦੇ ਵੱਲੋਂ, ਉਹਨੇ ਫੋਨ ਕਰਕੇ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ 150 ਦੇ ਕੋਈ ਪਸ਼ੂ ਹੁਣ ਤੱਕ ਮਰ ਚੁੱਕੇ ਆ। ਜਿਹੜੇ ਪਿੰਡ ਜਿੱਥੇ ਮੂੰਹ ਖੁਰ ਦੀ ਬਿਮਾਰੀ ਲੱਗੀ ਹੈ, ਕੀ ਉੱਥੇ ਮੀਂਹ ਦੇ ਕਰਕੇ ਸੇਮ ਜ਼ਿਆਦੇ ਹੈ ਜਾਂ ਮੀਂਹ ਜ਼ਿਆਦੇ ਪਿਆ? ਕਈ ਵਾਰੀ ਮੀਂਹ ਦੇ ਦਿਨਾਂ ਚ ਬਿਮਾਰੀ ਜ਼ਿਆਦਾ ਲੱਗਦੀ ਹੈ ਪਸ਼ੂਆਂ ਨੂੰ। ਦੇਖੋ ਮੀਂਹ ਤਾਂ ਜੀ ਪੂਰੇ ਪੰਜਾਬ ਦੇ ਵਿੱਚ ਹੀ ਕਾਫ਼ੀ ਪਿਆ, ਪਰ ਮਾਲਵਾ ਖਿੱਤੇ ਦੇ ਵਿੱਚ ਇਸ ਬਿਮਾਰੀ ਦੇ ਪੈਰ ਵੱਧ ਪਸਾਰੇ ਆ। ਹਾਲਾਂਕਿ ਹੁਣ ਕਾਬੂ ਦੇ ਵਿੱਚ ਹੌਲੀ ਹੌਲੀ ਆ ਰਹੀ ਬਿਮਾਰੀ, ਪਰ ਇਹਦੀ ਨੁਕਸਾਨ ਕਾਫ਼ੀ ਕਰ ਗਈ ਹੈ। ਮਿਰਜ਼ਾਪੁਰ ਪਿੰਡ ਜਿਹੜਾ ਤਲਵੰਡੀ ਸਾਹਿਬ ਉਹਦੇ ਲੱਗਦੇ, ਉਸ ਪਿੰਡ ਦੇ ਵਿੱਚ ਪੰਚਾਇਤ ਦੇ ਵੱਲੋਂ ਗੁਰਦੁਆਰੇ ਦੇ ਵਿੱਚੋਂ ਹੋਕਾ ਦਵਾਇਆ ਜਾਂਦਾ, ਅਨਾਊਂਸਮੈਂਟ ਕਰਵਾਈ ਜਾਂਦੀ ਹੈ ਕਿ ਆਪਣੇ ਪਿੰਡ ਦੇ ਵਿੱਚ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਨਾ ਹੋਵੇ, ਉਹਨਾਂ ਤੇ ਕਾਬੂ ਪੈ ਜਾਵੇ। ਇਸੇ ਅਸੀਂ ਇੱਕ ਸਿਆਣੇ ਦੇ ਕੋਲੋਂ ਧਾਗਾ ਕਰਵਾ ਕੇ ਲਿਆਈ ਹੈ, ਪਰ ਤੁਸੀਂ ਹੁਣ ਅਸੂਲ ਅਪਣਾਉਣਾ, ਫਲਾਣੀ ਰਾਤ ਨੂੰ 10 ਤੋਂ ਲੈ ਕੇ ਸਵੇਰ ਦੇ 6 ਤੱਕ ਪਿੰਡ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੇ ਆਪਣੇ ਘਰ ਦੀ ਬੱਤੀ ਵੀ ਜਗਾਉਣੀ। ਅੱਛਾ, ਸਭ ਨੇ ਆਪਣੇ ਦਰਵਾਜ਼ੇ ਖੋਲ ਕੇ ਰੱਖਣੇ ਆ। ਰਾਤ ਦੇ ਵੇਲੇ ਆਪਾਂ ਹਵਨ ਕਰਨਾ, ਤੇ ਜੇਕਰ ਪਿੰਡ ਦੇ ਵਿੱਚ ਕੋਈ ਕਾਰ ਜੀਪ ਸਕੂਟਰ ਮੋਟਰਸਾਈਕਲ ਲੈ ਕੇ ਵੜਦਾ ਤਾਂ ਉਹ ਵੀ ਭਾਈ ਆਪਦੀ ਬੱਤੀ ਜਗਾ ਬੰਦ ਕਰਕੇ ਰੱਖੇ, ਲਾਈਟ ਬੰਦ ਕਰਕੇ ਪਿੰਡ ਦੇ ਵਿੱਚ ਵੜੇ, ਕਿਸੇ ਨੇ ਪਿੰਡ ਦੇ ਵਿੱਚ ਲਾਈਟ ਨਹੀਂ ਜਗਾਉਣੀ। ਲੋ ਜੀ, ਸਾਰੇ ਪਿੰਡ ਨੂੰ ਇਹ ਗੱਲ ਕਹੀ ਗਈ ਹੈ ਕਿ ਲਿਖਤੀ ਤੌਰ ਤੇ ਬਤਾ ਵੀ ਪਾਸ ਕੀਤਾ ਗਿਆ ਇਸ ਗੱਲ ਦਾ, ਪਰ ਪਿੰਡ ਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਹੈ ਜਿਹੜਾ ਇਹਨਾਂ ਟੂਣੇ ਟਾਮਣਿਆਂ ਨੂੰ ਮੰਨਦਾ ਨਹੀਂ, ਧਾਗਾ ਕਵਿਤਾ ਨੂੰ ਮੰਨਦਾ ਨਹੀਂ। ਉਹਨਾਂ ਨੇ ਵੀ ਆਪਦੇ ਘਰ ਦੇ ਵਿੱਚ ਇੱਕ ਕਮਰੇ ਦੀ ਲਾਈਟ ਬਜਾ ਲਈ, ਉਹਨਾਂ ਨੇ ਦਰਬਾਰ ਸਾਹਿਬ ਜਾਣਾ ਸੀ ਤੇ ਸਕੂਟਰ ਕੱਢਿਆ ਤੇ ਸਵੇਰ ਦੇ ਬੋਲ ਨਿਕਲ ਵਾਸਤੇ ਤੇ ਉਹਨਾਂ ਨੇ ਸਕੂਟਰ ਦੀ ਲਾਈਟ ਬਜਾ ਕੇ ਤੇ ਗਲੀ ਦੇ ਵਿੱਚ ਵੀ ਨਿਕਲ ਗਏ। ਲੋਕੀ ਇਸ ਕਰਕੇ ਪਿੰਡ ਦੇ ਵੱਲੋਂ ਇਸ ਪਰਿਵਾਰ ਦਾ ਬਾਈਕਾਟ ਕਰ ਦਿੱਤਾ ਗਿਆ। ਪੰਚਾਇਤ ਨੇ ਬਾਈਕਾਟ ਦੀ ਗੱਲ ਕਹੀ,
ਜੇ ਇਹਨਾਂ ਨੇ ਪਿੰਡ ਦੀ ਹੁਕਮ ਅਵੀਲੀ ਕੀਤੀ ਹੈ, ਇਹਨਾਂ ਨੇ ਪਿੰਡ ਵਾਸੀਆਂ ਦੀ ਗੱਲ ਨੂੰ ਫੋਲੋ ਨਹੀਂ ਕੀਤਾ, ਇਹਦੇ ਕਰਕੇ ਇਹਨਾਂ ਦੇ ਨਾਲ ਕਿਸੇ ਦਾ ਕੋਈ ਸੰਬੰਧ ਨਹੀਂ। ਜਿਹੜਾ ਇਹਨਾਂ ਨਾਲ ਸੰਬੰਧ ਰੱਖੂਗਾ ਉਹਦੇ ਨਾਲ ਵੀ ਕੋਈ ਸੰਬੰਧ ਨਹੀਂ ਰੱਖਣਾ। ਹੁਣ ਇਸ ਗੁਰਸਿੱਖ ਪਰਿਵਾਰ ਨੇ ਜਿਹਨਾਂ ਨੇ ਅੰਮ੍ਰਿਤ ਛਕਿਆ ਹੋਇਆ, ਇਹਨਾਂ ਨੇ ਬਠਿੰਡੇ ਦੇ ਡੀ ਸੀ ਨੂੰ ਐਪਲੀਕੇਸ਼ਨ ਦਿੱਤੀ ਹੈ ਵੀ ਜੇਕਰ ਅਸੀਂ ਇਹਨਾਂ ਟੂਣੇ ਟਾਮਣਿਆਂ ਨੂੰ ਨਹੀਂ ਮੰਨਦੇ, ਸਾਡਾ ਮਨ ਨਹੀਂ ਮੰਨਦਾ, ਤਾਂ ਫਿਰ ਸਾਡਾ ਬਾਈਕਾਟ ਹੋਣਾ ਚਾਹੀਦਾ। ਕੀ ਜੇਕਰ ਅਸੀਂ ਇੱਕ ਲਾਈਟ ਜਗਾ ਲਈ ਤਾਂ ਪਿੰਡ ਦਾ ਕੋਈ ਬਹੁਤ ਵੱਡਾ ਨੁਕਸਾਨ ਕਰਤਾ। ਕੀ ਅੱਜ ਦੇ ਤਰਕ ਵਾਲੇ ਦੌਰ ਦੇ ਵਿੱਚ ਇਹਦਾ ਮੂੰਹ ਖੁਰਦ ਦਾ ਸਮੱਸਿਆ ਨਾਲ ਖਤਮ ਹੋ ਜਾਂਦਾ ਜਾਂ ਧਾਗਾ ਕਰਵਾਉਣ ਦੇ ਨਾਲ ਲਾਈਟਾਂ ਬੰਦ ਕਰਨ ਦੇ ਨਾਲ? ਸੋ ਇਹ ਸਾਡੇ ਜਾਗਰੂਕ ਸਮਾਜ ਦੇ ਉੱਤੇ ਇੱਕ ਬਹੁਤ ਵੱਡਾ ਸਵਾਲ ਆ, ਕਿਉਂਕਿ ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਕਿ ਪਿੰਡਾਂ ਦੇ ਵਿੱਚ ਹੁਣ ਤਾਂ ਤਰੱਕੀ ਦੀਆਂ ਗੱਲਾਂ ਬਹੁਤ ਆ, ਅਸੀਂ ਕਹਿੰਦੇ ਵੀ ਪਿੰਡਾਂ ਦੇ ਲੋਕ ਪੜ੍ਹੇ ਲਿਖੇ ਬਹੁਤ ਆ। ਹੁਣ ਇਹ ਜਿਹੜਾ ਮਿਲਦੇ ਵਾਲਾ ਪਿੰਡ ਆ, ਇਹਦੇ ਵਿੱਚ ਵੀ ਬਹੁਤ ਸਾਰੇ ਨੌਜਵਾਨਾਂ ਨੇ ਐਮ ਏ ਵੀ ਕੀਤੀ ਹੋਣੀ ਆ, ਹੋ ਸਕਦਾ ਕਿਸੇ ਨੇ ਬੀ ਐਡ ਪੀ ਐਚ ਡੀ ਵੀ ਕੀਤੀ ਹੋਵੇ, ਇਸ ਪਿੰਡ ਦੇ ਨੌਜਵਾਨ ਜਿਹੜੇ ਮੁਲਾਜ਼ਮ ਵੀ ਹੋਣਗੇ, ਪੜ੍ਹੇ ਲਿਖੇ ਵੀ ਹੋਣਗੇ, ਪਰ ਕਿਸੇ ਨੇ ਪਿੰਡ ਦੀ ਪੰਚਾਇਤ ਨੂੰ ਇਹ ਕੁਝ ਕਰਨ ਤੋਂ ਰੋਕਿਆ ਹੀ ਨਹੀਂ। ਤੇ ਜਿਹੜੇ ਬੰਦੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਪਿੰਡ ਦਾ ਬਾਈਕਾਟ ਦੀ ਗੱਲ ਕਰਤੀ ਸਾਹਮਣੇ ਆ ਗਈ ਆ। ਸੋ ਇਹ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦਾ ਇੱਕ ਹਿੱਸਾ ਵੀ ਇਹੋ ਜਿਹੀਆਂ ਗੱਲਾਂ ਕਰਦਾ, ਜਿਹਦੇ ਉੱਤੇ ਬਹੁਤ ਵੱਡਾ ਸਵਾਲ ਉੱਠਿਆ। ਤੇ ਇਸ ਪਿੰਡ ਦੀ ਖ਼ਬਰ ਆ ਜਿਹੜੀ ਉਹ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਹੁਣ ਫੈਲ ਰਹੀ ਆ ਵੀ ਆਹ ਕੁਝ ਵੀ ਹੋ ਰਿਹਾ ਪੰਜਾਬ ਦੇ ਪਿੰਡਾਂ ਦੇ ਵਿੱਚ। ਲਾਈ ਲਗਤਾ ਅੰਧ ਵਿਸ਼ਵਾਸ ਤੇ ਮਾਨਸਿਕਤਾ ਜਿਹੜੀ ਹੈ ਸਾਡੀ ਉਹ ਇਹੋ ਜਿਹੀ ਬਣੀ ਪੈ ਗਈ। ਉਹਦੇ ਨਾਲ ਦੇ ਨਾਲ ਜੇ ਆਪਾਂ ਗੱਲ ਕਰੀਏ ਗੁਜਰਾਤ ਦੀ, ਗੁਜਰਾਤ ਦੇ ਜਿਹੜਾ ਪਿੰਡ ਹੈ ਫਤਿਹਪੁਰਾ, ਉਹਨੂੰ ਇੱਕ ਪਰਿਵਾਰ ਨੇ ਆਪਣੀ ਮਹਿਲਾ ਦੇ ਨਾਲ ਇੰਜ ਕੁੱਟਮਾਰ ਕੀਤੀ ਹੈ ਜਿਵੇਂ ਕਿਸੇ ਵੇਲੇ ਤਾਲਿਬਾਨ ਕਰਦੇ ਹੁੰਦੇ ਸੀ। ਕੀ ਫਰਕ ਰਹਿ ਗਿਆ ਫਿਰ ਤਾਲਿਬਾਨ ਰਾਜ ਦਾ ਤੇ ਭਾਰਤ ਦੇ ਰਾਜ ਦਾ? ਹਾਂ, ਇਹ ਤਾਂ ਬੜੇ ਦੁੱਖ ਦੀ ਗੱਲ ਹੈ ਕਿ ਮੈਂ ਇਸ ਔਰਤ ਦੀ ਤਸਵੀਰ ਦੇਖੀ ਆ, ਇਸ ਔਰਤ ਦੇ ਉੱਤੇ ਹੋਇਆ ਅਤਿਆਚਾਰ ਦੇਖਿਆ, ਦੁੱਖ ਹੁੰਦਾ ਇਸ ਗੱਲ ਦੇ ਉੱਤੇ। ਆਹ ਦੇਖੋ ਹੁਣ ਨਾ ਚੌਥੇ ਘਰ ਕੋਈ ਨਾ ਕੋਈ ਇਹੋ ਜਿਹੀ ਖ਼ਬਰ ਆਉਂਦੀ ਆ, ਵੀਡੀਓ ਘੁੰਮਦੀ ਘੁੰਮਾਉਂਦੀ ਆ ਜਾਂਦੀ ਆ, ਕਿਤੇ ਮਸਰੇਈ ਮਾਂ ਬੱਚੇ ਨੂੰ ਪਸ਼ੂਆਂ ਵਾਂਗ ਕੁੱਟ ਰਹੀ ਹੁੰਦੀ ਹੈ, ਤਿੰਨ ਚਾਰ ਸਾਲ ਦਾ ਬੱਚਾ ਹੁੰਦਾ ਉਹਦੇ ਲੱਤਾਂ ਪੈ ਰਹੀਆਂ ਹੁੰਦੀਆਂ, ਉਹਨੂੰ ਡੰਡਿਆਂ ਦੇ ਨਾਲ ਬਹੁਤ ਖਤਰਨਾਕ ਤਰੀਕੇ ਨਾਲ ਕੁੱਟਿਆ ਜਾ ਰਿਹਾ ਹੁੰਦਾ। ਮਤਲਬ ਵੀ ਲੋਕਾਂ ਦੀ ਮੱਤ ਨੂੰ ਹੋ ਕੀ ਗਿਆ ਵੀ ਮੈਂ ਤਾਂ ਕਦੇ ਕਦੇ ਹੈਰਾਨ ਹੁੰਦਾ ਵੀ ਇਹਨਾਂ ਲੋਕਾਂ ਨੂੰ ਮਨੁੱਖ ਵੀ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ। ਸੋ ਭਾਰਤ ਦੇ ਵਿੱਚ ਮਾਨਸਿਕ ਰੋਗੀਆਂ ਦੀ ਵੀ ਘਾਟ ਨਹੀਂ ਹੈ। ਅਸੀਂ ਇਹ ਕਹੀ ਤਾਂ ਕਹਿੰਦੇ ਹਾਂ ਵੀ ਭਾਈ ਅਸੀਂ ਤਰੱਕੀ ਬਹੁਤ ਕਰਦੇ ਹਾਂ, ਅਸੀਂ ਆਹ ਕਰਦੇ ਉਹ ਕਰਦੇ ਹਾਂ, ਮੈਨੂੰ ਇਹ ਲੱਗਦਾ ਵੀ ਜਿਵੇਂ ਜਿਵੇਂ ਤਰੱਕੀ ਦੀਆਂ ਖ਼ਬਰਾਂ ਆਉਂਦੀਆਂ ਉਵੇਂ ਉਵੇਂ ਅਸੀਂ ਖੋਖਲੇ ਵੀ ਹੋਈ ਜਾਂਦੇ ਹਾਂ। ਬਿਲਕੁਲ। ਉਧਰ ਦੂਜੇ ਪਾਸੇ ਜੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਤੀਜੀ ਵਾਰੀ ਤੋੜਤਾ ਪਾਕਿਸਤਾਨ ਦੇ ਵਿੱਚ। ਹਾਂ ਬਿਲਕੁਲ ਜੀ, ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਹੈ ਜਿਹੜਾ ਉਹ ਪਹਿਲਾਂ ਵੀ ਕਈ ਵਾਰ ਲਾਹੌਰ ਦੇ ਵਿੱਚ ਇਵੇਂ ਤੋੜਿਆ ਗਿਆ ਸ਼ਰਾਰਤੀ ਅਨਸਰਾਂ ਦੇ ਵੱਲੋਂ, ਤੇ ਇੱਕ ਵਾਰ ਲਾਹੌਰ ਦੇ ਵਿੱਚ ਲਾ ਇਹ ਬੁੱਤ ਫਿਰ ਤੋੜ ਦਿੱਤਾ ਗਿਆ। ਦੁੱਖ ਹੋਇਆ ਇਸ ਗੱਲ ਦੇ ਉੱਤੇ, ਫਿਰ ਉਹ ਗੱਲ ਆ ਗਈ ਸ਼ਰਾਰਤੀ ਅਨਸਰ ਮੰਦ ਬੁੱਧੀ ਅਨਸਰ ਹੈ ਜਿਹਨਾਂ ਦੀ ਬੁੱਧੀ ਨਹੀਂ ਕੰਮ ਕਰਦੀ, ਜਿਹੜੇ ਜ਼ਮੀਨੀ ਤੌਰ ਦੇ ਉੱਤੇ ਕੰਗਾਲ ਹੋਏ ਲੋਕ ਆ ਉਹ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਾਏ ਜਾਂਦੇ ਆ। ਭਾਰਤ ਤੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਗਿਣਤੀ ਆਮ ਨਾਲੋਂ ਵੱਧ ਆ। ਸੋ ਉੱਥੇ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੁੱਤ ਆ ਇਹਨੂੰ ਫਿਰ ਤੋੜ ਦਿੱਤਾ ਗਿਆ। ਔਰ ਉੱਥੋਂ ਦੀਆਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ, ਉੱਥੋਂ ਦੀਆਂ ਜਿਹੜੀਆਂ ਕ੍ਰਾਂਤੀਕਾਰੀ ਜਥੇਬੰਦੀਆਂ, ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਗਿਆ, ਸਿੱਖ ਜਥੇਬੰਦੀਆਂ ਨੇ ਇਤਰਾਜ਼ ਚੁੱਕਿਆ। ਉਹਦਾ ਕਾਰਨ ਵੀ ਦੇਖੋ, ਪਾਕਿਸਤਾਨ ਦੇ ਵਿੱਚ ਜਿਹੜੇ ਘੱਟ ਗਿਣਤੀਆਂ ਦੇ ਪ੍ਰਤੀਕ ਆ, ਜਿਹੜੇ ਸਿੱਖ ਇਤਿਹਾਸ ਦੀ ਸਿੱਖ ਵਿਰਾਸਤ ਦੇ ਨਾਇਕਾਂ ਦੇ ਬੁੱਤ ਆ, ਉਹਨਾਂ ਦੇ ਨਾਲ ਵਾਰ ਵਾਰ ਛੇੜਖਾਨੀਆਂ ਵੀ ਹੁੰਦੀਆਂ, ਤੇ ਦੁੱਖ ਹੁੰਦਾ ਇਸ ਗੱਲ ਦੇ ਉੱਤੇ। ਤੇ ਹੁਣ ਇਸ ਗੱਲ ਦੀ ਕਾਫੀ ਇਤਰਾਜ਼ ਉੱਠਿਆ ਤੇ ਵਿਰੋਧਤਾ ਕੀਤੀ ਜਾ ਰਹੀ ਹੈ। ਬਿਲਕੁਲ, ਪਤਾ ਲੱਗਾ ਜੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਜੀ ਬਾਦਲ 100 ਦਿਨ ਦੀ ਯਾਤਰਾ ਤੇ ਚੱਲਣਗੇ, ਕਹਿੰਦੇ ਪੰਜਾਬੀਆਂ ਦੇ ਮਨਾਂ ਨੂੰ ਟੋਣਗੇ। ਅਜੇ ਤੱਕ ਪਤਾ ਨਹੀਂ ਲੱਗਿਆ ਉਹਨਾਂ ਨੂੰ ਪੰਜਾਬੀਆਂ ਦੇ ਮਨਾਂ ਦਾ। ਦੇਖੋ ਗੱਲ ਇਹ ਕਿ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਵੱਖ ਵੱਖਰੇ ਤਰੀਕੇ ਆ ਵੀ ਲੋਕਾਂ ਦੇ ਵਿੱਚ ਵਿਚਰਨਾ ਕਿਵੇਂ। ਇੱਕ ਪਾਸੇ ਬੜੀ ਕਮਾਲ ਦੀ ਗੱਲ ਹੈ ਤੇ ਮੈਨੂੰ ਵੱਖਰੀ ਗੱਲ ਵੀ ਲੱਗਦੀ ਹੈ, ਭਾਵੇਂ 3600 ਕਿਸਮ ਦੀਆਂ ਆਲੋਚਨਾਵਾਂ ਹੁੰਦੀਆਂ ਤੇ ਬਹੁਤ ਸਾਰੀਆਂ ਗਲਤ ਅਕਾਲੀ ਦਲ ਨੇ ਕੀਤੀਆਂ ਲੰਘੇ ਵੇਲੇ ਦੇ ਵਿੱਚ,
ਜਿਹਦੇ ਕਰਕੇ ਪੰਜਾਬ ਦਾ ਵੀ ਨੁਕਸਾਨ ਹੋਇਆ ਤੇ ਪਾਰਟੀ ਦਾ ਵੀ ਨੁਕਸਾਨ ਹੋਇਆ। ਪਰ ਇਹ ਗੱਲ ਸੱਚੀ ਹੈ ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਸਾਢੇ ਚਾਰ ਸਾਲ ਦੇ ਵਿੱਚ ਸਾਢੇ ਚਾਰ ਦਿਨ ਵੀ ਲੋਕਾਂ ਨੇ ਮੱਥੇ ਨਹੀਂ ਲੱਗੇ, ਪਰ ਵੱਡੇ ਬਾਦਲ ਆ ਜਿਹੜੇ ਉਹ ਸੰਗਤ ਦਰਸ਼ਨ ਪ੍ਰੋਗਰਾਮ ਕਰਕੇ ਤੇ ਲੋਕਾਂ ਦੇ ਮੱਥੇ ਜ਼ਰੂਰ ਲੱਗਦੇ ਰਹੇ ਆ, ਲੋਕਾਂ ਨੂੰ ਪੁੱਛਦੇ ਰਹੇ ਆ ਤੁਹਾਡੇ ਦਾ ਸਮੱਸਿਆਵਾਂ ਕਿਹੜੀਆਂ, ਹੱਲ ਘੱਟ ਹੋਇਆ ਹੱਲ ਵੱਧ ਹੋਇਆ ਉਹ ਇੱਕ ਵੱਖਰਾ ਵਿਸ਼ਾ, ਪਰ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਮੇਲ ਮਿਲਾਪ ਜਾਰੀ ਰੱਖਿਆ ਜਾਂਦਾ ਸੀ। ਅਕਾਲੀ ਦਲ ਦੇ ਉੱਤੇ 3600 ਕਿਸਮ ਦੇ ਦੋਸ਼ ਲੱਗਦੇ ਆ, ਪਰ ਰਾਬਤੇ ਦੇ ਪੱਖੋਂ ਕੋਈ ਕਸਰ ਨਹੀਂ ਬਾਕੀ ਛੱਡੀ ਜਾਂਦੀ। ਇਹ ਮੈਨੂੰ ਕਾਂਗਰਸ ਦੇ ਨਾਲੋਂ ਵੱਖਰੀ ਗੱਲ ਜ਼ਰੂਰ ਲੱਗਦੀ ਕਦੇ ਕਦੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਿਸੇ ਨੇ ਮੂਲ ਨਹੀਂ ਵੇਖਿਆ, ਉਹ ਕਹਿੰਦੇ ਹੁੰਦੇ ਤੂੰ ਮਸਲੇ ਹੱਲ ਕਰੀ ਪਾ, ਤੇ ਲੋਕਾਂ ਦੇ ਮਸਲੇ ਕੀ ਹੱਲ ਕਰਦੇ ਆ ਤਾਂ ਕਾਂਗਰਸ ਹੀ ਕਹੀ ਜਾਂਦੇ ਸਾਨੂੰ ਨਹੀਂ ਮਿਲਦੇ ਕੈਪਟਨ ਸਾਹਿਬ। ਇਸ ਕਰਕੇ ਹੈਰਾਨੀ ਹੁੰਦੀ ਇਹਨਾਂ ਗੱਲਾਂ ਦੇ ਉੱਤੇ ਵੀ ਇਹ ਚੱਲਦਾ ਕੀ ਹੈ। ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਐਲਾਨ ਕੀਤਾ ਗਿਆ, ਉਹ ਕਹਿੰਦੇ ਵੀ ਅਸੀਂ 100 ਦਿਨ ਦੀ ਯਾਤਰਾ ਸ਼ੁਰੂਆਤ ਕਰਨ ਲੱਗੇ ਅੱਜ ਤੋਂ, ਯਾਨੀ ਕਿ ਬੁੱਧਵਾਰ ਤੋਂ, ਜੀਰੇ ਤੋਂ। ਉਹ ਕਹਿੰਦੇ ਪੰਜਾਬ ਦੇ 100 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾਵਾਂਗੇ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਔਰਤਾਂ ਨੂੰ, ਵਪਾਰੀਆਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਮੁਲਾਜ਼ਮਾਂ ਨੂੰ, ਬੇਰੁਜ਼ਗਾਰਾਂ ਨੂੰ ਮਿਲਾਂਗੇ ਤੇ ਅਸੀਂ ਉਹਨਾਂ ਦੀ ਫੀਡਬੈਕ ਲਵਾਂਗੇ ਵੀ ਇਹ ਚਾਹੁੰਦੇ ਕੀ ਆ ਪੰਜਾਬ ਦੇ ਵਿੱਚ, ਸਾਡੇ ਕੋਲ ਐਕਸਪੈਕਟ ਕੀ ਕਰਦੇ ਆ, ਸਾਡੀ ਪਾਰਟੀ ਦੀ ਸਰਕਾਰ ਜੇ ਆਉਂਦੀ ਹੈ ਤਾਂ ਸਾਡੇ ਕੋਲ ਕੀ ਆਸਾ ਕਰਦੇ ਆ। ਸੋ ਦੇਖੋ ਮੈਂ ਤਾਂ ਇਹ ਸੋਚਦਾ ਜੀ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਏਦਾਂ ਕਰਨਾ ਚਾਹੀਦਾ, ਜਿੱਦਾਂ ਤੋਂ ਬਾਅਦ ਵੀ ਏਦਾਂ ਹੀ ਕਰਨਾ ਚਾਹੀਦਾ ਵੀ ਅੱਜ ਉਹ ਕੀ ਸੋਚਦੇ ਆ, ਸਾਡੀ ਸਰਕਾਰ ਆਉਣ ਤੋਂ ਬਾਅਦ ਕੀ ਰਾਇ ਆ ਲੋਕਾਂ ਦੀ। ਪਰ ਇੱਥੇ ਸੁਖਬੀਰ ਸਿੰਘ ਜੀ ਮੇਰੇ ਵਿਚਾਰ ਵੱਖਰੇ ਨੇ, ਤੁਹਾਡਾ ਕੀ ਖਿਆਲ ਹੈ? ਮਾਂ ਨੂੰ ਕਦੇ ਬੱਚੇ ਦਾ ਪਤਾ ਨੀ ਬੱਚਾ ਕੀ ਚਾਹੁੰਦਾ, ਬੱਚੇ ਨੂੰ ਕਦੋਂ ਕਿਹੜੀ ਚੀਜ਼ ਦੀ ਲੋੜ ਹੈ। ਇਹ ਉਹ ਪਾਰਟੀਆਂ ਨੇ ਜਿਹੜੇ ਕਹਿੰਦੇ ਅਸੀਂ ਜਾਵਾਂਗੇ ਬੱਚਿਆਂ ਨੂੰ ਪੁੱਛਾਂਗੇ, ਬੱਚਿਓ ਤੁਹਾਨੂੰ ਚਾਹੀਦਾ ਕੀ ਹੈ, ਕੀ ਕਰੀਏ ਤੁਹਾਡੇ ਵਾਸਤੇ? ਸੁਖਬੀਰ ਬਾਦਲ ਜਨਾਂ ਦੀ ਪਾਰਟੀ ਨੂੰ ਪਤਾ ਨੀ ਵੀ ਪੰਜਾਬ ਦੇ ਲੋਕ ਚਾਹੁੰਦੇ ਕੀ ਨੇ? ਖਾ ਕੇ ਲੁੱਟ ਕੇ ਇਹ ਸਾਡਾ ਧਰਮ, ਸਾਡੇ ਖਜ਼ਾਨੇ, ਸ਼੍ਰੋਮਣੀ ਕਮੇਟੀ ਦੇ ਰਾਹੀਂ ਕੋਈ ਚੀਜ਼ ਛੱਡੀ ਨੀ, ਹੁਣ ਇਸ ਤੋਂ ਵੱਧ ਕੀ ਭਾਲਦੇ ਨੇ ਇਹ? ਮੇਰਾ ਖਿਆਲ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਵੱਧ ਕੀ ਮਿਲਦਾ ਹੁੰਦਾ। ਫਿਰ ਦੇਖੋ ਇਹ ਗੱਲ ਬਿਲਕੁਲ ਸਹੀ ਹੈ, ਮੈਂ ਤਾਂ ਪਹਿਲਾਂ ਹੀ ਗੱਲ ਕਹੀ ਹੈ ਵੀ ਅਕਾਲੀ ਦਲ ਨੇ ਲੰਘੇ ਵੇਲੇ ਦੇ ਵਿੱਚ ਪੰਜਾਬ ਦਾ ਵੀ ਤੇ ਆਪਣਾ ਵੀ ਵੱਡਾ ਨੁਕਸਾਨ ਕੀਤਾ, ਤੇ ਉਹ ਇਹਨਾਂ ਗੱਲਾਂ ਦੇ ਕਰਕੇ ਹੀ ਹੈ। ਜੇਕਰ ਅੱਜ ਸੱਤਾ ਦੇ ਵਿੱਚੋਂ ਲੰਘੇ ਆ ਤਾਂ ਉਹਨਾਂ ਗਲਤੀਆਂ ਦੇ ਕਰਕੇ ਹੀ ਹੈ, ਜਿਹੜੀਆਂ ਗਲਤੀਆਂ ਇਹਨਾਂ ਨੇ ਕਦੇ ਸੁਧਾਰੀਆਂ ਨੀ। ਪਰ ਇਸ ਦੇ ਬਾਵਜੂਦ ਮੈਂ ਜਦੋਂ ਤੁਲਨਾ ਕਰਕੇ ਦੇਖਦਾ ਵੀ ਭਾਈ ਲੋਕਾਂ ਦੇ ਨਾਲ ਸਿਰਫ ਮੇਲ ਮਿਲਾਪ ਦੇ ਤੌਰ ਤੇ ਵੀ ਕੈਪਟਨ ਅਮਰਿੰਦਰ ਸਿੰਘ ਘਰ ਦੇ ਵਿੱਚੋਂ ਕਿਉਂ ਨੀ ਨਿਕਲਦੇ? ਉਹ ਤਾਂ ਆਪਦੇ ਪਟਿਆਲੇ ਵਾਲੇ ਘਰ ਦੇ ਵਿੱਚ ਵੀ ਨਹੀਂ ਜਾਂਦੇ, ਸਿਸਵਾਂ ਫਾਰਮ ਹਾਊਸ ਤੇ ਰਹਿੰਦੇ ਆ, ਕਾਂਗਰਸੀਆਂ ਨੂੰ ਮਿਲਦੇ ਨੇ। ਮੈਨੂੰ ਪਹਿਲੇ ਦਿਨ ਤੋਂ ਖ਼ਬਰਾਂ ਕੀਤੀ ਆਉਂਦੀਆਂ ਵੀ ਕਾਂਗਰਸ ਦੇ ਵਿਧਾਇਕ ਕੀ ਸ਼ਬਦ ਰੱਖਦੇ ਹੁੰਦੇ ਆ, ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਤੱਕ ਸਾਡੀ ਪਹੁੰਚ ਨਹੀਂ ਹੋ ਰਹੀ ਤੇ ਅਸੀਂ ਹਲਕੇ ਦੇ ਲੋਕਾਂ ਨੂੰ ਮੂੰਹ ਕਿਵੇਂ ਦਿਖਾਵਾਂਗੇ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਲੱਗਦਾ ਜੀ ਕਿ ਇਹ ਤਾਂ ਹੋਰ ਕੰਮ ਵਿਗੜੀ ਜਾਂਦਾ, ਵਿਰੋਧ ਧਰਦੇ ਵੀ ਕਾਂਗਰਸ ਦੇ ਵਿਧਾਇਕਾਂ ਦੇ ਵਿੱਚ ਵਧੀ ਜਾਂਦੀ ਆ, ਫਿਰ ਉਹ ਆਪਣੇ ਲਾਂਗਰਦਾਰ ਨੂੰ ਕਹਿੰਦੇ ਹੁੰਦੇ ਵੀ ਹੁਣ ਡੋਂਗੇ ਡੂੰਗੇ ਮੰਨ ਜਾਓ ਕਿ ਆਪਾਂ ਰਾਤ ਦਾ ਭੋਜਨ ਕਰਾਉਣਾ ਵਿਧਾਇਕਾਂ ਨੂੰ। ਉਹ ਭੋਜਨ ਕਰਕੇ ਵਿਧਾਇਕ 4 ਮਹੀਨੇ ਵਧੀਆ ਕੱਟਦੇ ਵੀ ਆਪਣੀ ਕੈਪਟਨ ਸਾਹਿਬ ਨਾਲ ਮੁਲਾਕਾਤ ਹੋ ਗਈ। ਉਸ ਤੋਂ ਬਾਅਦ ਉਹ ਫਿਰ ਕਹਿਣਾ ਸ਼ੁਰੂ ਕਰ ਗਿਆ ਵੀ ਸਾਡੀ ਪੁੱਛ ਪ੍ਰਤੀਤ ਹੈ ਨੀ, ਕੈਪਟਨ ਅਮਰਿੰਦਰ ਸਿੰਘ ਮਿਲਣ ਦਾ ਵਕਤ ਨਹੀਂ ਦਿੰਦੇ, ਫਿਰ ਉਹ ਕਹਿੰਦੇ ਦੁਪਹਿਰ ਦੀ ਚਾਹ ਤੇ ਸੱਦ ਲਓ। ਸੋ ਉਧਰ ਆਹ ਕੁਛ ਚੱਲਦਾ, ਨਾ ਤਾਂ ਕਾਂਗਰਸ ਨੇ ਦਿਨ ਰਾਤ ਪੰਜਾਬ ਦੇ ਲਈ ਕਰਨੀ ਆ, ਨਾ ਅਕਾਲੀਆਂ ਨੇ ਕਰਨੀ, ਨਾ ਕਿਸੇ ਹੋਰ ਸਿਆਸੀ ਧਿਰ ਨੇ ਕਰਨੀ। ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਕਿਸੇ ਵੀ ਪਾਰਟੀ ਦੇ 117 ਬੰਦੇ ਜਿਵੇਂ ਮਰਜ਼ੀ ਤੁਰੇ ਜਾਣ, ਜਿਹੋ ਜਿਹੇ ਮਰਜ਼ੀ ਹੋਣ, ਪੰਜਾਬ ਦਾ ਕੁਝ ਨਹੀਂ ਹੋਣਾ ਗਾ, ਕਿਉਂਕਿ ਪੰਜਾਬ ਦੇ ਇਕੱਲੇ ਇਕੱਲੇ ਵਿਅਕਤੀ ਨੇ ਵੀ ਆਪਣੀ ਭੂਮਿਕਾ ਬਣਦੀ ਸਰਦੀ ਨਿਭਾਉਣੀ ਪਊਗੀ। ਜੇ 117 ਬੰਦੇ ਇਮਾਨਦਾਰ ਵੀ ਮਿਲ ਜਾਣ, ਜਿਹੜੇ ਕਿ ਮਿਲ ਲੈਣੀ ਛੇਤੀ ਕਿਤੇ, ਤਾਂ ਫਿਰ ਬਾਕੀ ਜਿਹੜੇ ਲੋਕ ਆ ਪੰਜਾਬ ਦੇ 3.25 ਕਰੋੜ ਦੇ ਕਰੀਬ ਆਬਾਦੀ ਆ, ਉਹਨਾਂ ਨੂੰ ਵੀ ਚੰਗੇ ਤੇ ਜ਼ਿੰਮੇਵਾਰ ਨਾਗਰਿਕ ਬਣਨਾ ਪਊਗਾ। ਹੁਣ ਮੈਂ ਸੜਕ ਦੇ ਉੱਤੇ ਖੜ ਕੇ ਪਿਸ਼ਾਬ ਕਰਨ ਲੱਗ ਜਾ, ਨਾ ਮੈਨੂੰ ਕੈਪਟਨ ਨੇ ਰੋਕਣਾ, ਨਾ ਮੈਨੂੰ ਬਾਦਲ ਨੇ ਰੋਕਣਾ, ਨਾ ਮੈਨੂੰ ਭਗਵੰਤ ਮਾਨ ਨੇ ਆ ਕੇ ਰੋਕਣਾ, ਇਹ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਨਾ ਪਊਗਾ। ਮੇਰਾ ਜੇਕਰ ਕਿਰਦਾਰ ਚੰਗਾ ਨਾ ਹੋਊਗਾ ਤਾਂ ਨਾ ਮੈਨੂੰ ਕੈਪਟਨ ਨੇ ਰੋਕਣਾ ਤੇ ਨਾ ਮੈਨੂੰ ਬਾਦਲ ਨੇ ਰੋਕਣਾ, ਮੈਨੂੰ ਆਪਦੇ ਕਿਰਦਾਰ ਦੇ ਤੌਰ ਦੇ ਉੱਤੇ ਚੰਗਾ ਆਪ ਬਣਨਾ ਪਊਗਾ ਤੇ ਸਾਰੇ ਪੰਜਾਬੀਆਂ ਨੂੰ ਭੂਮਿਕਾ ਅਦਾ ਕਰਨੀ ਪਊਗੀ।
ਟੈਣਾ ਸਾਹਿਬ, ਮੈਨੂੰ ਤੁਹਾਡੀ ਇੱਕ ਗੱਲ ਬੜੀ ਚੰਗੀ ਲੱਗਦੀ ਹੈ। ਤੁਸੀਂ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਹੋ ਪੰਜਾਬੀ ਤਾਂ ਛੇਤਰਾਂ ਦੇ ਯਾਰ ਨੇ। ਦੇਖੋ, ਵਿਦੇਸ਼ੀ ਇੱਕ ਮਿੱਤਰ ਨੇ ਸਾਡੇ ਕੈਪਟਨ ਅਮਰਿੰਦਰ ਸਿੰਘ ਦੇ, ਮੂੰਹ ਬੋਲਿਆ ਭਤੀਜਾ ਇਹਨਾਂ ਦਾ ਬੰਬੇ ਦੇ ਵਿੱਚ ਰਹਿੰਦਾ, ਉਹਦੇ ਕਹੇ ਤੋਂ ਵੱਡੇ ਵੱਡੇ ਪੁਲਿਸ ਵਾਲਿਆਂ ਦੀਆਂ ਤਬਦੀਲੀਆਂ ਹੁੰਦੀਆਂ ਨੇ, ਉਹਨਾਂ ਦੀਆਂ ਫਰਮਾਇਸ਼ਾਂ ਸੁਣੀਆਂ ਜਾਂਦੀਆਂ ਨੇ। ਇੱਕ ਪੁਲਿਸ ਵੱਡਾ ਪੁਲਿਸ ਦਾ ਵੱਡਾ ਅਫਸਰ ਹੈ, ਉਹ ਕਹਿੰਦਾ ਜੀ ਸਾਨੂੰ ਬੰਬੇ ਇੱਕ ਭਤੀਜਾ ਕੈਪਟਨ ਜੀ ਦਾ, ਉਹਦੇ ਕੋਲ ਪਹੁੰਚ ਕਰਨੀ ਪੈਂਦੀ ਤਾਂ ਕਿਤੇ ਗੱਲ ਕਰਨੀ ਪੈਂਦੀ ਹੈ, ਤਾਂ ਜੇ ਸਾਡੇ ਪੁਲਿਸ ਅਫਸਰ ਜਾਂ ਪੜ੍ਹੇ ਲਿਖੇ ਲੋਕ ਉੱਥੇ ਤੱਕ ਜਾ ਸਕਦੇ ਨੇ, ਫਿਰ ਤੁਹਾਨੂੰ ਪਤਾ ਆਮ ਜਨਤਾ ਪੰਜਾਬ ਦੀ ਕਿੱਧਰ ਅਤੇ ਕਿਵੇਂ ਜਾਵੇ। ਤੁਹਾਡੀ ਗੱਲ ਇਸ ਗੱਲ ਦੇ ਉੱਤੇ ਆ ਕੇ ਸਹੀ ਢੁੱਕਦੀ ਹੈ। ਦੂਜੇ ਪਾਸੇ ਜੇ ਗੱਲ ਕਰੀਏ, ਪਿੱਛੇ ਜੇ ਅਨਿਲ ਜੋਸ਼ੀ ਜੀ ਆਪਣੇ ਬੀਜੇਪੀ ਦੇ ਵਿੱਚੋਂ ਉਹ ਕੱਢ ਦਿੱਤੇ ਗਏ ਨੇ 5 ਸਾਲ ਦੇ ਲਈ, ਪਰ ਹੁਣ ਪਤਾ ਲੱਗਿਆ ਤੱਕੜੀ ਦੇ ਵਿੱਚ ਤੁਲ ਗਏ, ਆ ਕੇ ਤੱਕੜੀ ਦੇ ਵਿੱਚ ਸਵਾਰ ਹੋ ਗਏ। ਅਕਾਲੀ ਦਲ ਜਿੰਦਾਬਾਦ। ਫੇਰ ਮੈਂ ਵੀ ਕਈ ਹਫ਼ਤੇ ਪਹਿਲਾਂ ਅਨਿਲ ਜੋਸ਼ੀ ਦੇ ਨਾਲ ਨਾ ਇੰਟਰਵਿਊ ਕੀਤੀ ਸੀਗੀ। ਉਦੋਂ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਚ ਜਾ ਰਹੇ ਹੋ, ਕਿਉਂਕਿ ਇਸ ਗੱਲ ਦੀ ਚਰਚਾ ਬਹੁਤ ਵੱਡੇ ਪੱਧਰ ਤੇ ਹੋਣ ਲੱਗ ਗਈ ਸੀ ਕਿ ਅਨਿਲ ਜੋਸ਼ੀ ਹੁਣ ਆਮ ਆਦਮੀ ਪਾਰਟੀ ਦੇ ਵੱਲ ਜਾ ਰਹੀ। ਬੀਜੇਪੀ ਨੂੰ 6 ਸਾਲ ਵਾਸਤੇ ਪਾਰਟੀ ਤੇ ਪੜ੍ਹਦੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਣ ਦੇ ਕਰਕੇ, ਅਕਾਲੀ ਦਲ ਦੇ ਵੱਲ ਆਸ ਸੀ ਇਹ ਜਾਣਗੇ ਨੀ, ਆਮ ਆਦਮੀ ਪਾਰਟੀ ਦੇ ਵੱਲ ਜਾਣ ਦੀ ਪੂਰੀ ਪੂਰੀ ਆਸ ਸੀ। ਪਰ ਉਹਨਾਂ ਨੇ ਗੱਲ ਕਹੀ ਸੀ ਕਿ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਜਾਊਂਗਾ, ਮੈਂ ਆਜ਼ਾਦ ਤੌਰ ਦੇ ਉੱਤੇ ਚੋਣ ਲੜੂੰਗਾ। ਪਰ ਰਾਜਨੀਤਿਕ ਲੋਕਾਂ ਨੇ ਆਪਦੀ ਸੌਖ ਸੁੱਖੀ ਗੁਣਾ ਘਟਾਓ ਕਰਕੇ ਫੈਸਲਾ ਲੈਣਾ ਹੁੰਦਾ, ਜ਼ਰੂਰੀ ਨਹੀਂ ਸੀ ਕਿ ਜੋ ਮਿੰਟੋ ਗਿਆ ਉਹੀ ਉਹ ਕੁਝ ਕਰਨ, ਤੇ ਉਹਨਾਂ ਨੇ ਹੁਣ ਅਕਾਲੀ ਦਲ ਦੇ ਵਿੱਚ ਜਾਣ ਦਾ ਫੈਸਲਾ ਕਰ ਲਿਆ। ਮੈਨੂੰ ਨਿੱਜੀ ਤੌਰ ਤੇ ਉੱਤੇ ਜਾਣਦਾ ਵੀ ਸ਼ਾਇਦ ਉਹਨਾਂ ਨੇ ਅਕਾਲੀ ਦਲ ਸ਼ਾਇਦ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵੱਲ ਜਾਣ ਦਾ ਫੈਸਲਾ ਇਸ ਕਰਕੇ ਵੀ ਨਹੀਂ ਕੀਤਾ ਕਿਉਂਕਿ ਮਾਝਾ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਬਹੁਤ ਕਮਜ਼ੋਰ ਆ। ਮਾਝਾ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਪੈਰ ਵੀ ਲੱਗਣੇ, ਪਿਛਲੀ ਵਾਰ ਵੀ ਨਹੀਂ ਲੱਗੇ, ਐਤਕੀ ਵੀ ਨਹੀਂ ਲੱਗਣੇ, ਕਿਉਂਕਿ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਗਰਮੀ ਪਹਿਲਾਂ ਵੀ ਘੱਟ ਸੀ, ਅੱਜ ਵੀ ਘੱਟ ਆ। ਮਾਲਵੇ ਦੇ ਵਿੱਚ 2017 ਦੇ ਵਿੱਚ ਸਰਗਰਮੀ ਸਿਖਰ ਦੇ ਉੱਤੇ ਸੀ, ਅੱਜ ਵੀ ਸਰਗਰਮੀ ਜਿੰਨੀ ਕੁ ਹੈਗੀ ਆ ਉਹ ਮਾਲਵੇ ਦੇ ਵਿੱਚ ਹੀ ਸਿਖਰ ਦੇ ਉੱਤੇ, ਤਾਂ ਮਾਲਵੇ ਦੇ ਵਿੱਚ ਵੀ ਨਹੀਂ। ਕੱਲ ਨੂੰ ਕੋਈ ਚਮਤਕਾਰ ਹੋ ਜਾਏ ਕੁਝ ਕਹਿ ਨਹੀਂ ਸਕਦੇ, ਦੁਆਬੇ ਦੇ ਵਿੱਚ ਵੀ ਘੱਟ ਆ ਕਾਫੀ ਸਰਗਰਮੀ ਆਪ ਦੀ। ਸੋ ਗੱਲ ਇਹ ਕਿ ਹੁਣ ਉਹ ਅਕਾਲੀ ਦਲ ਦੇ ਵੱਲ ਫਿਰ ਜਾਣਗੇ, ਅਕਾਲੀ ਦਲ ਦੇ ਵੱਲ ਤੱਕੜੀ ਦੇ ਵਿੱਚ ਤੁਰਨ ਦੀ ਪੂਰੀ ਪੂਰੀ ਤਿਆਰੀ ਹੈ। ਇਹ ਗੱਲ ਆਫੀਸ਼ੀਅਲ ਤੌਰ ਦੇ ਉੱਤੇ ਵੀ ਕਹੀ ਜਾ ਚੁੱਕੀ ਹੈ, ਅਨਿਲ ਜੋਸ਼ੀ ਹੋਰਾਂ ਨੇ ਖੁਦ ਵੀ ਇਹ ਗੱਲ ਕਬੂਲ ਕੀਤੀ ਹੈ। ਮੈਨੂੰ ਪੂਰੀ ਪੂਰੀ ਆਸ ਆ ਵੀ ਉਹ ਅੰਮ੍ਰਿਤਸਰ ਉੱਤਰੀ ਤੋਂ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਅਨਿਲ ਜੋਸ਼ੀ ਅਗਰ ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਕਿ ਉਹ ਬਹੁਤਿਆਂ ਨਾਲੋਂ ਚੰਗਾ ਬੰਦਾ, ਉਹਨੇ ਕਿਸਾਨੀ ਦੇ ਹੱਕ ਦੇ ਵਿੱਚ ਮਿਟ ਕੇ ਗੱਲ ਕੀਤੀ ਜਿਹਦੇ ਕਰਕੇ ਪਾਰਟੀ ਦੇ ਵੱਲੋਂ ਉਹਨੂੰ ਬਹੇ ਕਰ ਦਿੱਤਾ ਗਿਆ। ਕਿਸੇ ਨਾ ਕਿਸੇ ਪਾਸੇ ਉਹਨੂੰ ਜਾਣਾ ਪੈਣਾ ਸੀ ਆਧਾਰ ਤੌਰ ਦੇ ਉੱਤੇ। ਮੈਨੂੰ ਨਹੀਂ ਲੱਗਦਾ ਵੀ ਕੋਈ ਬਹੁਤ ਵੱਡਾ ਚਮਤਕਾਰ ਹੋਣਾ ਸੀਗਾ ਉਹਨਾਂ ਨੇ ਕਰ ਸਕਣਾ ਸੀਗਾ, ਪਰ ਉਹ ਅਕਾਲੀ ਦਲ ਦੇ ਵੱਲ ਜਾਣਗੇ ਤੇ ਅਕਾਲੀ ਦਲ ਨੇ ਉਮੀਦਵਾਰ ਵੀ ਉਹਨਾਂ ਨੂੰ ਬਣਾ ਦੇਣਾ, ਤੇ ਇਸ ਵਕਤ ਵੀ ਅਕਾਲੀ ਦਲ ਸਭ ਤੋਂ ਪਹਿਲਾਂ ਉਮੀਦਵਾਰ ਐਲਾਨਣ ਦੇ ਮਾਮਲੇ ਦੇ ਵਿੱਚ ਅੱਗੇ ਆ। ਆ 2 ਦਿਨ ਪਹਿਲਾਂ ਜਗਵੀਰ ਬਰਾੜ ਨੂੰ ਵੀ ਜਲੰਧਰ ਪਿੰਡ ਤੋਂ ਉਮੀਦਵਾਰ ਐਲਾਨਿਆ। ਡੈਣਾ ਸਾਹਿਬ, ਜੇ ਕਿਤੇ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਬੀਜੇਪੀ ਆਪਣਾ ਕੋਈ ਉਮੀਦਵਾਰ ਉਹਨਾਂ ਦੇ ਖਿਲਾਫ਼ ਨਹੀਂ ਖੜੇ ਕਰਦੀ, ਤਾਂ ਇਹਦਾ ਮਤਲਬ ਗੰਢ ਧੁੱਪ ਅਜੇ ਵੀ ਬਰਕਰਾਰ ਹੈ? ਬਿਲਕੁਲ ਜੀ, ਕੋਈ ਵੀ ਗੱਲ ਸੰਭਵ ਹੋ ਸਕਦੀ ਹੈ। ਦੇਖੋ, ਅੱਜ ਦਾ ਸਮਾਂ ਇਹੋ ਜਿਹਾ ਆ ਗਿਆ ਵੀ ਪਹਿਲਾਂ ਅੰਦਾਜ਼ਾ ਲਾਉਣਾ ਬਿਲਕੁਲ ਤੁਹਾਡਾ ਗਲਤ ਵੀ ਸਾਬਤ ਹੋ ਸਕਦਾ, ਕਿਉਂਕਿ ਰਾਜਨੀਤਿਕ ਲੋਕਾਂ ਦਾ ਪਤਾ ਹੀ ਕੋਈ ਨਹੀਂ ਵੀ ਅੰਦਰ ਖਾਤੇ ਕੀ ਖਿਚੜੀ ਪੱਕਦੀ ਹੈ। ਜਿਹੜੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਉਹਦੇ ਨਾਲੋਂ ਵੱਧ ਖ਼ਬਰਾਂ ਤਾਂ ਅੰਦਰ ਖਾਤੇ ਲੁਕਦੀਆਂ ਛਿਪੀਆਂ ਹੁੰਦੀਆਂ। ਸੋ ਇਸ ਕਰਕੇ ਬੀਜੇਪੀ ਕਹਿੰਦੀ ਤਾਂ ਹੈ ਵੀ ਅਸੀਂ 117 ਹਲਕਿਆਂ ਤੇ ਆਪਣੇ ਉਮੀਦਵਾਰ ਖੜੇ ਕਰਾਂਗੇ, ਪਰ ਅੱਜ ਦੇ ਹਾਲਾਤ ਦੇ ਮੁਤਾਬਕ 117 ਬੰਦੇ ਇਹਨਾਂ ਨੂੰ ਲੱਭਣੇ ਕਿਵੇਂ ਆ, ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀ ਕਿੰਨੀ ਕੁ ਭੱਲ ਹੈਗੀ ਆ। ਸੋ ਇਸ ਕਰਕੇ ਆਸ ਨਹੀਂ ਮੈਨੂੰ ਕਿ ਬੀਜੇਪੀ ਕੋਈ ਬਹੁਤਾ ਵੱਡਾ ਚਮਤਕਾਰ ਕਰੂਗੀ। ਹਾਂ, ਇਹ ਹੋ ਸਕਦਾ ਵੀ ਕੱਲ ਨੂੰ ਕਿਸਾਨ ਅੰਦੋਲਨ ਦੇ ਬਾਬਤ ਕੋਈ ਫੈਸਲਾ ਕਰਕੇ ਇਹ ਕੋਈ ਇਹੋ ਜਿਹੀ ਗੱਲ ਕਰਦੇ ਨੇ ਜਿਹਦੇ ਕਰਕੇ ਇਹਨਾਂ ਨੂੰ ਪ੍ਰਤੀਤ ਹੋਵੇ ਜੀ ਕਿ ਐਂ ਕਿਸਾਨ ਆਪਣੇ ਨਾਲ ਜੋੜੇ ਜਾ ਸਕਦੇ ਆ, ਤਾਂ ਗੱਲ ਵੱਖਰੀ ਹੈ। ਪਰ ਹਾਲ ਦੀ ਘੜੀ ਬੀਜੇਪੀ ਦਾ ਕੋਈ ਵਜੂਦ ਹੈ ਨਹੀਂ ਗਾ ਜੀ। ਉਧਰ ਨਵਜੋਤ ਸਿੱਧੂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ
ਉਹ ਕਹਿੰਦੇ ਜੀ ਇਹਦਾ ਪੰਜਾਬ ਨੂੰ ਬਰਬਾਦ ਕਰਕੇ ਰੱਖ ਦੂਗਾ। ਬਸ ਇਵੇਂ ਹੈ ਜੀ, ਪੰਜਾਬ ਦੇ ਵਿੱਚ ਹਾਸੇ ਠੱਠੇ ਵਾਲੇ ਬਿਆਨ ਆ, ਇੰਟਰਟੇਨਮੈਂਟ ਵਾਲੇ ਬਿਆਨ ਚੱਲਦੇ ਆ। ਬਈ ਇਹ ਦੱਸਿਆ ਜਾਂਦਾ ਜੀ ਕਿ ਫਲਾਣਾ ਪੰਜਾਬ ਨੂੰ ਬਰਬਾਦ ਕਰ ਦੂਗਾ ਜਾਂ ਫਲਾਣਾ ਕਰ ਗਿਆ, ਇਹ ਆਪਦਾ ਨਾਂ ਕੋਈ ਵੀ ਨੀ ਲੈਂਦਾ। ਦੇਖੋ ਜਿਵੇਂ ਨਾ ਆਪਾਂ ਜਦੋਂ ਚਾਰ ਬੰਦੇ ਬੈਠਦੇ ਆ, ਉਹਦੇ ਵਿੱਚੋਂ ਬਹੁਤੇ ਇਹੋ ਜਿਹੇ ਹੁੰਦੇ, ਉਹ ਕਹਿੰਦੇ ਹੁੰਦੇ ਜ਼ਮਾਨਾ ਬਹੁਤ ਮਾੜਾ, ਆਪਾਂ ਤਾਂ ਭਾਈ ਬਸ ਮਹਾਰਾਜ ਨੂੰ ਜਾਣ ਦੇਣੀ ਆ, ਬਹੁਤ ਵਧੀਆ ਤਰੀਕੇ ਨਾਲ ਰਹੀਦਾ, ਲੋਕਾਂ ਦੇ ਦਰਦ ਨੂੰ ਵੀ ਪਛਾਣੀਦਾ, ਪਰ ਲੋਕਾਂ ਦਾ ਤਾਂ ਬਾਹਲਾ ਹੀ ਸੱਤਿਆਨਾਸ਼ ਹੋਇਆ ਪਿਆ। ਆਪਾਂ ਤਾਂ ਪਰ ਨਾ ਮਹਾਰਾਜ ਨੂੰ ਜਾਣ ਦੇਣੀ ਆ, ਵੀ ਇਮਾਨਦਾਰੀ ਨਾਲ ਰਹੀਦਾ, ਸਭ ਦੇ ਦੁੱਖ ਸੁੱਖ ਨੂੰ ਸੁਣੀਦਾ, ਆਪਾਂ ਲੋੜਵੰਦਾਂ ਦੀ ਮਦਦ ਕੀਤੀ, ਆਪਾਂ ਵੀ ਕਦੇ ਲਾਲਚ ਕੀਤਾ, ਆਪਦੀਆਂ ਸਫਾਈਆਂ ਆਪ ਹੀ ਦੇਈ ਜਾਣੀਆਂ ਵੀ ਮੈਂ ਬਹੁਤ ਚੰਗਾ, ਇਹ ਸਮਾਜ ਸਾਰਾ ਮਾੜਾ ਤੇ ਨਾਲ ਨਾਲ ਬੰਦਾ ਇਹ ਵੀ ਦੱਸੀ ਜਾਂਦਾ, ਇਹ ਨੀ ਦੱਸਦਾ ਵੀ ਉਸ ਮਾੜੇ ਸਮਾਜ ਦਾ ਹਿੱਸਾ ਮੈਂ ਵੀ ਆ ਤੇ ਮੈਂ ਵੀ ਇਹੋ ਜਿਹੀਆਂ ਜਿਹੋ ਜਿਹੇ ਲੋਕਾਂ ਦੀ ਗੱਲ ਕਰ ਰਿਹਾ। ਸੋ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਲੰਬੇ ਕੱਲ ਇਹ ਗੱਲ ਕਹੀ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਸੱਤਿਆਨਾਸ਼ ਕਰ ਦੂਗਾ, ਇਹਨੇ ਪੰਜਾਬ ਦਾ ਭੱਠਾ ਉਠਾ ਦੇਣਾ। ਨਵਜੋਤ ਸਿੰਘ ਸਿੱਧੂ ਕਲਾਕਾਰ ਬੰਦਾ, ਇਹ ਬੀਜੇਪੀ ਦੇ ਵਿੱਚ ਸੀ, ਕਹਿੰਦਾ ਇੱਥੋਂ ਦਾ ਸਿਸਟਮ ਨੀ ਠੀਕ, ਇਹ ਕਾਂਗਰਸ ਦੇ ਵਿੱਚ ਆ ਗਿਆ ਮੰਤਰੀ ਬਣ ਗਿਆ, ਕਹਿੰਦਾ ਸਿਸਟਮ ਨੀ ਠੀਕ, ਇਹ ਕਾਂਗਰਸ ਦਾ ਹੁਣ ਵਿਧਾਇਕ ਆ ਫਿਰ ਵੀ ਕਹਿੰਦਾ ਸਿਸਟਮ ਨੀ ਠੀਕ, ਇਹ ਕਾਂਗਰਸ ਦਾ ਹੁਣ ਪ੍ਰਧਾਨ ਬਣ ਗਿਆ ਕਹਿੰਦਾ ਭਾਈ ਸਿਸਟਮ ਤਾਂ ਬਿਲਕੁਲ ਨੀ ਠੀਕ, ਇਹਦਾ ਸਿਸਟਮ ਹੀ ਨੀ ਠੀਕ, ਇਹਨੂੰ ਤਾਂ ਭੁੱਲ ਕੇ ਵੀ ਵੋਟਾਂ ਦਾ ਪਾਇਓ ਪੰਜਾਬ ਵਾਸੀਓ। ਸੁਖਬੀਰ ਬਾਦਲ ਨੇ ਕਿਹਾ ਵੀ ਭਗਵੰਤ ਮਾਨ ਤੇ ਨਵਜੋਤ ਸਿੰਘ ਸਿੱਧੂ ਇਹ ਤਾਂ ਹਾਸੇ ਠੱਠੇ ਵਾਲੇ ਬੰਦੇ ਆ, ਇਹ ਸੀਰੀਅਸ ਬੰਦੇ ਨੀ ਹੈਗੇ, ਇਹਨਾਂ ਨੂੰ ਤੁਸੀਂ ਇਸ ਕਰਕੇ ਨਾ ਵੋਟ ਪਾ ਦਿਓ ਵੀ ਇਹ ਹੱਸਦੇ ਖੇਡਦੇ ਬਹੁਤ ਵਧੀਆ, ਤੁਸੀਂ ਵੋਟਾਂ ਸਾਨੂੰ ਪਾ ਦਿਓ, ਇਹਨਾਂ ਦਾ ਅਸੀਂ ਮਹੀਨੇ ਬਾਅਦ ਇੱਕ ਸ਼ੋਅ ਕਰਾ ਦਿਆ ਕਰਾਂਗੇ, ਤੁਹਾਡੇ ਹਾਸੇ ਠੱਠੇ ਦਾ ਪ੍ਰਬੰਧ ਵੀ ਕਰ ਦਿਆ ਕਰਾਂਗੇ, ਇਹਨਾਂ ਨੇ ਤਾਂ ਪੈਸੇ ਲੈਣੇ ਤੇ ਸ਼ੋਅ ਕਰਨਾ, ਤੁਸੀਂ ਜਦੋਂ ਕਿਹਾ ਕਰੋਗੇ ਸਿੱਧੂ ਵੱਟੇ ਭਗਵੰਤ ਮਾਨ ਦਾ ਸ਼ੋਅ ਕਰਾ ਦਿਆ ਕਰਾਂਗੇ, ਤੁਸੀਂ ਤਾੜੀਆਂ ਤੂੜੀਆਂ ਮਾਰ ਲਿਆ ਕਰਿਓ ਪਰ ਵੋਟਾਂ ਤੁਸੀਂ ਸਾਨੂੰ ਪਾ ਦਿਓ। ਤੇ ਟਹਿਣਾ ਸਾਹਿਬ ਖਬਰਾਂ ਤਾਂ ਜ਼ਿਆਦਾ ਹੋਰ ਵੀ ਨੇ, ਤੁਹਾਡੇ ਕੋਲ ਬਹੁਤ ਜ਼ਿਆਦਾ ਪਈਆਂ ਨੇ, ਇੱਕ ਗੱਲ ਦੇ ਉੱਤੇ ਮੈਂ ਤੁਹਾਡੇ ਕੋਲੋਂ ਥੋੜੀ ਜਿਹੀ ਤੁਹਾਡੇ ਵਿਚਾਰ ਲੈਣੀ ਚਾਹੂੰਗਾ। ਨਿਊਜ਼ੀਲੈਂਡ ਦੇ ਵਿੱਚ ਇੱਕ ਨੌਜਵਾਨ ਜਿਹੜਾ ਪੰਜਾਬੀ ਨੌਜਵਾਨ ਹੈ ਉਹ ਪੂਰਾ ਡਰੰਕ ਹੋਇਆ, ਡਰਾਈਵਿੰਗ ਕਰਦਾ ਹੋਇਆ ਫੜਿਆ ਗਿਆ, ਪੁਲਿਸ ਵਾਲਿਆਂ ਨੇ ਜਿਹੜੀ ਆ ਉਹਨੂੰ ਰੋਕ ਲਿਆ, ਜਦੋਂ ਰੋਕਿਆ ਉਹਦੇ ਡਰਿੰਕ ਆਉਣੀ ਉਹ ਸੀ, ਤੇ 27 ਸਾਲ ਦਾ ਗੁਰਵਿੰਦਰ ਸਿੰਘ ਉਹਦਾ ਨਾਂ ਹੈ, ਅਗਸਤ 2014 ਦੀ ਇਹ ਘਟਨਾ ਹੈ। ਤੇ ਉਹਨੂੰ ਜਦੋਂ ਤਲਬ ਕੀਤਾ ਉਹ ਕਹਿੰਦਾ ਜੀ $200 ਦੇ ਤਾ, ਪੁਲਿਸ ਵਾਲੇ ਨੂੰ ਕਹਿੰਦਾ ਜੀ ਰਫਾ ਦਫਾ ਕਰ ਦੇ ਕੋਈ ਗੱਲ ਨਹੀਂ। 2019 ਚ ਇੱਕ ਵਾਰੀ ਫਿਰ ਪੁਲਿਸ ਨੇ ਉਹਨੂੰ ਨਿਰਧਾਰਿਤ ਮਾਤਰਾ ਤੋਂ ਦੁੱਗਣੀ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੀ ਹਾਲਾਤ ਚ ਫੜ ਲਿਆ ਸੀ। ਇਹ ਜਿਹੜੀ ਘਟਨਾ ਚੱਲੀ ਉਸ ਤੋਂ ਮਗਰੋਂ ਉਸ ਮਾਂ ਦੇ ਪੁੱਤ ਨੇ ਕੀ ਕੀਤਾ, ਕੇਸ ਚੱਲਿਆ ਉਹਦੇ ਉੱਤੇ, ਕੇਸ ਚੱਲਣ ਤੋਂ ਮਗਰੋਂ ਜਦ ਗੱਲ ਹੋਈ ਉਹਨੇ ਕੋਸ਼ਿਸ਼ ਕੀਤੀ ਆਪਣਾ ਉੱਥੇ ਦਾ ਪਰਮਾਨੈਂਟ ਹੋਣ ਦੀ 2020 ਦੇ ਵਿੱਚ, ਕੀ ਵੀ ਫਰੂਟ ਠੇਕੇਦਾਰ ਕੋਲ ਕੰਮ ਕੀਤਾ, ਕੰਮ ਦਾ ਵੀਜ਼ਾ ਲੈਣ ਦੀ ਗੱਲ ਕੀਤੀ, ਪਰ ਅਖੀਰ ਨੂੰ ਆ ਕੇ ਉਹਦਾ ਕੇਸ ਜਿਹੜਾ 2021 ਫਰਵਰੀ ਦੇ ਵਿੱਚ ਇਹ ਆ ਗਿਆ, ਉਹ ਦੋਸ਼ੀ ਸਾਬਤ ਹੋ ਗਿਆ ਤੇ ਉਹਨੂੰ ਉਹ $170 ਜੁਰਮਾਨਾ ਵੀ ਹੋਇਆ, 6 ਮਹੀਨੇ ਦੀ ਸਜ਼ਾ, ਡਰਾਈਵਿੰਗ ਲਾਇਸੈਂਸ ਰੱਦ ਤੇ ਦੇਸ਼ ਨਿਕਾਲਾ ਪੁਲਿਸ ਵਾਲੇ ਨੂੰ ਰਿਸ਼ਵਤ ਦੇਣ ਦੇ ਦੋਸ਼ ਦੇ ਵਿੱਚ। ਹੁਣ ਇਹ ਗੱਲ ਨੂੰ ਤੁਸੀਂ ਆਪਣੇ ਦੇਸ਼ ਨਾਲ ਨਿਊਜ਼ੀਲੈਂਡ ਦੇ ਪੁਲਿਸ ਅਫਸਰ ਨਾਲ ਕਿਵੇਂ ਲੈਂਦੇ ਹੋ? ਟਹਿਣਾ ਸਾਹਿਬ ਦੇਖੋ, ਉੱਥੇ $200 ਰਿਸ਼ਵਤ ਦਿੰਦਾ ਸੀ ਤਾਂ ਉਹਨੂੰ ਦੇਸ਼ ਨਿਕਾਲਾ ਮਿਲਿਆ, ਤੇ ਇੱਥੇ ਜੇਕਰ 200 ਰੁਪਇਆ ਦਿੰਦਾ ਹੁੰਦਾ ਤੇ ਪੁਲਿਸ ਨੇ ਉਹਨੂੰ ਲੰਮਾ ਪਾ ਲੈਣਾ ਸੀ ਵੀ 200 ਥੋੜੀ ਯਾਰ, 500 ਦੇ ਜਾਂ 1000 ਰੁਪਇਆ ਬਣਦਾ, ਇੰਨਾ ਕੀ ਫਰਕ ਆ, ਹੋਰ ਕੋਈ ਬੜਾ ਫਰਕ ਹੈ ਨੀ ਗਾ। ਇੱਥੇ ਪੁਲਿਸ ਨੇ ਨਾਰਾਜ਼ ਇਸ ਕਰਕੇ ਹੋਣਾ ਯਾਰ, ਤੂੰ ਸਾਡਾ ਮੁੱਲ ਇੰਨਾ ਘੱਟ ਸਮਝਦਾ, ਉੱਥੇ ਉਹਨਾਂ ਨੇ ਇਹ ਕਿਹਾ ਯਾਰ ਕਿ ਇਹ ਤੂੰ ਰਿਸ਼ਵਤ ਦਿੱਤਾ, ਇੱਥੇ ਰਿਸ਼ਵਤ ਨੀ ਮੰਨਿਆ ਜਾਂਦਾ, ਇਹਨੂੰ ਮਾਂ ਭੱਤਾ ਮੰਨਿਆ ਜਾਂਦਾ, ਇਹਨੂੰ ਸਰਾਜਨ ਇਹਨੂੰ ਇਨਾਮ ਮੰਨਿਆ ਜਾਂਦਾ। ਸਾਡੇ ਪੰਜਾਬੀ ਜਿੱਥੇ ਜਾਣਗੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਤੇ ਮਾਣ ਵੀ ਆ ਵੀ ਜਿਹੜੇ ਕਿ ਆਪਦੀ ਮਿਹਨਤ ਦੇ ਸਦਕਾ ਬਹੁਤ ਕੁਝ ਕਰ ਦਿਖਾਉਂਦੇ ਆ, ਪਰ ਪੰਜਾਬੀ ਗੰਦ ਵੀ ਉੱਥੇ ਜ਼ਰੂਰ ਪਾਉਣਗੇ ਜਿੱਥੇ ਜਾਣਗੇ, ਤੇ ਗੰਦ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਸਾਹਮਣੇ ਆਉਂਦੀਆਂ, ਜਿਵੇਂ ਕਿ ਨਿਊਜ਼ੀਲੈਂਡ ਦੇ ਵਿੱਚੋਂ ਵੀ ਇਹ ਸਾਹਮਣੇ ਆਈ ਆ। ਸਾਡੀ ਪੁਲਿਸ ਵੀ ਇਹੋ ਜੀ, ਇੱਥੇ ਚੋਰ ਕੁੱਤੀ ਸਾਰੇ ਖੜੇ ਹੋਏ ਆ। ਮੈਂ ਤਾਂ ਇੱਕ ਵਾਰੀ ਮੈਨੂੰ ਚੇਤੇ ਆ ਚੰਗੀ ਤਰ੍ਹਾਂ, ਮੇਰਾ ਮੋਬਾਈਲ ਗਵਾਚ ਗਿਆ ਇੱਕ ਵਾਰੀ, ਇਹ 5-7 ਵਜੇ ਪਹਿਲਾਂ ਦੀ ਗੱਲ ਆ, ਤੇ ਮੈਂ ਜੀ ਥਾਣੇ ਦੇ ਵਿੱਚ ਗਿਆ ਕਿਉਂਕਿ ਤੁਹਾਨੂੰ ਉੱਥੇ ਨਾ
ਐਪਲੀਕੇਸ਼ਨ ਦੇ ਕੇ ਐਫ ਆਈ ਆਰ ਕਰਵਾਉਣੀ ਪੈਂਦੀ ਆ ਵੀ ਤੁਹਾਡੇ ਕੋਈ ਫੋਨ ਦਾ ਮਿਸ ਯੂਜ਼ ਨਾ ਕਰ ਜਾਵੇ। ਜੇ ਮੇਰੇ ਫੋਨ ਤੋਂ ਮੰਨ ਲਓ ਕੋਈ ਫੋਨ ਕਰਦੇ ਨੇ ਗਲਤ ਕੰਮ ਕਰਕੇ ਕਿਤੇ ਸੁੱਟ ਜਾਵੇ ਤਾਂ ਨਾ ਤਾਂ ਮੇਰੇ ਲੱਗਣਾ, ਉਹਦੇ ਲਈ ਐਫ ਆਈ ਆਰ ਕਰਵਾਉਣੀ ਪੈਂਦੀ ਹੈ। ਮੈਂ ਉੱਥੇ ਚਲਾ ਗਿਆ, ਮੇਰੇ ਤੋਂ ਪਹਿਲਾਂ ਇੱਕ ਉੱਥੇ ਪ੍ਰਵਾਸੀ ਮਜ਼ਦੂਰ ਬੈਠਾ ਤੇ ਉਹਦਾ ਵੀ ਮੋਬਾਈਲ ਕਿਤੇ ਇੰਜ ਵਾਚਿਆ ਸੀਗਾ। ਉਹਨੂੰ ਪੁਲਿਸ ਵਾਲਾ ਕਹਿ ਰਿਹਾ 200 ਰੁਪਏ ਦੋ ਫਿਰ ਐਪਲੀਕੇਸ਼ਨ ਲਿਖੇਗੇ, ਐਫ ਆਈ ਆਰ ਫਿਰ ਹੋਗੀ। ਉਹ ਕਹਿੰਦਾ ਜੀ ਬਾਬੂ ਜੀ 300 ਰੁਪਏ ਦਾ ਮੇਰਾ ਫੋਨ ਹੈ, 200 ਰੁਪਏ ਲੈ ਜਾਓਗੇ, ਮੇਰਾ ਕੋਲ 800 ਕਾ ਹੋ ਗਿਆ ਨਾ। ਉਹ ਦੇਖੋ ਸਾਡੇ ਭਾਰਤ ਦੇ ਵਿੱਚ ਆਹ ਕੁਛ ਚੱਲਦਾ, ਪੰਜਾਬ ਦੇ ਵਿੱਚ ਵੀ ਆਹ ਕੁਝ ਚੱਲਦਾ। ਸੋ ਲੱਖ ਦੀ ਲਾਹਤ ਉਹਦਾ ਲੋਕਾਂ ਨੂੰ, ਜਿਹੜੇ ਲੋਕ ਜਿਹੜੇ ਹੁਣ ਪੁਲਿਸ ਮੁਲਾਜ਼ਮ ਆ ਸਾਰੇ ਤਾਂ ਇਹ ਵੀ ਮਾੜੇ ਨਹੀਂ, ਪਰ ਜਿਹਦੀ 70,000 ਰੁਪਇਆ ਤਨਖਾਹ ਹੁੰਦੀ ਹੈ ਤੇ 500 ਰੁਪਏ ਦੇ ਪਿੱਛੇ ਉਹਦਾ ਜਲੂਸ ਕਢਾਈ ਜਾਂਦਾ ਹੁੰਦਾ, 200 ਰੁਪਏ ਪਿੱਛੇ ਉਹਦਾ ਜਲੂਸ ਕਢਾਈ ਜਾਂਦਾ ਹੁੰਦਾ। ਆਹ ਪਿਛਲੇ ਦਿਨੀ ਤਾਂ ਇੱਕ ਖਬਰ ਆਈ, ਇਹ ਆਈ ਹੈ ਜੀ ਮਾਲਪੁਰ ਦੇ ਵੱਲੋਂ, ਇੱਥੇ ਇੱਕ ਪੁਲਿਸ ਨਾਕਾ ਲੱਗਿਆ ਹੋਇਆ, ਉੱਥੇ ਜਿਹੜੇ ਵੀ ਬੰਦੇ ਨੇ ਸੀਟ ਬੈਲਟ ਨੀ ਲਾਈ ਹੁੰਦੀ, ਜਿਹਨੇ ਹੈਲਮਟ ਨੀ ਪਾਇਆ, ਜਿਹਦੇ ਕੋਲ ਕਾਗਜ਼ ਹੈ ਨੀ, ਉਹਨਾਂ ਦੇ ਕੋਲ ਰਿਸ਼ਵਤ ਲੈਣ ਦਾ ਪੁਲਿਸ ਨੇ ਇੱਕ ਨਵਾਂ ਤਰੀਕਾ ਅਪਣਾਇਆ। ਉਹ ਆਪ ਜੀ ਪੈਸੇ ਫੜਦੇ, ਉਹ ਬੰਦਾ ਕਹਿੰਦਾ ਜੀ ਕੋਈ ਸੇਵਾ ਪਾਣੀ ਲੈ ਲਓ ਜੀ, ਮੇਰਾ ਕਹਿਣਾ ਛੱਡੋ ਜੀ, ਐਵੇਂ ਮੇਰੇ ਕਚਹਿਰੀਆਂ ਚ ਘੁੰਮਣਾ ਪਊਗਾ ਜਦੋਂ ਚਲਾਣ ਭੁਗਤਣਾ। ਉਹ ਕਹਿੰਦੇ ਨੇ ਉਹ ਸਾਹਮਣੇ ਜਿਹੜੀ ਸਬਜ਼ੀ ਵਾਲੀ ਰੇਹੜੀ ਆ ਉੱਥੇ ਜਾ ਕੇ ਪੈਸੇ ਫੜਾ ਦੇ। ਆਖਣ ਨੂੰ ਸਬਜ਼ੀ ਵਾਲੀ ਰੇਹੜੀ ਤੋਂ ਸਾਰਾ ਹਿਸਾਬ ਕਿਤਾਬ ਲੈਂਦੇ ਆ, ਆਪ ਸਿੱਧੇ ਤੌਰ ਤੇ ਪੈਸੇ ਨਹੀਂ ਫੜਦੇ ਕਿਉਂਕਿ ਇਹ ਡਰ ਹੁੰਦਾ ਵੀ ਕਿਤੇ ਕੋਈ ਕੈਮਰੇ ਦੇ ਨਾਲ ਵੀਡੀਓ ਹੀ ਨਾ ਬਣਾ ਲੈ। ਸੋ ਨਿਊਜ਼ੀਲੈਂਡ ਦੇ ਵਿੱਚ ਇੱਕ ਪੰਜਾਬੀ ਨੂੰ ਇਸ ਤਰੀਕੇ ਨਾਲ ਦੇਸ਼ ਦੇ ਵਿੱਚੋਂ ਬਾਹਰ ਕੱਢਣਾ, ਮੈਂ ਸੋਚਦਾ ਇੱਕ ਬੜੀ ਵਧੀਆ ਗੱਲ ਆ। ਇਹ ਕਿਸੇ ਹੋਰ ਸੂਬੇ ਦਾ ਹੁੰਦਾ, ਕਿਸੇ ਹੋਰ ਦੇਸ਼ ਦਾ ਹੁੰਦਾ, ਪਰ ਇਹਨੂੰ ਕਾਨੂੰਨ ਕੱਢਣਾ ਚਾਹੀਦਾ ਸੀ, ਦੰਦ ਪਾਉਣਾ ਬੰਦ ਕਰਨਾ ਚਾਹੀਦਾ। ਬਾਹਰਲੇ ਮੁਲਕਾਂ ਦੇ ਵਿੱਚ ਵੀ ਅਸੀਂ ਉਹ ਦੰਦ ਪਾਉਣੇ ਜਿਹੜਾ ਇੱਥੇ ਪਾਉਂਦੇ ਰਹੇ ਹਾਂ ਜੀ। ਟਹਿਣਾ ਸਾਹਿਬ ਹੁਣ ਸਮਾਂ ਨਹੀਂ, ਇੱਕ ਗੱਲ ਜ਼ਰੂਰ ਦੱਸਦਾ, ਚੋਣ ਆਉਣ ਵਾਲੀ ਹੈ ਪੰਜਾਬ ਦੀ, ਹੋ ਸਕਦਾ ਨਿਊਜ਼ੀਲੈਂਡ ਦਾ ਗੁਰਵਿੰਦਰ ਸਿੰਘ ਆ ਕੇ ਕਿਸੇ ਨਾ ਕਿਸੇ ਜਗ੍ਹਾ ਤੋਂ ਚੋਣ ਲੜਪਵੇ ਕਿਸੇ ਨਾ ਕਿਸੇ ਪਾਰਟੀ ਤੋਂ, ਇਹ ਵੀ ਕੋਈ ਇਤਬਾਰ ਨਹੀਂ। ਫਿਰ ਉਸ ਲੀਡਰ ਨੇ ਜੋ ਜਿੱਤ ਗਿਆ, ਫਿਰ ਉਹ ਲੀਡਰ ਕੀ ਕਰੂਗਾ ਅੱਗੇ ਤੋਂ ਅੱਗੇ ਜਾ ਕੇ, ਇਹ ਵੀ ਪਤਾ। ਇਹ ਸਾਡੇ ਦੇਸ਼ ਦੀ ਜਿਹੜੀ ਅਸਲੀ ਤਸਵੀਰ ਹੈ, ਭਾਵੇਂ ਪੰਜਾਬ ਆ ਭਾਵੇਂ ਹੋਰ ਸੂਬਾ ਕੋਈ ਵੀ ਹੈ। ਟਹਿਣਾ ਸਾਹਿਬ ਸਮਾਂ 2 ਮਿੰਟ ਉੱਤੇ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ, ਲੰਨਿਆ ਆਜ਼ਾਦ, ਕੱਲ ਨੂੰ ਮਿਲਣ ਦੇ ਬਾਅਦ ਮਿਹਰਬਾਨੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ।